ਸਸ਼ੀਕਾਲ ਜੀ ਸਵਾਗਤ ਆ ਤੁਹਾਡਾ ਸਾਡੇ ਪਲੇਟਫਾਰਮ ਅਸਟਰ ਕਲਾਸਿਸ ਪਟਿਆਲਾ ਤੇ ਜਿਵੇਂ ਕਿ ਤੁਸੀਂ ਥੰਬਨੇਲ ਤੇ ਵੀ ਦੇਖ ਲਿਆ ਹੋਊਗਾ ਕਿ ਪੀ ਟ੍ਰਿਪਲ ਐਸ ਵੀ ਪੰਜਾਬ ਪੁਲਿਸ ਤੇ ਪੀ ਪੀ ਐਸ ਸੀ ਵਾਸਤੇ ਸਪੈਸ਼ਲ ਸਟ੍ਰੈਟਜੀ ਕੇ ਤੇ ਸਭ ਤੋਂ ਪਹਿਲੀ ਕੈਟਾਗਰੀ ਅਸੀਂ ਚੱਕੀ ਆ ਸਪੋਰਟਸ ਸਪੋਰਟਸ ਹੋ ਗਿਆ ਬੁਕਸਤ ਹੋ ਗਈਆਂ ਜਾਂ ਹੋਰ ਵੀ ਬਹੁਤ ਡਾਂਸ ਫਾਰਮ ਹੋ ਗਈਆਂ ਇਹ ਸਾਰਾ ਕੁਝ ਸਟ੍ਰੈਟਜੀ ਕੇ ਆ ਤੇ ਸਟੂਡੈਂਟ ਦੀ ਇੱਕ ਡਿਮਾਂਡ ਹੁੰਦੀ ਆ ਕਿ ਸਰ ਜੋ ਵੀ ਪੜਾਓ ਜੇ ਥੋੜਾ ਜਿਹਾ ਕਹਾਣੀਆਂ ਦੇ ਰੂਪ ਚ ਪੜਿਆ ਜਾਵੇ ਤਾਂ ਬਹੁਤ ਵਧੀਆ ਹੁਣ ਤੁਸੀਂ ਸਪੋਰਟਸ ਵਾਲਾ ਜਿਹੜਾ ਇਹ ਲੈਕਚਰ ਹੈ ਇਹਨੂੰ ਸਮਝਿਓ ਕਿ ਇਸ ਸਪੋਰਟਸ ਵਾਲੇ ਲੈਕਚਰ ਨੂੰ ਅਸੀਂ 3 ਘੰਟੇ 'ਚ ਕੰਪਲੀਟ ਕਰਨ ਦੀ ਸੋਚੀ ਹੈ ਕਿਉਂਕਿ ਓਬਵੀਅਸ ਜੀ ਗੱਲ ਆ ਕੰਟੈਂਟ ਨੂੰ ਵੇਰੀਅਸ ਸੋਰਸਸ ਚੋਂ ਕਲੈਕਟ ਕਰਨਾ ਹੈ ਤੇ ਫਿਰ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਲੈ ਕੇ ਆਉਣਾ ਤੇ ਇਹ ਵੀ ਤੁਸੀਂ ਚਾਹੁੰਦੇ ਹੋ ਕਿ ਕੰਟੈਂਟ ਦੀ ਐਕਸਪਲੇਨੇਸ਼ਨ ਪੂਰੀ ਡਿਟੇਲਡ ਹੋਵੇ ਕਿ ਸਾਨੂੰ ਚੀਜ਼ਾਂ ਯਾਦ ਰਹਿ ਜਾਣ ਸੋ ਤੁਸੀਂ ਸਾਡੇ ਸਪੋਰਟਸ ਦਾ ਇਹ ਲੈਕਚਰ ਜਿਹੜਾ ਤੁਸੀਂ ਲਾਉਗੇ ਬਹੁਤ ਸਾਰੇ ਬੱਚਿਆਂ ਨੇ ਇਸ ਤੋਂ ਪਹਿਲਾਂ ਨਾ ਸਾਡਾ ਕਰੰਟ ਅਫੇਅਰਸ ਦਾ ਇੱਕ ਜਨਵਰੀ ਦੇ ਕਰੰਟ ਅਫੇਅਰਸ ਜਨਵਰੀ 2024 ਦੇ ਅਸੀਂ ਕਰੰਟ ਅਫੇਅਰਸ ਬਣਾਏ ਸੀ ਪੀਡੀਐਫ ਬਾਈਲਿੰਗੁਅਲ ਵਿਦ ਐਕਸਪਲੇਨੇਸ਼ਨ ਡਿਟੇਲਡ ਐਕਸਪਲੇਨੇਸ਼ਨ ਬਹੁਤ ਸਾਰੇ ਬੱਚੇ ਕਹਿ ਰਹੇ ਆ ਕਿ ਸਰ ਉਹਦੀ ਪੀਡੀਐਫ ਪ੍ਰੋਵਾਈਡ ਕਰਾਓ ਤੇ ਅਸੀਂ ਉਸ ਉਹਦੀ ਪੀਡੀਐਫ ਪ੍ਰੋਵਾਈਡ ਕਰਾਉਣ ਜਾ ਰਹੇ ਆ ਸਾਡੀ ਐਪਲੀਕੇਸ਼ਨ ਆ ਇੰਪੈਕਟ ਐਜੂਕੇਸ਼ਨ ਇਹਦੇ ਤੇ ਸਿਰਫ ਸਾਡੀਆਂ ਫ੍ਰੀ ਪੀਡੀਐਫ ਅਵੇਲੇਬਲ ਹੋਣਗੀਆਂ ਧਿਆਨ ਰੱਖਿਓ ਇੰਪੈਕਟ ਐਜੂਕੇਸ਼ਨ ਇਹਦਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਮਿਲੂਗਾ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਇੰਪੈਕਟ ਐਜੂਕੇਸ਼ਨ ਆ ਲੋਗੋ ਹੋਊਗਾ ਡਿਸਕ੍ਰਿਪਸ਼ਨ ਚ ਲਿੰਕ ਹੋਊਗਾ ਉੱਥੋਂ ਤੁਸੀਂ ਡਾਊਨਲੋਡ ਕਰੋ ਜਿੰਨਾਂ ਕੋਲ ਆਈਫੋਨ ਆ ਉਹ ਕਲਾਸ ਪਲੱਸ ਦੀ ਐਪ ਡਾਊਨਲੋਡ ਕਰਨ ਤੇ ORG ਕੋਡ ZDRKO ਭਰਨ ਉੱਥੇ ਉਹ ਕੋਰਸਿਸ ਦੇ ਵਿੱਚ ਜਾਣ ਉਹਨਾਂ ਨੂੰ TCS ਸਪੈਸ਼ਲ ਐਂਡ ਪਟਵਾਰੀ ਵੀਡੀਓ ਕਲਰਕ ਫ੍ਰੀ PDF ਕਿਉਂਕਿ ਇਹਦਾ ਮਿਨੀਮਮ ਪ੍ਰਾਈਸ ਅਸੀਂ ਇੱਕ ਰਕ ਪਈਗਾ ਤਾਂ ਰੱਖਣਾ ਹੀ ਪੈਂਦਾ ਹੈ ਹੋਰ ਰੱਖਿਆ ਹੋਇਆ ਇਹ ਤੁਸੀਂ ਉੱਥੋਂ ਕੋਰਸ ਨੂੰ ਪਰਚੇਸ ਕਰੋ ਬਾਇ ਨਾਉ ਤੇ ਜਾ ਕੇ ਉਸ ਤੋਂ ਬਾਅਦ ਤੁਸੀਂ ਇਹਦੀਆਂ ਪੀਡੀਐਫ ਨੂੰ ਪ੍ਰਿੰਟ ਕੱਢ ਸਕਦੇ ਹੋਵੋਗੇ ਮੀਨਸ ਅਸੀਂ ਇਹਨੂੰ ਅਸੈਸੇਬਲ ਕਰਾਂਗੇ ਤਾਂ ਕਿ ਤੁਸੀਂ ਇਹਦਾ ਪ੍ਰਿੰਟ ਕੱਢ ਸਕੋ ਸੋ ਤੁਸੀਂ ਇੱਥੋਂ ਹੀ ਸਾਡੀ ਇਹ ਸਪੋਰਟਸ ਦੀ ਪੀਡੀਐਫ ਤੇ ਸਾਡੀ ਜਨਵਰੀ ਦੇ ਮਹੀਨੇ ਦੀ ਜੋ ਅਸੀਂ ਲੈਕਚਰ ਲਾਇਆ ਹੈ ਉਹਦੀ ਪੀਡੀਐਫ ਤੁਹਾਨੂੰ ਅਵੇਲੇਬਲ ਹੋਊਗੀ ਤੁਸੀਂ ਇੱਥੋਂ ਜਾ ਕੇ ਇਸ ਐਪਲੀਕੇਸ਼ਨ ਤੋਂ ਜਾ ਕੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਹਜੇ ਮਾਸਟਰ ਕਲਾਸਿਸ ਪਟਿਆਲਾ ਦੇ ਲੈਕਚਰਸ ਕਦੇ ਨਹੀਂ ਦੇਖੇ ਤੇ ਪਹਿਲੀ ਵਾਰ ਉਹ ਸਾਡੇ ਪਲੇਟਫਾਰਮ ਤੇ ਆਏ ਆ ਉਹ ਕਾਈਂਡਲੀ ਪਹਿਲਾਂ YouTube ਤੇ ਜਾਣ ਤੇ YouTube ਤੇ Masterclasses Patiala ਭਰਨ ਤੇ ਉੱਪਰ ਜਾਣ ਪਲੇਲਿਸਟ ਤੇ ਪਲੇਲਿਸਟ ਚ ਇੱਕ ਪਲੇਲਿਸਟ ਦਾ ਨਾਮ ਆ ਮੈਰਾਥਨਸ ਤੇ ਇੱਕ ਦਾ ਨਾਮ ਆ ਟਾਰਗੇਟ ਸੀਨੀਅਰ ਅਸਿਸਟੈਂਟ ਐਂਡ ਪੰਜਾਬ ਪੁਲਿਸ ਤੇ ਇੱਕ ਦਾ ਨਾਮ ਆ IAS ਐਂਡ PCS ਇੰਗਲਿਸ਼ ਐਂਡ ਪੰਜਾਬੀ ਮੀਡੀਅਮ ਜਿਸ ਲੈਵਲ ਦਾ ਉਹ ਕੰਟੈਂਟ ਚਾਹੁੰਦੇ ਆ ਉਸ ਲੈਵਲ ਦੇ ਕੰਟੈਂਟ ਦੀ ਉਹ ਉੱਥੇ ਕਰਨ ਤਸੱਲੀ ਫੇਰ ਜਾ ਕੇ ਸਾਡੀ ਜਿੱਥੋਂ ਤੁਸੀਂ ਕੋਰਸ ਚੈੱਕ ਕਰਨੇ ਆ ਉਸ ਐਪਲੀਕੇਸ਼ਨ ਦਾ ਨਾਮ ਆ Masterclasses Patiala ਉਹ ਇਸ ਲੋਗੋ ਵਾਲੀ ਆ ਆਈਫੋਨ ਵਾਲੇ ਮਾਸਟਰ ਕਲਾਸਿਸ ਪਟਿਆਲਾ ਇਹਦਾ ਵੀ ਲਿੰਕ ਸਾਡੇ ਡਿਸਕ੍ਰਿਪਸ਼ਨ ਬਾਕਸ ਚ ਦਿੱਤਾ ਹੋਇਆ ਹੈ ਉਥੋਂ ਕਰੋਗੇ ਈਜ਼ੀ ਰਹੂਗਾ ਕਿਉਂਕਿ ਕਈ ਵਾਰੀ ਬੱਚੇ ਡਾਇਰੈਕਟ ਗੂਗਲ ਤੋਂ ਐਪਲੀਕੇਸ਼ਨ ਡਾਊਨਲੋਡ ਕਰ ਲੈਂਦੇ ਆ ਫਿਰ ਕੋਰਸ ਪਰਚੇਸ ਕਰਨ ਚ ਦਿੱਕਤ ਆਉਂਦੀ ਆ ਉੱਪਰ ਲਿਖਿਆ ਆ ਜਾਂਦਾ ਆਈ ਐਮ ਇੰਟਰਸਟਿਡ ਜੇ ਤੁਸੀਂ Google ਥੱਲੇ ਦਿੱਤੇ ਲਿੰਕ 'ਚੋਂ ਡਿਸਕ੍ਰਿਪਸ਼ਨ 'ਚੋਂ ਡਾਊਨਲੋਡ ਕਰੋਗੇ ਤਾਂ ਉੱਥੇ ਸਿੱਧਾ ਬਾਏ ਨਾਓ ਦਾ ਆਪਸ਼ਨ ਆਊਗਾ ਤੁਸੀਂ ਕੋਈ ਵੀ ਕੋਰਸ 'ਚ ਜੇ ਇੰਟਰਸਟਿਡ ਹੋ ਤੇ ਬਾਏ ਨਾਓ ਤੇ ਜਾ ਕੇ ਸਿੱਧਾ ਪਰਚੇਸ ਕਰ ਸਕਦੇ ਹੋ ਆਦਰਵਾਇਜ਼ ਪਰਚੇਸ ਕਰਨ ਦੇ ਵਿੱਚ ਕੁਝ ਦਿੱਕਤਾਂ ਨੇ Android ਤੇ Masterclasses Patiala iPhone ਤੇ My Institute ਤੇ ਲੋਗੋ ਆ ਤੇ ORG ਕੋਡ ਭਰਿਓ ਸੋ ਤੁਸੀਂ ਸਾਡੇ ਇਹਨਾਂ ਇਸ ਤਰੀਕੇ ਨਾਲ ਤੁਹਾਡਾ ਹੋਮ ਪੇਜ ਖੁੱਲੂਗਾ ਹੋਮ ਪੇਜ ਤੇ ਤੁਸੀਂ ਸਾਡੇ ਕੋਰਸਸ ਚੈੱਕ ਕਰ ਸਕਦੇ ਹੋ ਫਿਲਹਾਲ ਤੁਸੀਂ ਪਹਿਲਾਂ ਇਸ ਲੈਕਚਰ ਨੂੰ ਪੂਰਾ ਇੰਜੋਏ ਕਰੋ ਤੇ ਜਿਹੜੀ ਆ ਸਾਡੇ ਇਸ ਤੋਂ ਪਿਛਲਾ ਲੈਕਚਰ ਸੀ ਸਾਡਾ ਜਨਵਰੀ ਦੇ ਕਰੰਟ ਅਫੇਅਰਸ ਦਾ ਉਹਦੀ ਪੀਡੀਐਫ ਤੇ ਉਸ ਤੋਂ ਬਿਨਾ ਸਾਡੇ ਇਸ ਸਪੋਰਟਸ ਵਾਲੀ ਪੀਡੀਐਫ ਇਹ ਤੁਹਾਨੂੰ ਸਾਡੇ ਇਸ ਇਮਪੈਕਟ এডਿਕੇਸ਼ਨ ਦੇ ਪਲੇਟਫਾਰਮ ਤੇ ਇਹ ਸਿਰਫ ਪੀਡੀਐਫਸ ਦੀ ਡਾਊਨਲੋਡ ਵਾਸਤੇ ਅਸੀਂ ਇਸ ਪਲੇਟਫਾਰਮ ਨੂੰ ਤਿਆਰ ਕੀਤਾ ਹੈ ਤਾਂ ਕਿ ਈਜ਼ੀਲੀ ਇਹਦੇ ਤੇ ਅਸੀਂ ਕੋਈ ਵੀ ਪੀਡੀਐਫ ਪ੍ਰਿੰਟੇਬਲ ਫਾਰਮ ਚ ਸਟੂਡੈਂਟਸ ਨੂੰ ਪ੍ਰੋਵਾਈਡ ਕਰਾ ਸਕੀਏ ਸੋ ਇੱਥੇ ਤੁਹਾਨੂੰ ਬਹੁਤ ਸਾਰੀਆਂ ਪੀਡੀਐਫ ਕਵਾਲਿਟੀ ਦੀ ਸਾਡੀ ਪੀਡੀਐਫ ਮਿਲ ਜੂਗੀ ਜਿਹੜੀ ਕਿ ਪੂਰੀ ਪਿਓਰ ਪੰਜਾਬੀ ਮੀਡੀਅਮ ਚ ਅਤੇ ਇਸ ਤੋਂ ਵੀ ਬਿਨਾ ਬਹੁਤ ਸਾਰੀਆਂ ਪੀਡੀਐਫ ਸਾਡੀਆਂ ਉੱਥੇ ਅਵੇਲੇਬਲ ਹੋਣਗੀਆਂ ਉਸੇ ਇੱਕੋ ਕੋਰਸ ਦੇ ਵਿੱਚ ਜਿਹਦਾ ਨਾਮ ਫ੍ਰੀ ਪੀਡੀਐਫ ਹੋਊਗਾ ਹਾਂਜੀ ਸੋ ਆਪਾਂ ਸਟਾਰਟ ਕਰ ਰਹੇ ਹਾਂ ਆਪਣਾ ਟੌਪਿਕ ਹੈਗਾ ਏ ਸਪੋਰਟਸ ਠੀਕ ਹੈ ਤੇ ਸਪੋਰਟਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਟੌਪਿਕ ਜਿਹੜਾ ਅਸੀਂ ਜਿੱਥੋਂ ਅਸੀਂ ਅੱਜ ਦੇ ਪੋਰਟ ਸਟੈਟਿਕ ਜੀ ਕੇ ਦੀ ਸ਼ੁਰੂਆਤ ਕਰਨ ਜਾ ਰਹੇ ਆ ਠੀਕ ਹੈ ਕਿਉਂਕਿ ਦੇਖੋ ਸਟੈਟਿਕ ਜੀ ਕੇ ਚ ਬਹੁਤ ਸਾਰੇ ਆ ਪਾਰਟਸ ਪੜੇ ਜਾਂਦੇ ਆ ਠੀਕ ਹੈ ਜਿਹੜੇ ਕਿਸੇ ਵੀ ਸਿਲੇਬਸ ਤੇ ਇੱਕ ਗੱਲ ਹੋਰ ਇਹ ਆਨੇ ਬਹਾਨੇ ਨਹੀਂ ਕਵਰ ਹੁੰਦੇ ਆ ਠੀਕ ਹੈ ਜਿਵੇਂ ਸਪੋਜ਼ ਕਰੋ ਕੋਈ ਚੀਜ਼ ਜਿੱਥੇ ਲੱਗਿਆ ਕਿ ਇਹ ਕੰਪਲੀਟ ਹੋ ਜਾਂਦੀ ਦਿਸੀ ਆ ਤੁਹਾਨੂੰ ਕੰਪਲੀਟ ਕਰਾ ਦਈਏ ਆਪਾਂ ਜਿਵੇਂ ਤੁਹਾਨੂੰ ਬਹੁਤ ਸਟੈਟਿਕ ਦੇ ਵਿੱਚ ਬੁੱਕਸ ਤੁਹਾਨੂੰ ਸਟੈਟਿਕ ਦੇ ਵਿੱਚ ਆਪਣੇ ਜਿੰਨੇ ਵੀ ਜਿਹੜੀਆਂ ਚੀਜ਼ਾਂ ਕਿਸੇ ਵੀ ਦੇਖੋ ਜਿਹੜੀ ਤਾਂ ਸਟੈਟਿਕ ਜੀਕੇ ਕਿਸੇ ਸਬਜੈਕਟ ਚ ਕਵਰ ਹੋ ਗਈ ਉਹਦੀ ਤਾਂ ਕੋਈ ਟੈਨਸ਼ਨ ਨਹੀਂ ਪਰ ਜਿਹੜੀ ਸਟੈਟਿਕ ਜੀਕੇ ਕਿਸੇ ਸਬਜੈਕਟ ਚ ਕਵਰ ਹੁੰਦੀ ਨਾ ਲੱਗੀ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਹੋ ਸਕਦਾ ਕਿ ਉਹ ਸਬਜੈਕਟ ਆਪਣੇ ਸਿਲੇਬਸ ਦਾ ਪਾਰਟ ਨਾ ਹੋਵੇ ਜਿਵੇਂ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਆਈਐਸ ਪੀਸੀਐਸ ਦੇ ਸਿਲੇਬਸ ਦਾ ਪਾਰਟ ਹੁੰਦੀਆਂ ਪਰ ਉਹਨਾਂ ਦਾ ਸਟੈਟਿਕ ਪੋਰਸ਼ਨ ਸਾਡੇ ਪੇਪਰ 'ਚ ਆ ਜਾਂਦਾ ਫਿਰ ਉਹ ਆਪਾਂ ਆਪਣੇ ਕੋਰਸ ਦੇ ਦਾਇਰੇ 'ਚ ਕਵਰ ਤਾਂ ਨਹੀਂ ਕਰ ਸਕਦੇ ਪਰ ਉਹ ਸਟੈਟਿਕ ਜੀਕੇ ਦੇ ਰੂਪ ਚ ਜ਼ਰੂਰ ਕਵਰ ਹੋਣਗੇ ਉਹਨਾਂ ਚੋਂ ਇੱਕ ਚੀਜ਼ ਆ სპੋਰਟਸ ਜਦੋਂ ਆਪਾਂ სპੋਰਟਸ ਨੂੰ ਸਿਵਲ ਸਰਵਿਸਿਜ਼ ਦੇ ਲੈਵਲ ਤੇ ਦੇਖਦੇ ਆ ਤਾਂ ਉੱਥੇ ਸ਼ਾਇਦੇ ਕਿਸੇ ਹੋਰ ਤਰੀਕੇ ਨਾਲ ਡਿਟੇਲ ਚ ਪੜਿਆ ਜਾਵੇ ਪਰ ਇੱਥੇ ਵੀ ਮੈਨੂੰ ਨਹੀਂ ਲੱਗਦਾ ਕਿ ਆਪਾਂ ਇਹਨੂੰ ਡਿਟੇਲ ਚ ਪੜਨ ਦੀ ਕੋਈ ਕਸਰ ਛੱਡੀ ਆ ਆਪਾਂ ਇਹਨੂੰ ਪੂਰੀ ਡਿਟੇਲ ਦੇ ਵਿੱਚ ਜੀਕੇ ਤੇ ਜੀਕੇ ਅੱਜ ਦੇ ਜ਼ਮਾਨੇ ਚ ਇਹ ਸਟੈਟਿਕ ਜੀਕੇ ਦੇ ਵਿੱਚ ਜਿਹੜੀ სპੋਰਟਸ ਆ ਉਹ ਅੱਜ ਦੇ ਜ਼ਮਾਨੇ ਚ ਬਹੁਤ ਰੈਲੀਵੈਂਟ ਪੋਰਸ਼ਨ ਹੋ ਗਿਆ ਹੈ ਠੀਕ ਹੈ ਜੇ ਕੋਈ ਮੈਨੂੰ ਪੁੱਛੇ ਕਿ ਸਰ 스포츠 ਦੇ ਵਿੱਚ ਆਪਾਂ ਆਉਣ ਵਾਲੇ ਲੈਕਚਰਸ ਦੇ ਵਿੱਚ ਕਵਰ ਕੀ ਕਰਨਾ ਹੈ ਅਪ੍ਰੋਕਸੀਮੇਟਲੀ ਭਾਵੇਂ 2 ਜਾਂ 3 ਘੰਟੇ ਦੇ ਆ ਲੈਕਚਰ ਹੋਵੇ ਜਾਨੀ ਕਿ 1-1 ਘੰਟੇ ਦੇ 2 ਜਾਂ 3 ਲੈਕਚਰ ਹੋਣ ਪਰ ਇੱਕ ਕਰਨੋਲੋਜੀ ਹੋਊਗੀ ਜਦੋਂ ਤੁਸੀਂ 스포츠 ਨਾਲ ਸੰਬੰਧਿਤ ਕੋਈ ਪੇਪਰ 'ਚ ਸਵਾਲ ਦੇਖਦੇ ਹੋ ਤਾਂ ਤੁਹਾਨੂੰ ਲੱਗਦਾ ਹੈ ਕਿ ਜਾਂ ਤਾਂ ਸਾਨੂੰ ਉਲਝਾਇਆ ਗਿਆ ਕਿਸੇ 스포츠 ਦੇ ਇਤਿਹਾਸ 'ਚ ਕਿ ਕਿਸੇ 스포츠 ਦੀ ਹਿਸਟਰੀ ਜਾਂ ਉਹਦੇ ਕਿਸੇ 스포츠 ਨਾਲ ਰਿਲੇਟਿਡ ਕੋਈ ਟਰਮਨੋਲੋਜੀ ਪੁੱਛ ਲਈ ਜਿਵੇਂ ਆਪਾਂ ਨੂੰ ਕਿਸੇ ਨੇ ਕਹਤਾ ਬਾਉਨਸ ਠੀਕ ਹੈ ਜੀ ਇਹ ਸ਼ਬਦ ਕਿਹੜੀ ਸਪੋਰਟਸ ਨਾਲ ਰਿਲੇਟਡ ਆ ਫਿਰ ਉਸ ਤੋਂ ਬਾਅਦ ਜਿਹੜੀਆਂ ਗੇਮਾਂ ਦੀ ਸ਼ੁਰੂਆਤ ਇੰਡੀਆ 'ਚ ਹੋਈ ਆ ਜਾਂ ਜਿਨ੍ਹਾਂ ਦਾ ਕਿਤੇ ਨਾ ਕਿਤੇ ਸਬੰਧ ਇੰਡੀਆ ਨਾਲ ਜੁੜਦਾ ਹੈ ਉਹਨਾਂ ਖੇਡਾਂ ਬਾਰੇ ਤੁਹਾਡੀ ਬੇਸਿਕ ਨੋਲਿਜ ਜਿਵੇਂ ਸਪੋਜ਼ ਕਰੋ ਕੋਈ ਮੈਨੂੰ ਕਹਦੇ ਕਿ ਸਰ ਫ੍ਰੀ ਸਟਾਈਲ ਕਬੱਡੀ ਇੰਡੀਅਨ ਸਟਾਈਲ ਹਾਕੀ ਠੀਕ ਆ ਆਖਰ ਫਿਰ ਉਸ ਤੋਂ ਬਾਅਦ ਫੁੱਟਬਾਲ ਹੁਣ ਤੁਸੀਂ ਕਹੋਗੇ ਫੁੱਟਬਾਲ ਦਾ ਤੇ ਇੰਡੀਆ ਨਾਲ ਕੋਈ ਸਬੰਧ ਨਹੀਂ ਨੇਚਰਲ ਜੀ ਗੱਲ ਹੈ ਕਿ ਸਿੱਧੇ ਤੌਰ ਤੇ ਸਬੰਧ ਨਹੀਂ ਪਰ ਇੰਡੀਆ ਦੇ ਦਾ ਆਪਣਾ ਇੱਕ ਫੁੱਟਬਾਲ ਦਾ ਇਤਿਹਾਸ ਹੈਗਾ ਏ ਉਹਨੂੰ ਦੇਖਣਾ ਸੋ ਇੰਡੀਆ ਦੇ ਵਿੱਚ ਖੇਡਾਂ ਦਾ ਇਤਿਹਾਸ ਕੀ ਰਿਹਾ ਜਾਂ ਇੰਡੀਆ ਉਹਨਾਂ ਖੇਡਾਂ 'ਚ ਕਿਸ ਪੱਧਰ ਤੇ ਰਿਹਾ ਉਸ ਚੀਜ਼ ਨੂੰ ਆਪਾਂ ਐਕਸਪਲੋਰ ਕਰਾਂਗੇ ਆਉਂਦੇ ਲੈਕਚਰਸ ਦੇ ਵਿੱਚ ਫਿਰ ਸਭ ਤੋਂ ਪਹਿਲਾਂ ਕੋਈ ਫਿਰ ਉਸ ਮਤਲਬ ਕੁੱਲ ਮਿਲਾ ਕੇ ਜਦੋਂ ਤੁਸੀਂ ਇਸ ਟੌਪਿਕ ਨੂੰ ਖਤਮ ਕਰੋਗੇ ਤਾਂ ਤੁਹਾਨੂੰ ਐਵੇਂ ਲੱਗੂਗਾ ਜਾਂ ਇਸ ਤਰੀਕੇ ਨਾਲ ਮਹਿਸੂਸ ਹੋਊਗਾ ਕਿ ਵਾਕਈ ਜੇ ਸਟੈਟਿਕ ਜੀਕੇ ਚ ਅਸੀਂ ਸਪੋਰਟਸ ਨੂੰ ਐਜ਼ ਅ ਸਬਜੈਕਟ ਚੱਕਿਆ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਅਸੀਂ ਕਿਸੇ ਚੀਜ਼ ਨੂੰ ਕਵਰ ਕਰਨ ਚ ਰਹਿ ਗਏ ਅਸੀਂ ਸੋ ਅਸੀਂ ਸਪੋਰਟਸ ਨੂੰ ਐਜ਼ ਅ ਸਬਜੈਕਟ ਜਦੋਂ ਫੜਦੇ ਆਂ ਤੇ ਅਸੀਂ ਲੈਕਚਰ ਬਾਈ ਲੈਕਚਰ ਤੁਸੀਂ ਇਹ ਉਮੀਦ ਕਰੋ ਮੇਰੇ ਤੋਂ ਕਿ ਸ਼ਾਇਦ ਇਹ ਲੈਕਚਰ ਤੁਹਾਡੇ ਆਫਲਾਈਨ ਵਾਲੇ ਬੱਚਿਆਂ ਲਈ ਮੈਂ ਇੱਕੋ ਦਮ ਇਕੱਠੇ ਨਹੀਂ ਤਿਆਰ ਕਰ ਸਕਦਾ ਕਿਉਂਕਿ ਇਹਦੇ ਮਗਰ ਕੰਟੈਂਟ ਤੇ ਕੰਮ ਬਹੁਤ ਕਰਨਾ ਪੈਂਦਾ ਜਦੋਂ ਜਿਹੜਾ ਹਿੱਸਾ ਤਿਆਰ ਉਹ ਹਿੱਸਾ ਲੈਕਚਰ ਚ ਲਾਤਾ ਤੇ ਆ ਡਿਲੀ ਰਿਕਾਰਡ ਕਰਤਾ ਤੇ ਤੁਸੀਂ ਉਹਨੂੰ ਆਰਾਮ ਨਾਲ ਬੈਠ ਕੇ ਜਦੋਂ ਮਰਜ਼ੀ ਦੇਖਦੇ ਰਿਵੀਜ਼ਨ ਕਰ ਲਿਓ ਦੀ ਤੇ ਸੌਫਟ ਕਾਪੀ ਈਜ਼ੀਲੀ ਤੁਹਾਨੂੰ ਅਵੇਲੇਬਲ ਹੋਊਗੀ ਇਹਦੀ ਤਾਂ ਕਿ ਤੁਸੀਂ ਉਹਨੂੰ ਪ੍ਰਿੰਟ ਕੱਢ ਕੇ ਰੱਟੇ ਮਾਰ ਸਕੋ ਠੀਕ ਆ ਆਜੋ ਹੁਣ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਜਿਹੜਾ ਇਵੈਂਟ ਚੱਕਿਆ ਹੈ ਅਸੀਂ ਅੱਜ ਦੇ ਮੇਰੇ ਹਿਸਾਬ ਨਾਲ ਦੋ ਜਾਂ ਤਿੰਨ ਇਵੈਂਟ ਇੰਪੋਰਟੈਂਟ ਆ ਇੱਕ 올림픽ਸ ਇੱਕ ਏਸ਼ੀਅਨ ਖੇਡਾਂ ਤੇ ਜੇ ਦਾ ਲੱਗਿਆ ਤੇ ਆਪਣਾ ਕਾਮਨਵੈਲਥ ਠੀਕ ਕਿਉਂਕਿ ਸਭ ਤੋਂ ਪਹਿਲਾਂ ਫਿਰ ਉਸ ਤੋਂ ਬਾਅਦ ਅਗਲਾ ਇਵੈਂਟ ICC ਵਰਲਡ ਕੱਪ ਫਿਰ ਵਰਲਡ ਕੱਪ ਨਾਲ ਰਿਲੇਟਡ ਫਿਰ ਉਸ ਤੋਂ ਬਾਅਦ ਮੈਨੂੰ ਲੱਗਿਆ ਕਿ ਕੋਈ ਵੀ ਇਵੈਂਟ ਪਹਿਲਾਂ ਤੇ ਆਪਾਂ ਇਵੈਂਟ ਫਿਰ ਉਸ ਤੋਂ ਬਾਅਦ FIFA ਵਰਲਡ ਕੱਪ ਠੀਕ ਚਾਰ ਤੋਂ ਪੰਜ ਉਹ ਇਵੈਂਟ ਜਿਹੜੇ ਕਿ ਬਹੁਤ ਜ਼ਿਆਦਾ ਮਹੱਤਵਪੂਰਨ ਪਹਿਲਾਂ ਤੇ ਅਸੀਂ ਉਹ ਪੰਜ ਕੇ ਇਵੈਂਟ ਚੱਕਾਂਗੇ ਫਿਰ ਚੱਕਾਂਗੇ ਅਸੀਂ ਸਪੋਰਟਸ ਸਪੋਰਟਸ ਦੇ ਵਿੱਚ ਕਿਹੜੀਆਂ ਹਾਕੀ, ਫੁੱਟਬਾਲ, ਕ੍ਰਿਕਟ ਕਿਉਂਕਿ ਉਹਦੇ ਨਾਲ ਸੰਬੰਧਤ ਸਾਡਾ ਆਪਣਾ ਇਤਿਹਾਸ ਬਹੁਤ ਆ ਜਦੋਂ ਮੈਂ ਕ੍ਰਿਕਟ ਦੀ ਗੱਲ ਛੋੜੀ ਛੇੜੀ ਤਾਂ ਆਪਾਂ ਰੰਜੀ ਤੋਂ ਸ਼ੁਰੂ ਹੋ ਕੇ ਫਿਰ ਉਸ ਤੋਂ ਬਾਅਦ ਆਪਾਂ ਆਪਣੇ ਆਪਣੇ ਪੰਜਾਬੀ ਮਹਾਰਾਜਾ ਭੁਪਿੰਦਰ ਸਿੰਘ ਦਾ ਇਤਿਹਾਸ ਛੇੜਾਂਗੇ ਕਿਉਂਕਿ ਸਾਨੂੰ ਐਵੇਂ ਆ ਕਿ ਜੇ ਅਸੀਂ ਬਾਅਦ ਇੱਕ ਵਾਰੀ ਇਵੈਂਟਸ ਪੜ੍ਹ ਲਈਏ ਜਿਹੜੇ-ਜਿਹੜੇ ਸਪੋਰਟਸ ਦੇ ਵੱਡੇ ਇਵੈਂਟ ਹੁੰਦੇ ਆ ਜਿਵੇਂ 올림픽ਸ ਬੜਾ ਮਸ਼ਹੂਰ ਇਵੈਂਟ ਆ ਜਾਂ ਇਸ ਤੋਂ ਬਿਨਾਂ ਕਾਮਨਵੈਲਥ ਬੜਾ ਮਸ਼ਹੂਰ ਇਵੈਂਟ ਆ ਏਸ਼ੀਅਨ ਖੇਡਾਂ ਬੜਾ ਮਸ਼ਹੂਰ ਇਵੈਂਟ ਆ ਸਪੋਰਟਸ ਦਾ ক্রিকেট ਵਰਲਡ ਕੱਪ ਬੜਾ ਮਸ਼ਹੂਰ ਇਵੈਂਟ ਆ ਫਿਰ ক্রিকেট ਵਰਲਡ ਕੱਪ ਦੇ ਕਈ ਰੂਪ ਹੋ ਚੁੱਕੇ ਆ ਹੁਣ ਚਲੋ ਜਿੰਨੇ ਵੀ ਹੋ ਗਏ ਆਪਾਂ ਉਹਨੂੰ ਵਰਲਡ ਕੱਪ ਦੇ ਧਾਇਰੇ 'ਚ ਹੀ ਪੜਾਂਗੇ ਜਦੋਂ ਆਪਾਂ ਨੂੰ ਲੱਗਿਆ ਕਿ ਆਪਾਂ ਮਹੱਤਵਪੂਰਨ ਇਵੈਂਟ ਜਿਹੜੇ ਸਪੋਰਟਸ ਦੇ ਹੁੰਦੇ ਆ ਉਹ ਪੜ ਲਏ ਫਿਰ ਆਪਾਂ ਖੇਡਾਂ ਪੜ ਲਾਂਗੇ ਜਿਹੜੀਆਂ ਖੇਡਾਂ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਇੰਡੀਆ ਦਾ ਸਬੰਧ ਆ ক্রিকেট ਨਾਲ ਸਬੰਧ ਆ ਹਾਕੀ ਨਾਲ ਸਬੰਧ ਆ ਫੁੱਟਬਾਲ ਨਾਲ ਸਬੰਧ ਆ ਇਸ ਤੋਂ ਬਾਅਦ ਮਿਸਲੀਨੀਅਸ ਖੇਡਾਂ ਜਿਵੇਂ ਜਿੰਨਾ 'ਚ ਇੰਡੀਆ ਸਨਰ ਫੀਲਡ ਚ ਉੱਬਰ ਰਹੀ ਫੀਲਡ ਆ ਜਿਹੜੀ ਭਾਰਤ ਦੀ ਜਿਵੇਂ ਜੈਵਲਿਨ ਐਥਲੈਟਿਕਸ ਵਗੈਰਾ ਉਹਦੇ ਚ ਭਾਰਤ ਦਾ ਫਿਰ ਨਾਲ ਲੱਗਦਾ ਹੀ ਅਸੀਂ ਭਾਰਤ ਦੀ ਸਪੋਰਟਸ ਮਿਨਿਸਟਰੀ ਤੇ ਫਿਰ ਭਾਰਤ ਦੀਆਂ ਨੈਸ਼ਨਲ ਖੇਡਾਂ ਤੇ ਖੇਲੋ ਯੂਥ ਗੇਮਸ ਕੁੱਲ ਮਿਲਾ ਕੇ ਸਾਨੂੰ ਐ ਲੱਗਦਾ ਹੈ ਕਿ ਜੇ ਅਸੀਂ ਸਟ੍ਰੈਟਿਜੀ ਜੀ ਕੇ ਚੱਕ ਲਈ ਨਾ ਤਾਂ ਸਪੋਰਟਸ ਨਾਲ ਰਿਲੇਟਡ ਧਿਆਨ ਨੂੰ ਸਾਰਾ ਕੁਝ ਇੱਕ ਜਗ੍ਹਾ ਤੇ ਮਿਲੇ ਤੋਂ ਇਹ ਆਪਣਾ ਅਜੰਡਾ ਰਹਿਣ ਵਾਲਾ ਹੈ ਪਰ ਓਬਵੀਅਸ ਜੀ ਗੱਲ ਆ ਕਿ ਡਿਟੇਲ ਚ ਪੜਾਂਗੇ ਤਾਂ ਹਰ ਇੱਕ ਚੀਜ਼ ਜਿਹੜੀ ਆ ਉਹ ਟਾਈਮ ਲੈਂਦੀ ਆ ਦੇਖੋ ਐਂਸ਼ੀਐਂਟ 올ੰਪਿਕਸ ਦੀ ਸ਼ੁਰੂਆਤ ਜਿਹੜੀ ਆ ਉਹ ਤਾਂ ਕਹਿੰਦੇ ਜੀ ਕਿ ਅੱਜ ਤੋਂ ਤਕਰੀਬਨ ਤਕਰੀਬਨ 1300-1400 ਸਾਲ ਪਹਿਲਾਂ ਗ੍ਰੀਸ ਦੇ ਐਥਨਸ ਦੇ ਵਿੱਚ ਹੋ ਗਈ ਸੀ ਕਿਉਂਕਿ ਜਿਹੜੇ ਗ੍ਰੀਕ ਲੋਕ ਆ ਨਾ ਜਾਂ ਇਹ ਕਹਿ ਲਓ ਪੂਰਬੀ ਯੂਰਪ ਦੇ ਲੋਕ ਆ ਈਸਟਰਨ ਯੂਰੋਪੀਅਨ ਪੀਪਲਸ ਨੇ ਉਹ ਪੁਰਾਣੇ ਸਮੇਂ ਤੋਂ ਹੀ ਆਪਾਂ ਇੱਕ ਮੂਵੀ ਦੇਖੀ ਹੋਊਗੀ ਸਪਾਰਟਨਸ 300 ਠੀਕ ਆ ਉੱਥੇ ਉਹਨਾਂ ਦੀਆਂ ਲੜਾਈਆਂ ਉਹਨਾਂ ਦੀ ਐਥਲੈਟਿਕਸ ਬੜੇ ਸਿਰੇ ਦੀ ਰਹੀ ਆ ਉਹਨਾਂ ਵੇਲਿਆਂ 'ਚ ਵੀ ਉਹ ਬੀਸੀ ਦੇ ਸਮੇਂ 'ਚ ਅੱਜ ਤੋਂ 2324 ਸਾਲ ਪਹਿਲਾਂ ਉੱਥੋਂ ਦੇ ਸੈਨਾ ਅਤੇ ਸੈਨਾਪਤੀ ਐਡੇ ਖਤਰਨਾਕ ਸੀ ਕਿ ਪੂਰੀ ਦੁਨੀਆ ਨੂੰ ਜਿੱਤਣ ਦਾ ਮਾਦਾ ਰੱਖਦੇ ਸੀ ਸਿਕੰਦਰ ਉਹਨਾਂ 'ਚੋਂ ਇੱਕ ਸੀ ਸੋ ਉਹ ਲੋਕ ਐਥਲੈਟਿਕਸ ਦੇ ਮਾਮਲੇ 'ਚ ਬਹੁਤ ਜ਼ਬਰਦਸਤ ਰਹੇ ਆ ਉਸ ਵੇਲੇ ਦੀ ਐਥਲੈਟਿਕਸ ਉਸ ਵੇਲੇ ਦੀਆਂ ਖੇਡਾਂ ਸ਼ਾਇਦ ਉਹਨਾਂ ਜੰਗਾਂ ਤੋਂ ਹੀ ਪ੍ਰਭਾਵਿਤ ਸੀ ਕਿਹਾ ਜਾਂਦਾ ਹੈ ਕਿ 776 ਈਸਵੀ 'ਚ ਗ੍ਰੀਸ ਦੇ 올ੰਪੀਆ ਸ਼ਹਿਰ ਉਸ ਵੇਲੇ ਦਾ ਸ਼ਹਿਰ ਉੱਥੇ ਸਭ ਤੋਂ ਪੁਰਾਤਨ 올ੰਪਿਕਸ ਕਰਾਈਆਂ ਗਈਆਂ ਸੀ ਜਿਨ੍ਹਾਂ ਨੂੰ ਫਾਈਟਸ ਤੇ ਕਲੋਥਨੀ ਨੇ ਸ਼ੁਰੂ ਕੀਤਾ ਸੀ ਇਹ ਉਹਨਾਂ ਵੇਲਿਆਂ ਦੀ ਗੱਲ ਆ ਜਦੋਂ ਆਪਾਂ ਇਹ ਕਹਿ ਸਕਦੇ ਆ ਕਿ ਐਂਸ਼ੀਅੰਟ 올ੰਪਿਕਸ ਪੁਰਾਤਨ 올ੰਪਿਕ ਖੇਡਾਂ ਜਿਹੜੀਆਂ ਆਧੁਨਿਕ 올ੰਪਿਕ ਖੇਡਾਂ ਨਾ ਇਹ ਤਾਂ 19ਵੀਂ ਸਦੀ ਦੇ ਅੰਤ 'ਚ ਜਾ ਕੇ ਮਸ਼ਹੂਰ ਹੁੰਦੀਆਂ 1890 ਤੋਂ ਬਾਅਦ ਦੁਬਾਰਾ ਫੇਰ ਜਦੋਂ ਪੂਰੀ ਦੁਨੀਆ ਇਕੱਠੀ ਹੁੰਦੀ ਆ ਤੇ ਉਹਨਾਂ ਨੂੰ ਲੱਗਦਾ ਕਿ ਗ੍ਰੀਸ ਜਿਹੜਾ ਜਿਨੇ ਇਹ 올ੰਪਿਕਸ ਨੂੰ ਸ਼ੁਰੂ ਕੀਤਾ ਕਿਉਂ ਨਾ ਦੁਬਾਰਾ ਫੇਰ ਨਵੀਆਂ 올ੰਪਿਕਸ ਖੇਡਾਂ ਆਧੁਨਿਕ 올림픽 ਖੇਡਾਂ ਦੀ ਸ਼ੁਰੂਆਤ ਫਿਰ ਇੱਥੋਂ ਕਿਉਂ ਨਾ ਕੀਤੀ ਜਾਵੇ ਸੋ ਫਾਈਨਲੀ ਫਿਰ ਨਵੀਆਂ 올림픽 ਖੇਡਾਂ ਜਿਹੜੀਆਂ ਸੀਗੀਆਂ ਮਾਡਰਨ 올림픽 ਖੇਡਾਂ ਦੀ ਸ਼ੁਰੂਆਤ ਵੀ ਫਿਰ ਗ੍ਰੀਸ ਦੇਸ਼ ਤੋਂ ਕੀਤੀ ਜਾਂਦੀ ਹੈ ਤੇ ਮੰਨਿਆ ਜਾਂਦਾ ਹੈ ਕਿ ਪੀਟਰ ਬੈਰਨ ਕੋਬਟਿਨ ਇਹ ਇੱਕ ਫ੍ਰੈਂਚ ਪਰਸਨ ਸੀਗਾ ਜਿਨੇ ਸਭ ਤੋਂ ਪਹਿਲੀ ਵਾਰ ਇਨ੍ਹਾਂ ਖੇਡਾਂ ਦਾ ਕਨਸੈਪਟ ਦਿੱਤਾ ਉਹੀ ਸ਼ਖਸ ਜਿਨੇ ਦੱਸਿਆ ਕਿ ਆਪਾਂ ਨੂੰ ਇੱਕ ਇੰਟਰਨੈਸ਼ਨਲ 올림픽 ਕਮੇਟੀ ਬਣਾਉਣੀ ਚਾਹੀਦੀ ਹੈ ਦਾ ਇਹ ਸ਼ੁਰੂਆਤ ਦਾ ਦੌਰ ਸੀਗਾ ਜਦੋਂ ਨਾ 7-8 ਦੇਸ਼ਾਂ ਨੇ ਮਿਲ ਕੇ ਖੇਡਾਂ ਕਰਾਈਆਂ ਫਿਰ ਪਹਿਲੀ ਵਾਰ 7-8 ਦੇਸ਼ ਜਦੋਂ ਖੇਡਾਂ ਕਰਾਉਣ 'ਚ ਕਾਮਯਾਬ ਹੋ ਗਏ 1890-92-94 'ਚ ਫਿਰ ਉਸ ਤੋਂ ਬਾਅਦ ਇੱਕ ਨੀਂ ਬੱਜੀ ਕਿ ਇਸ ਦੁਨੀਆ ਦੇ ਵਿੱਚ 올림픽ਸ ਦੀਆਂ ਖੇਡਾਂ ਪੂਰੇ ਵਿਸ਼ਵ ਪੱਧਰ ਤੇ ਕਰਾਈਆਂ ਜਾ ਸਕਦੀਆਂ ਸੋ ਜੇ ਕੋਈ ਮੈਨੂੰ ਪੁੱਛੇ ਪੈਰੀ ਬੈਰਨ ਇਹਨੂੰ ਸਿਹਰਾ ਬੱਜਿਆ ਜਾਂਦਾ ਕਿ ਜਿਨ੍ਹਾਂ ਇਹ ਗੇਮਾਂ ਨੂੰ ਸ਼ੁਰੂ ਕਰਵਾਉਣ 'ਚ ਰੋਲ ਦਾ ਕੀਤਾ ਉਹਦੇ ਹੀ ਐਫਰਟ ਸੀਗੇ ਕਿ 16 ਜੂਨ 1894 ਨੂੰ ਹਜੇ 올림픽ਸ ਨਹੀਂ ਖੇਡਾਂ ਹੋਈਆਂ 16 ਜੂਨ 1894 ਨੂੰ ਪਹਿਲੀ ਵਾਰ ਕੁਸ਼ਕ ਦੇਸ਼ ਕੁਸ਼ਕ 7-8 ਦੇਸ਼ ਸੀਗੇ ਜਿੰਨਾਂ ਚ ਇੰਗਲੈਂਡ ਅਮਰੀਕਾ ਗ੍ਰੀਸ ਰਸ਼ੀਆ ਸਵਿਡਨ ਬੈਲਜੀਅਮ ਇਟਲੀ ਤੇ ਸਪੇਨ ਇਹਨਾਂ ਦੇਸ਼ਾਂ ਨੇ ਪਾਰਟਿਸਿਪੇਟ ਕੀਤਾ ਤੇ ਪਹਿਲੀ ਵਾਰ ਇੱਕ ਇੰਟਰਨੈਸ਼ਨਲ ਇਵੈਂਟ ਹੋਇਆ ਉਹਨੂੰ ਤੁਸੀਂ 올ਿਮਪਿਕਸ ਦਾ ਨਾਮ ਨਹੀਂ ਦੇ ਸਕਦੇ ਫਾਈਨਲੀ ਫਿਰ ਜਾ ਕੇ ਮੋੜ ਬੱਜਿਆ ਪਹਿਲੀਆਂ ਮਾਡਰਨ 올ਿਮਪਿਕਸ ਜੋ ਕਿ 1896 ਚ ਗ੍ਰੀਸ ਨੂੰ ਹੀ ਕਿਉਂ ਚੁਣਿਆ ਗਿਆ ਕਿਉਂਕਿ ਉਹ ਗ੍ਰੀਸ ਹੀ ਸੀਗਾ ਜਿੱਥੇ 776 BC ਚ ਐਨਸ਼ੀਅੰਟ 올ੰਪਿਕਸ ਦੀ ਸ਼ੁਰੂਆਤ ਹੋਈ ਸੀ ਇਸੇ ਕਰਕੇ ਮਾਡਰਨ 올ੰਪਿਕਸ ਵਾਸਤੇ ਵੀ ਗ੍ਰੀਸ ਦੇ ਉਸ ਟਾਈਮ ਦਾ ਜਿਹੜਾ ਮਹੱਤਵਪੂਰਨ ਸ਼ਹਿਰ ਸੀ ਐਥਨਸ ਉਹਨੂੰ ਚੁਣਿਆ ਗਿਆ ਤੇ ਉੱਥੇ ਹੀ ਬੈਠ ਕੇ ਤੈਅ ਕੀਤਾ ਗਿਆ ਕਿ ਕੋਸ਼ਿਸ਼ ਕੀਤੀ ਜਾਊਗੀ ਕਿ ਹਰ 4 ਸਾਲ ਬਾਅਦ ਇਹ ਖੇਡਾਂ ਕਰਵਾਈਆਂ ਜਾਣ ਫਿਰ ਉਸ ਤੋਂ ਬਾਅਦ ਕੀ ਹੋਇਆ ਕਹਿੰਦੇ ਕਿ ਸਮਰ ਤੇ ਵਿੰਟਰ ਇਹ ਖੇਡਾਂ ਕਰਵਾਈਆਂ ਜਾਣ ਫਿਰ ਕੀ ਕਰਦੇ ਸੀ ਹਰ 4 ਸਾਲ ਬਾਅਦ ਜਿਹੜੀਆਂ ਗਰਮੀਆਂ ਆਉਂਦੀਆਂ ਸੀ ਉਦੋਂ ਸਮਰ 올ੰਪਿਕਸ ਤੇ ਜਦੋਂ ਸਰਦੀਆਂ ਆਉਂਦੀਆਂ ਸੀ ਉਦੋਂ ਵਿੰਟਰ 올ੰਪਿਕਸ ਫਿਰ ਅੱਗੇ ਜਾ ਕੇ ਇਸ ਫੈਸਲੇ ਨੂੰ ਥੋੜਾ ਜਿਹਾ ਬਦਲਿਆ ਗਿਆ ਕਹਿੰਦੇ ਸਮਰ ਤੇ ਵਿੰਟਰ ਆਪਸ ਵਿੱਚ 2-2 ਸਾਲਾਂ ਦੇ فاਸਲੇ ਬਾਅਦ ਰੱਖੀਆਂ ਜਾਣ ਸੋ ਸਮੇਂ ਦੇ ਨਾਲ-ਨਾਲ ਬਹੁਤ ਕੁਝ ਬਦਲਿਆ ਹੈ ਪਰ ਕਹਾਣੀ ਵੱਜੀ ਕਿੱਥੋਂ ਆ ਸਭ ਤੋਂ ਪਹਿਲਾਂ ਸਿਰਫ ਸਮਰ 올림픽ਸ ਤੋਂ ਕਹਾਣੀ ਚੱਲੀ ਹੈ ਇੰਟਰਨੈਸ਼ਨਲ 올림픽 ਕਮੇਟੀ ਬਣਾਈ ਗਈ ਜਿਸ ਦਾ ਕੰਮ ਸੀ ਕਿ ਬਈ ਕਿਸ ਤਰੀਕੇ ਨਾਲ 올림픽ਸ ਖੇਡਾਂ ਦਾ ਪ੍ਰਸਾਰ ਕੀਤਾ ਜਾਵੇ ਤੇ ਕਿਸ ਤਰੀਕੇ ਨਾਲ 올림픽ਸ ਖੇਡਾਂ ਨੂੰ ਆਰਗੇਨਾਈਜ਼ ਕੀਤਾ ਜਾਵੇ ਕਿਉਂਕਿ ਉਸ ਵੇਲੇ ਸਭ ਤੋਂ ਵੱਡਾ ਚੈਲੰਜ ਸੀ ਓਲੰਪਿਕਸ ਖੇਡਾਂ ਨੂੰ ਆਰਗੇਨਾਈਜ਼ ਕਰਨਾ ਉਹਦੀ ਇੱਕ ਵਜ੍ਹਾ ਇਹ ਸੀ ਕਿਉਂਕਿ ਸ਼ਾਇਦ ਨਾ ਜੇ ਤੁਸੀਂ 1900 ਦੇ ਅਰਾਊਂਡ ਦੀ ਦੁਨੀਆ ਨੂੰ ਸਮਝਦੇ ਹੋਵੋਗੇ ਤਾਂ ਤੁਹਾਡੇ ਲਈ ਸਭ ਤੋਂ ਵੱਡਾ ਚੈਲੰਜ ਉਹ ਆ ਜਦੋਂ ਹੁਣ ਤੁਸੀਂ ਸੋਚ ਕੇ ਦੇਖੋ ਜਿੰਨਾ ਔਖਾ ਕੰਮ ਅੱਜ ਇੰਡੀਆ ਪਾਕਿਸਤਾਨ ਦਾ ਮੈਚ ਕਰਾਉਣਾ ਨਾ ਉਨਾ ਹੀ ਔਖਾ ਕੰਮ 1900 ਦੇ ਵੇਲੇ 'ਚ ਯੂਰਪ ਦੇ ਵਿੱਚ 올ੰਪਿਕ ਖੇਡਾਂ ਕਰਾਉਣਾ ਸੀ ਉਹਦੀ ਸਾਫ਼ ਵਜ੍ਹਾ ਇਹ ਆ ਇੰਡੀਆ ਤੇ ਪਾਕਿਸਤਾਨ ਦੀ ਰਾਈਵਲੀ ਜਾਂ ਦੁਸ਼ਮਣੀ ਹਜੇ ਇਸ ਪੱਧਰ ਤੇ ਨਹੀਂ ਪਹੁੰਚੀ ਕਿ ਇਹ ਇੱਕ ਦੂਜੇ ਦੇਸ਼ ਨੂੰ ਬਰਬਾਦ ਕਰ ਦੇਣ। ਉਸ ਵੇਲੇ ਯੂਰਪ ਇਸ ਪੱਧਰ ਤੇ ਸੀਗਾ ਤੁਸੀਂ ਸੋਚ ਕੇ ਦੇਖੋ 1850 ਤੋਂ ਲੈ ਕੇ ਜਾਂ 1814 ਤੋਂ ਲੈ ਕੇ 1914 ਤੱਕ 100 ਸਾਲ ਯੂਰਪ ਦੇ ਅੰਦਰ ਅੱਗ ਸੁਲਗਦੀ ਰਹੀ ਕਿ ਅਸੀਂ ਉਹਨੂੰ ਮਾਰਨਾ ਹੈ ਉਸ ਨੂੰ ਮਾਰਨਾ ਹੈ ਤੇ ਉਹਦਾ ਨਤੀਜਾ ਪਤਾ ਕੀ ਹੋਇਆ ਜਦੋਂ 1914 'ਚ ਫਰਸਟ ਵਰਲਡ ਵਾਰ ਹੋ ਗਈ। ਦੁਨੀਆ ਨੂੰ ਸਬੂਤ ਮਿਲਦੇ ਆ ਕੀ 1880 1890 1910 ਦਾ ਯੂਰਪ ਕਿੰਨਾ ਡਿਸਟਰਬਡ ਹੋਊਗਾ ਉਹਨਾਂ ਦੇ ਦੇਸ਼ਾਂ ਦੀ ਆਪਸ ਨਹੀਂ ਬਣ ਰਹੀ ਜਰਮਨ ਦੀ ਇੰਗਲੈਂਡ ਨਾਲ ਨਹੀਂ ਬਣ ਰਹੀ ਰਸ਼ੀਆ ਦੀ ਜਰਮਨ ਨਾਲ ਨਹੀਂ ਬਣ ਰਹੀ ਆਪਸ ਦੇ ਵਿੱਚ ਇੰਨੀ ਕੁ ਜ਼ਿਆਦੀ ਫ੍ਰਿਕਸ਼ਨ ਜਰਮਨ ਹੰਗਰੀ ਨੂੰ ਆਸਟਰੀਆ ਹੰਗਰੀ ਨੂੰ 19ਵੀਂ ਸਦੀ ਚ ਹਟਾਉਣਾ ਚਾਹੁੰਦਾ ਸੀ ਉਹਨਾਂ ਦਾ ਆਪਸ ਦੇ ਵਿੱਚ ਯੂਨੀਫਿਕੇਸ਼ਨ ਦਾ ਰੋਲਾ ਚੱਲ ਰਿਹਾ ਹੈ ਇਟਲੀ ਦੇ ਛੋਟੇ-ਛੋਟੇ ਸ਼ਹਿਰ ਆਪਸ ਚ ਟੁੱਟੇ ਹੋਏ ਆ ਸੋ ਫਰਾਂਸ ਦੀ ਫਰਾਂਸ ਨੂੰ ਹੋਂਦ ਦਾ ਖਤਰਾ ਸੀ ਸੋ ਕੁੱਲ ਮਿਲਾ ਕੇ ਇਹ ਸਾਰੇ ਦੇਸ਼ ਦੇਸ਼ ਇੱਕ ਤਾਂ ਆਪਣੇ ਅਸਤਿਤਵ ਦੀ ਲੜਾਈ ਲੜ ਰਹੇ ਆ ਤੇ ਦੂਜੇ ਪਾਸੇ ਇਹ 올ਿਮਪਿਕਸ ਖੇਡਾਂ ਜਿਹੜੀਆਂ ਨੇ ਉਹਨਾਂ ਨੂੰ ਖੇਡ ਰਹੇ ਆ ਸੋ 올ਿਮਪਿਕਸ ਦੀ ਸ਼ੁਰੂਆਤ ਉਸ ਵੇਲੇ ਕਰਨੀ ਬਹੁਤ ਔਖੀ ਸੀ ਅੰਤਰਰਾਸ਼ਟਰੀ 올ਿਮਪਿਕ ਕਮੇਟੀ ਪੈਰੀ ਦੀ ਕੋਵਟਨ ਨੇ 23 ਜੂਨ 1894 ਨੂੰ ਬਣਾਈ ਤੇ ਆ ਡੈਮਿਟਰਸ ਵਿਕੇਲਜ਼ ਇਹ ਪਹਿਲੇ ਪ੍ਰਧਾਨ ਬਣੇ 올ਿਮਪਿਕ ਕਮੇਟੀ ਦੇ ਤੋ ਸਭ ਤੋਂ ਇੰਪੋਰਟੈਂਟ ਗੱਲ ਆ ਜੇ ਕੋਈ ਮੈਨੂੰ ਆਪਾਂ ਨੂੰ ਪੁੱਛੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਪੈਰੀ ਡੀ ਕੋਬਰਟਿਨ ਏ ਉਹ ਸ਼ਖਸ ਆ ਜਿਹਨੂੰ ਸ਼ਰੇਹ ਦਿੱਤਾ ਜਾ ਸਕਦਾ ਹੈ ਪਹਿਲੀਆਂ 올림픽ਸ ਦਾ ਪ੍ਰਬੰਧ ਕਰਨ ਦਾ ਠੀਕ ਆ ਇੱਕ ਫ੍ਰੈਂਚ ਸੀਗਾ ਤੇ ਇੰਨੀ ਅੱਗੇ ਜਾ ਕੇ ਸਾਰਾ ਕਨਸੈਪਟ ਮੋਟੋ ਵਗੈਰਾ ਜਿਹੜਾ ਸੀਗਾ ਇਹਦਾ ਹੀ ਕਨਸੈਪਟ ਸੀ ਸਾਰਾ ਕਿ 올림픽ਸ ਖੇਡਾਂ ਕਰਵਾਈਆਂ ਕਿਵੇਂ ਜਾਣਗੀਆਂ ਖੈਰ 올림픽ਸ ਦਾ 올림픽ਸ ਕਮੇਟੀ ਦਾ ਹੈੱਡ ਕੁਆਰਟਰ ਲੁਸਾਨ ਸਵਿਟਜ਼ਰਲੈਂਡ ਚ ਤੇ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ ਲੂਸਾਨ ਸਵਿਟਜ਼ਰਲੈਂਡ ਦਾ ਉਹ ਸ਼ਹਿਰ ਆ ਜਿਹਨੂੰ ਕਿਸੇ ਤਰੀਕੇ ਨਾਲ ਸਪੋਰਟਸ ਦਾ ਮੱਕਾ ਵੀ ਕਿਹਾ ਜਾ ਸਕਦਾ ਮੱਕਾ ਤਾਂ ਨਹੀਂ ਮੈਂ ਕਹਿ ਸਕਦਾ ਕਹਿ ਲੋ ਕਿ ਇਹ ਸਮਝ ਲੋ ਕਿ ਸਪੋਰਟਸ ਦੀ ਜਿਹੜੀ ਸਭ ਤੋਂ ਤਗੜੀ ਅਦਾਲਤ ਆ ਨਾ ਜਿੱਥੇ ਸਪੋਰਟਸ ਦੇ ਸਾਰੇ ਝਗੜੇ ਨਿਪਟਾਰੇ ਜਾਂਦੇ ਆ ਵਿਸ਼ੇਸ਼ ਤੌਰ ਤੇ 올림픽ਸ ਖੇਡਾਂ ਨਾਲ ਸੰਬੰਧਤ ਜੇ ਕਦੇ ਝਗੜਾ ਹੋ ਜੇ ਨਾ ਤਾਂ ਉਹ ਇੰਟਰਨੈਸ਼ਨਲ ਕੋਰਟ ਆਫ ਆਰਬਿਟ੍ਰੇਸ਼ਨ ਫਾਰ ਸਪੋਰਟਸ ਇੱਥੇ ਨਿਪਟਾਰਾਇਆ ਜਾਂਦਾ ਇਹਦਾ ਮੋਸਟ ਇੰਪੋਰਟੈਂਟ ਕੋਰਟ ਸ਼ਾਇਦ ਅਸੀਂ ਦੁਨੀਆ ਦੀਆਂ ਹੋਰ ਕਈ ਅਦਾਲਤਾਂ ਬਾਰੇ ਜਾਣਦੇ ਹੋਵਾਂਗੇ ਇੰਟਰਨੈਸ਼ਨਲ ਕੋਰਟ ਆਫ ਆਰਬਿਟ੍ਰੇਸ਼ਨ ਅਸੀਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਅੰਤਰਰਾਸ਼ਟਰੀ ਨਿਆਂ ਅਦਾਲਤ ਅਸੀਂ ਕਈ ਅਦਾਲਤਾਂ ਬਾਰੇ ਜਾਣਦੇ ਹੋਵਾਂਗੇ ਪਰ ਕਿਤੇ ਨਾ ਕਿਤੇ ਅਸੀਂ ਭੁੱਲ ਜਾਂਦੇ ਹਾਂ ਕਿ ਇੱਕ ਅਦਾਲਤ ਦੁਨੀਆ 'ਚ ਸਪੋਰਟਸ ਖੇਡਾਂ ਦੇ ਝਗੜੇ ਨਿਪਟਾਰਨ ਵਾਸਤੇ ਵੀ ਬਣੀ ਆ। ਸੋ ਕੋਰਟ ਆਫ ਆਰਬਿਟ੍ਰੇਸ਼ਨ ਫਾਰ ਸਪੋਰਟਸ ਇੱਕ ਅੰਤਰਰਾਸ਼ਟਰੀ ਸੰਸਥਾਏ ਜਿਹਨੂੰ 1984 'ਚ ਬਹੁਤ ਹੁਣ ਦੀ ਗੱਲ ਆ ਬਣਾਇਆ ਗਿਆ ਤਾਂ ਕਿ ਸਪੋਰਟਸ ਨਾਲ ਸੰਬੰਧਤ ਮਸਲੇ ਜਿਹੜੇ ਵਿਵਾਦ ਆ ਉਹਨਾਂ ਨੂੰ ਨਿਪਟਾਰਿਆ ਜਾ ਸਕੇ ਲਿਉਸੇਨ ਸਵਿਟਜ਼ਰਲੈਂਡ ਚ ਇਹਦਾ ਵੀ ਹੈੱਡਕੁਆਟਰ ਸੋ ਇਹ ਇੱਕ ਫੈਕਟ ਅਡ ਰੈੱਡ ਕਲਰ ਚ ਇਸੇ ਕਰਕੇ ਦੱਸਿਆ ਤਾਂ ਕਿ ਤੁਹਾਨੂੰ ਲੱਗੇ ਕਿ ਸਿੱਧੇ ਤੌਰ ਤੇ ਉਹਦੇ ਨਾਲ ਸੰਬੰਧਤ ਨਹੀਂ ਪਰ 올림픽ਸ ਦੇ ਝਗੜੇ ਨਿਪਟਾਰੇ ਜਾਂਦੇ ਆ ਪੇਪਰਾਂ ਚ ਆਉਣ ਵਾਲਾ ਬੜਾ ਸੌਖਾ ਜਿਹਾ ਸਵਾਲ ਆ ਕਿਉਂਕਿ 99% ਜਦੋਂ ਪੇਪਰ ਚ ਆਊਗਾ ਕਿ ਬਈ ਕੋਰਟ ਆਫ ਆਰਬਿਟ੍ਰੇਸ਼ਨ ਆਫ ਸਪੋਰਟਸ ਇਜ਼ ਸਿਚੁਏਟਿਡ ਐਟ ਜਾਂ ਲੋਕੇਟਿਡ ਐਟ ਤਾਂ 90% ਦਾ ਆਨਸਰ ਜਾਂ ਤਾਂ ਨਿਊਯਾਰਕ ਜਾਂ ਵਾਸ਼ਿੰਗਟਨ ਜਾਂ ਹੈਗ ਇਹ ਤਿੰਨ ਕਿ ਸ਼ਹਿਰ ਆ ਜਿੱਥੇ ਅਦਾਲਤਾਂ ਸੰਸਥਾ ਅਦਾਲਤਾਂ ਵਰਗੀਆਂ ਸੰਸਥਾਵਾਂ ਬਣੀਆਂ ਹੋਈਆਂ ਤੇ ਅਸੀਂ ਤੁੱਕਾ ਉੱਥੇ ਮਾਰਦੇ ਆ ਸੋ ਕਾਈਂਡਲੀ ਪਲੀਜ਼ ਇਹਨਾਂ ਚੀਜ਼ਾਂ ਤੋਂ ਬਚਿਓ ਹੁਣ ਇੰਪੋਰਟੈਂਟ ਗੱਲ ਕਹਿੰਦੇ ਜੀ ਪਹਿਲੀਆਂ ਸਪੋਰਟਸ ਹੁਣ ਦੇਖੋ 1894 ਦੇ ਵਿੱਚ ਇੰਟਰਨੈਸ਼ਨਲ 올ੰਪਿਕ ਕਮੇਟੀ ਬਣਦੀ ਆ ਠੀਕ ਆ ਸੋ ਪੈਰੀ ਡੀ ਪਹਿਲੇ ਸੀਗੇ ਜਿਨ੍ਹਾਂ ਨੇ ਮਤਲਬ ਕਿ 올ੰਪਿਕਸ ਖੇਡਾਂ ਨੂੰ ਕਰਵਾਉਣ ਦਾ ਇਨੀਸ਼ੀਏਟਿਵ ਲਿਆ ਤੇ ਖੁਦ ਇਹਦੇ ਪਹਿਲੇ ਸਕੱਤਰ ਬਣੇ ਠੀਕ ਆ ਖੈਰ ਪਹਿਲੀਆਂ ਸਮਰ 올ੰਪਿਕਸ ਜਿਹੜੀਆਂ ਐਥਨਸ 'ਚ 1896 'ਚ ਕਰਾਈਆਂ ਗਈਆਂ 1924 ਚ ਫਰਾਂਸ ਚੋਂ ਸਰਦੀ ਸਰਦ ਰੁੱਤ ਦੀਆਂ 올림픽ਸ ਵੀ ਸ਼ੁਰੂ ਹੋ ਗਈਆਂ ਉਸ ਤੋਂ ਬਾਅਦ ਯੂਥ 올림픽 ਗੇਮਸ ਮਤਲਬ ਕਿ ਜਿਹੜੀਆਂ ਯੂਥ ਜਾਂ ਕਾ ਟੇਜ ਵਾਲਿਆਂ ਵਾਸਤੇ ਪਹਿਲੀਆਂ ਗਰਮ ਰੁੱਤ ਦੀਆਂ ਯੂਥ 올림픽ਸ ਗੇਮਸ ਸਿੰਗਾਪੁਰ ਚ ਸ਼ੁਰੂ ਹੋਈਆਂ ਪਹਿਲੀਆਂ ਵਿੰਟਰ ਯੂਥ 올림픽 ਗੇਮਸ ਜਿਹੜੀਆਂ ਸੀਗੀਆਂ ਉਹ ਇਨਸਬ੍ਰੁਕ ਚ ਸ਼ੁਰੂ ਹੋਈਆਂ 2012 ਚ 2 1992 ਤੱਕ ਦਾ ਟ੍ਰੈਂਡ ਇਹ ਸੀ ਕਿ ਜਿਹੜੀਆਂ ਸਮਰ ਤੇ ਵਿੰਟਰ 올림픽ਸ ਉਹ ਇੱਕੋ ਸਾਲ ਚ ਹੁੰਦੀਆਂ ਸੀ 1992 ਤੋਂ ਬਾਅਦ ਫਿਰ ਇਹ ਫੈਸਲਾ ਕੀਤਾ ਗਿਆ ਕਿ ਸਮਰ 올림픽ਸ ਤੇ ਵਿੰਟਰ 올림픽ਸ 'ਚ 2-2 ਸਾਲ ਦਾ ਗੈਪ ਰੱਖਿਆ ਜਾਊਗਾ ਕਿਉਂਕਿ ਇੱਕ ਗਰਮ ਰੁੱਤ ਦੀਆਂ ਖੇਡਾਂ ਤੇ ਦੂਜੀਆਂ ਗਰਮ ਰੁੱਤ ਦੀਆਂ ਖੇਡਾਂ ਦੇ ਵਿੱਚ ਗੈਪ ਕਿੰਨਾ ਹੈ 4 ਸਾਲ ਦਾ ਤੇ ਵਿੱਚ 2 ਸਾਲ ਦੇ ਗੈਪ ਦੇ ਵਿੱਚ ਵਿੰਟਰ 올림픽ਸ ਆ ਜਾਇਆ ਕਰਨਗੀਆਂ ਸੋ 1992 ਤੋਂ ਬਾਅਦ ਇਹ ਕਨਸੈਪਟ ਹੋਣਾ ਸ਼ੁਰੂ ਹੋ ਗਿਆ ਸੋ 올림픽ਸ ਖੇਡਾਂ ਦਾ ਜਿਹੜਾ ਮੋਟੋ ਆ ਉਹਦੇ 'ਚ ਜਿਹੜੇ ਵਰਡ ਆ ਸਿਟਸ ਐਲਟੀਓਸ 40ਅਸ ਇਹ ਲਾਟਿਨ ਭਾਸ਼ਾ ਦੇ ਸ਼ਬਦ ਆ ਜਿਨ੍ਹਾਂ ਦਾ ਮਤਲਬ ਹੁੰਦਾ ਹੈ ਫਾਸਟ ਹਾਈਅਰ ਉੱਚਾ ਤੇ ਸਟਰੋਂਗਰ ਸੋ ਇਹ ਮੀਨਸ ਕੀ ਖੇਡਾਂ ਦੇ ਤਿੰਨ ਕੈਰੈਕਟਰਿਸਟਿਕਸ ਨੇ ਕਿ ਜਿਹੜਾ სპੋਰਟਸਮੈਨ ਐਥਲੈਟਿਕਸ ਤੇ ਭੱਜਣ ਚ ਆਇਆ ਹੈ ਸਪ੍ਰਿੰਟ ਲੌਨ ਚ ਆਇਆ ਤਾਂ ਉਹ ਬੜਾ ਫਾਸਟ ਹੋਣਾ ਚਾਹੀਦਾ ਹੈ ਹਾਈਅਰ ਹਾਈ ਜੰਪ ਜਾਂ ਜਿਹੜੀਆਂ ਖੇਡਾਂ ਚ ਸ਼ਾਲ ਨੂੰ ਇੰਪੋਰਟੈਂਸ ਦਿੱਤੀ ਜਾਂਦੀ ਹੈ ਤੇ ਸਟਰੋਂਗਰ ਜਿੱਥੇ ਕੁਸ਼ਤੀ ਲੜੀ ਜਾਂਦੀ ਹੈ ਸੋ ਤਿੰਨ ਸ਼ਬਦ ਇਹਦੇ ਪਹਿਲਾਂ ਸੀਗੇ ਤੇ ਇਹਦੇ ਨਾਲ ਚੌਥਾ ਸ਼ਬਦ ਜਿਹੜਾ ਹੈ ਨਾ ਕਮਿਊਨਿਟੀ ਜਿਹਦਾ ਮਤਲਬ ਹੈ ਟੁਗੇਦਰ ਇਹ ਸ਼ਬਦ ਨੂੰ ਬਾਅਦ ਚ ਐਡ ਕੀਤਾ ਗਿਆ ਕਹਿੰਦੇ ਆ ਕਿ ਪਹਿਲੇ ਤਿੰਨ ਸ਼ਬਦ ਜਿਹੜੇ ਆ ਉਹ 1920 ਦੀਆਂ ਐਂਟ੍ਰੈਪ ਬੈਲਜੀਅਮ ਦੀਆਂ 올림픽ਸ ਤੇ ਚੌਥਾ ਸ਼ਬਦ ਜਿਹੜਾ ਹੈ ਮੀਨਸ ਇਹ ਤਿੰਨ ਸ਼ਬਦ ਫਾਦਰ ਦਿਦਾਨ ਕੋਈ ਪ੍ਰੀਸਟ ਸੀਗਾ ਫਰਾਂਸ ਤੋਂ ਜਿੰਨੇ ਇਹ ਸ਼ਬਦ ਕੋਇਨ ਕੀਤੇ ਸੀ ਤੇ ਚੌਥਾ ਸ਼ਬਦ ਜਿਹੜਾ ਸੀਗਾ ਉਹ 2021 ਚ ਕਮਿਨਿਨਸ ਕਮਿਊਨਿਜ਼ਮ ਕਮਿਊਨਿਟੀ ਸਾਂਝ ਇਕੱਠ ਇਕ ਇਕੱਠਤਾ ਸੋ ਉੱਥੋਂ ਚੱਕਿਆ ਗਿਆ ਸ਼ਬਦ ਸੋ ਜੇ ਇਹਦੇ ਮੋਟੋ ਨੂੰ ਲੈ ਕੇ ਕਦੇ ਵੀ ਕੋਈ ਕਨਸੈਪਟ ਪੇਪਰ ਚ ਆ ਗਿਆ ਜਾਂ ਕੋਈ ਵੀ ਆ ਗਿਆ ਤਾਂ ਇਹਦੇ ਵਿੱਚ ਕੰਮ ਉਲਝਣਾ ਨਹੀਂ ਚਾਹੀਦਾ ਗੱਲ ਕਰਦੇ ਆ 올림픽 ਫਲੈਗ 올림픽ਸ ਦੇ ਪਤਾਮਾ ਮੰਨੇ ਜਾਂਦੇ ਜਿਹੜੇ ਸੀਗੇ ਸੌਰੀ 올림픽ਸ ਦਾ ਜਿਹੜਾ ਫਲੈਗ ਸੀਗਾ ਉਹ ਡਿਜ਼ਾਈਨ ਕੀਤਾ ਸੀ ਬੈਰਨ ਪੈਰੀ ਨੇ ਤੋਂ ਇਸ ਫਲੈਗ ਦੇ ਵਿੱਚ ਪੰਜ ਰਿੰਗਸ ਨੇ ਉੱਪਰ ਤਿੰਨ ਥੱਲੇ ਦੋ ਤੇ ਪੰਜੇ ਦੀਆਂ ਪੰਜੇ ਰਿੰਗਸ ਦੁਨੀਆ ਦੇ ਕੰਟੀਨੈਂਟਸ ਨੂੰ ਰਿਪਰੈਜ਼ੈਂਟ ਕਰਦੀਆਂ ਜਿਵੇਂ ਕਿ ਗ੍ਰੇ ਰਿੰਗ ਕਿਨੂੰ ਰਿਪਰੈਜ਼ੈਂਟ ਕਰਦੀ ਆ ਕਾਲੀ ਰਿੰਗ ਕਿਨੂੰ ਰਿਪਰੈਜ਼ੈਂਟ ਕਰਦੀ ਆ ਰੈੱਡ ਕਿਸ ਕੰਟੀਨੈਂਟ ਨੂੰ ਰਿਪਰੈਜ਼ੈਂਟ ਕਰਦੀ ਆ yellow ring ਕਿਹੜੇ ਕੰਟੀਨੈਂਟ ਨੂੰ ਤੇ ਜਿਹੜੀ ਗ੍ਰੀਨ ਆ ਹਰੇ ਰੰਗ ਦੀ ਜਿਹੜਾ ਕੜਾ ਹੈ ਜਾਂ ਰਿੰਗ ਉਹ ਕਿਹੜੇ ਨੂੰ ਇਹ ਪੰਜ ਰਿੰਗਸ ਨੇ ਪੰਜੇ ਦੀਆਂ ਪੰਜੇ ਰਿੰਗਸ ਵੱਖ-ਵੱਖ ਨੂੰ ਰਿਪਰੈਜ਼ੈਂਟ ਕਰਦੀਆਂ ਫਿਰ ਉਸ ਤੋਂ ਬਾਅਦ 올ੰਪਿਕਸ ਦਾ ਮਾਸਕਟ ਰੱਖਿਆ ਗਿਆ ਜਿਵੇਂ ਜੇ ਤੁਸੀਂ ਆਪਾਂ ਇੱਕ ਨਾ ਮਾਸਕਟ ਜਿਵੇਂ ਕਿਸੇ ਵੀ ਦਾ ਵੀ ਕੋਈ ਚਿੰਨ ਹੋ ਗਿਆ ਇਹ ਸ਼ਾਇਦ ਤੁਹਾਨੂੰ ਪਤਾ ਹੋਵੇ ਅੱਪੂ ਇੱਕ ਹਾਥੀ ਹੁੰਦਾ ਸੀਗਾ ਜਿਹੜਾ ਕਿ ਮੀਨਸ ਕੀ ਅਪੂ ਚਿੜੀਆਕਰ ਜਾਂ ਅਪੂ ਨਾਮ ਬੜਾ ਮਸ਼ਹੂਰ ਹੋਇਆ ਇੱਕ ਹਾਥੀ ਕਾਰਟੂਨ ਜਿਹਾ ਸੀਗਾ ਉਹ ਨਾ 1982 ਚ ਜਦੋਂ ਇੰਡੀਆ ਦੇ ਵਿੱਚ ਏਸ਼ੀਅਨ ਖੇਡਾਂ ਹੋਈਆਂ ਸੀ ਨਾ ਉਹਨਾਂ ਦਾ ਮਾਸਕਟ ਸੀਗਾ ਸੋ ਉਹ ਇੰਨਾ ਮਸ਼ਹੂਰ ਹੋਇਆ ਸੋ ਕਈ ਵਾਰੀ ਕਿਸੇ ਜਿਹੜੇ ਦੇਸ਼ ਦੇ ਵਿੱਚ ਵਾਈਟ ਪਾਂਡਾ ਪਾਇਆ ਜਾਂਦਾ ਹੈ ਜੇ ਉੱਥੇ 올림픽ਸ ਹੋਣਗੀਆਂ ਤਾਂ ਚਿੱਟੇ ਪਾਂਡੇ ਨੂੰ ਆਪਣਾ ਮਾਸਕਟ ਬਣਾ ਲੈਣਗੇ ਸੋ ਮਾਸਕਟ ਬਣਾਉਣ ਦਾ 올림픽ਸ ਦੇ ਵਿੱਚ ਜਿਹੜਾ ਕਨਸੈਪਟ ਉਹ 1972 ਚ ਮਿਊਨਿਕ ਜਰਮਨ ਦੀਆਂ ਖੇਡਾਂ ਤੋਂ ਸ਼ੁਰੂ ਹੋਇਆ ਉਸ ਤੋਂ ਬਾਅਦ ਮਤਲਬ ਕਿ ਜਿਵੇਂ ਆ ਇੱਕ ਐਗਜ਼ਾਮਪਲ ਦਿੱਤੀ ਆ ਅਪੂ ਇਹ ਇੱਕ ਹਾਥੀ ਆ ਜਿਹੜਾ 1982 ਦੀਆਂ ਇੰਡੀਆ ਦੀਆਂ ਖੇਡਾਂ ਜਿਹੜੀਆਂ ਹੋਈਆਂ ਸੀ ਨਾ ਇੰਡੀਆ ਇੰਡੀਆ ਚ ਜਦੋਂ ਏਸ਼ੀਅਨ ਖੇਡਾਂ ਕਿਉਂਕਿ ਏਸ਼ੀਅਨ ਖੇਡਾਂ ਬਾਰੇ ਜਿਵੇਂ ਪੜਾਉਂਗਾ ਤਾਂ ਉਸ ਵੇਲੇ ਇਹ ਮਸਕਟ ਬੜਾ ਮਸ਼ਹੂਰ ਹੋਇਆ ਸੀ ਵੈਸੇ ਮੈਂ ਇਹਦੀ ਫੋਟੋ ਕਲਿੱਕ ਕਰਨੀ ਸਾਈਟ ਤੇ ਲਾਉਣੀ ਭੁੱਲ ਗਿਆ ਨਹੀਂ ਤੇ ਤੁਹਾਨੂੰ ਯਾਦ ਆ ਜਾਂਦਾ ਅਪੂ ਠੀਕਾ ਸੋ ਕਿਹੜੀਆਂ ਕਿਹੜੀਆਂ ਸਮਰ 올림픽 ਕਿਹੜੀਆਂ ਕਿਹੜੀਆਂ 올림픽ਸ ਦੇ ਵਿੱਚ ਕਿਹੜਾ ਕਿਹੜਾ ਮਸਕਟ ਆ ਇਹ ਸ਼ਾਇਦ ਤੁਹਾਨੂੰ ਪਤਾ ਹੋਵੇ 2026 ਦੀਆਂ ਵਿੰਟਰ ਦੀਆਂ ਖੇਡਾਂ ਚ 2024 ਦੀਆਂ ਸਮਰ 올림픽ਸ 2020 ਦੀਆਂ ਸਮਰ 올림픽ਸ ਜੋ ਟੋਕੀਓ ਚ ਹੋਈਆਂ ਸੀ ਸ਼ਾਇਦ ਮੈਨੂੰ ਲੱਗਦਾ ਇੱਕ ਸਾਲ ਲੇਟ ਕੀਤੀਆਂ ਗਈਆਂ ਸੀ ਸੋ ਕਾਈਂਡਲੀ ਆਪਾਂ ਨੂੰ ਇਹ ਕਲੀਅਰ ਹੋਣਾ ਚਾਹੀਦਾ ਕਿ ਇਨ੍ਹਾਂ 올림픽ਸ ਦਾ ਜਿਹੜਾ ਉਹ ਸੀਗਾ ਮਤਲਬ ਕੀ ਕਹਿ ਲਓ ਮਸਕਟ ਕੀ ਰੱਖਿਆ ਗਿਆ ਉਸ ਤੋਂ ਬਾਅਦ ਅਗਲਾ ਕਨਸੈਪਟ ਆ ਗਿਆ 올림픽ਸ ਦੀ ਫਲੇਮ ਜਿਹੜੀ ਉਹ ਫਲੇਮ ਜਗਾਉਂਦੇ ਆ ਠੀਕਾ ਉਲੰਪਿਕਸ ਦੀ ਫਲੇਮ ਦਾ ਕਨਸੈਪਟ ਜਿਹੜਾ ਸੀਗਾ ਕਹਿੰਦੇ ਆ ਕਿ ਇਹ 16 ਦੇ 16 ਦਿਨ ਚੱਲਦੀ ਹੈ ਜਿੰਨੇ ਦਿਨ ਉਲੰਪਿਕਸ ਚੱਲਦੀ ਹੈ ਪਹਿਲੀ ਵਾਰ ਇਹਨੂੰ ਐਮਸਟਰਡਮ ਜਿਹੜੀ ਨੀਦਰਲੈਂਡ ਦੇ ਵਿੱਚ ਉਲੰਪਿਕਸ ਖੇਡੀਆਂ ਗਈਆਂ ਸੀ ਦੇਖੋ ਆਉਣੇ ਸਾਰੇ ਫੈਕਟ ਕਿ ਪਹਿਲੀ ਵਾਰ ਉਲੰਪਿਕਸ ਦਾ ਮੋਟੋ ਕਦੋਂ ਯੂਜ਼ ਹੋਇਆ ਪਹਿਲੀ ਵਾਰ ਉਲੰਪਿਕਸ ਦੀਆਂ ਜਿਹੜੀ ਫਲੇਮ ਆ ਠੀਕ ਆ ਉਹ ਕਦੋਂ ਜਗਾਈ ਗਈ ਸੋ ਉਸ ਤੋਂ ਬਾਅਦ ਆ ਗਈ ਉਲੰਪਿਕਸ ਦੀ ਓਪਨਿੰਗ ਤੇ ਕਲੋਜ਼ਿੰਗ ਸੈਰਮਨੀ ਕਹਿੰਦੇ ਜਿਸ ਦੇਸ਼ ਦੇ ਵਿੱਚ ਖੇਡਾਂ ਹੁੰਦੀਆਂ ਨੇ ਦੇਖੋ ਦੋ ਤਿੰਨ ਚੀਜ਼ਾਂ ਮੈਟਰ ਕਰਦੀਆਂ ਜਿਹੜੇ ਦੇਸ਼ 'ਚ ਖੇਡਾਂ ਹੁੰਦੀਆਂ ਉਸ ਦੇਸ਼ ਦਾ ਜੋ ਹੈੱਡ ਆਫ ਸਟੇਟ ਹੁੰਦਾ ਹੈ ਕਿਸੇ ਦੇਸ਼ ਦਾ ਹੈੱਡ ਆਫ ਸਟੇਟ ਕੋਈ ਰਾਜਾ ਹੋ ਸਕਦਾ ਹੈ ਕਿਸੇ ਦੇਸ਼ ਦਾ ਹੈੱਡ ਆਫ ਸਟੇਟ ਕੋਈ ਰਾਸ਼ਟਰਪਤੀ ਹੋ ਸਕਦਾ ਹੈ ਜਿਹੜਾ ਵੀ ਉਸ ਦੇਸ਼ ਦਾ ਹੈੱਡ ਆਫ ਸਟੇਟ ਆ ਠੀਕ ਆ ਉਹ ਓਪਨਿੰਗ ਸੈਰਮਨੀ ਦੀ ਸ਼ੁਰੂਆਤ ਕਰਦਾ ਹੈ ਤੇ ਜਿਹੜੇ ਦੇਸ਼ 'ਚ ਖੇਡਾਂ ਹੋ ਰਹੀਆਂ ਹੁੰਦੀਆਂ ਉਸ ਦੇਸ਼ ਵੱਲੋਂ ਜਿਹੜਾ ਪਲੇਅਰ ਆਫ ਦੀ ਕੰਟਰੀ ਹੁੰਦਾ ਹੈ ਜਾਂ ਜਿਹਨੂੰ ਆਪਾਂ ਕੈਪਟਨ ਕਹਿ ਦਿੰਦੇ ਆ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਕਿ ਫਲਾਣਾ ਬੰਦਾ ਇੰਡੀਆ ਨੂੰ ਰਿਪਰੈਜ਼ੈਂਟ ਕਰੂਗਾ ਜਿਹੜਾ ਵੀ ਬੰਦਾ ਉਸ ਟਾਈਮ ਇੰਡੀਆ ਨੂੰ ਰਿਪਰੈਜ਼ੈਂਟ ਕਰਦਾ ਹੈ ਉਹ ਉਹ ਜਿਹੜਾ ਕੈਪਟਨ ਆ ਉਹ 올림픽 ਦੀ ਉਥ ਦਿੰਦਾ ਹੈ ਫਿਰ ਜਦੋਂ ਵੀ ਮੈਚ ਖੇਡਿਆ ਜਾਂਦਾ ਹੈ ਫਾਈਨਲੀ ਠੀਕ ਆ ਜਦੋਂ ਵੀ ਕੋਈ ਖਿਡਾਰੀ ਮੈਚ ਜਿੱਤਦਾ ਹੈ ਤਾਂ ਇੱਕ ਤਾਂ ਜਿਹੜੇ ਦੇਸ਼ ਦਾ ਖਿਡਾਰੀ ਨੇ ਜਿੱਤਿਆ ਹੁੰਦਾ ਉਹ ਇੱਕ 올림픽ਸ ਦਾ ਆਪਣਾ ਐਨਥਮ ਤੇ ਇੱਕ ਜਿਹੜੇ ਦੇਸ਼ ਦੇ ਵਿੱਚ 올림픽ਸ ਹੋ ਰਹੀਆਂ ਹੁੰਦੀਆਂ ਉਹ ਉਹ ਚੱਲਦਾ ਹੈ ਸੋ ਜਦੋਂ ਵੀ ਜੀ ਮੀਨਸ ਕਿ ਜਦੋਂ ਵੀ ਆਪਣਾ ਜਿਹੜੀ ਵੀ ਜਦੋਂ ਵੀ ਆਪਣਾ ਮੈਚ ਕੋਈ ਖਿਡਾਰੀ ਪਲੇਅਰ ਜਿੱਤਦਾ ਨਾ ਤਾਂ ਜਿਹੜਾ ਵੀ ਉਸ ਦੇਸ਼ ਦਾ ਨੈਸ਼ਨਲ ਐਂਥਮ ਜ਼ਰੂਰੀ ਨਹੀਂ ਹਰ ਦੇਸ਼ ਦਾ ਆਪਣਾ ਐਂਥਮ ਹੋਵੇ ਕਿਸੇ ਦੇਸ਼ 'ਚ ਨੈਸ਼ਨਲ Song ਵੀ ਹੋ ਸਕਦਾ ਹੈ ਜਿਵੇਂ ਇੰਡੀਆ ਦੇ ਵਿੱਚ ਤਾਂ ਆਪਣਾ ਨੈਸ਼ਨਲ ਐਂਥਮ ਆ ਤੇ ਇੱਕ ਨੈਸ਼ਨਲ Song ਇੱਕ ਰਾਸ਼ਟਰੀ ਗਾਣ ਆ ਤੇ ਇੱਕ ਰਾਸ਼ਟਰੀ ਗੀਤ ਤੇ ਭਾਰਤ 'ਚ ਆਫੀਸ਼ੀਅਲੀ ਰਾਸ਼ਟਰੀ ਗਾਣ ਨੂੰ ਰਿਕੋਗਨਾਈਜ਼ ਕੀਤਾ ਗਿਆ ਹੈ ਜ਼ਿਆਦਾ ਨੈਸ਼ਨਲ Song ਜਾਨੀ ਕਿ ਰਾਸ਼ਟਰੀ ਗੀਤ ਨੂੰ ਤੇ ਅਸੀਂ ਸਿਰਫ ਮੋਟੀਵੇਸ਼ਨ ਵਾਸਤੇ ਗਾਉਨੇ ਆ ਤੋ ਕਿਸੇ ਕਿਸੇ ਵੀ ਦੇਸ਼ ਦਾ ਚਾਹੇ ਉਹ ਨੈਸ਼ਨਲ ਐਂਥਮ ਹੋਵੇ ਚਾਹੇ ਨੈਸ਼ਨਲ Song ਜਦੋਂ ਵੀ ਕੋਈ ਪਲੇਅਰ ਜਿਹੜਾ ਹੈ ਉਹ ਕਰਦਾ ਹੈ ਤਾਂ ਉਸ ਟਾਈਮ ਉਹ বাজਾਇਆ ਜਾਂਦਾ ਹੈ ਠੀਕ ਹੈ ਤੇ ਝੰਡੇ ਕਿਹੜੇ-ਕਿਹੜੇ ਦੇਸ਼ ਜਦੋਂ ਸੈਰਮਨੀ ਹੁੰਦੀ ਆ ਸੈਰਮਨੀ ਦੇ ਵੇਲੇ ਤਿੰਨ ਦੇਸ਼ ਤਿੰਨ ਝੰਡੇ ਜਿਹੜੇ ਆ ਉਹ ਚੁਲਾਏ ਜਾਂਦੇ ਆ ਇੱਕ ਇੰਟਰਨੈਸ਼ਨਲ 올림픽 ਖੇਡਾਂ ਜਿੱਥੋਂ ਸ਼ੁਰੂ ਹੋਈਆਂ ਸੀਗੀਆਂ ਗ੍ਰੀਸ ਤੋਂ ਇੱਕ ਤਾਂ ਗ੍ਰੀਸ ਦਾ ਫਲੈਗ ਇੱਕ ਜਿਸ ਦੇਸ਼ 'ਚ ਖੇਡਾਂ ਹੋ ਰਹੀਆਂ ਹੁੰਦੀਆਂ ਉਹਦਾ ਤੇ ਇੱਕ ਨੈਕਸਟ ਜਿਸ ਦੇਸ਼ ਦੇ ਵਿੱਚ ਖੇਡਾਂ ਹੋਣੀਆਂ ਹੁੰਦੀਆਂ ਉਹ ਤਿੰਨੇ ਫਲੈਗ ਜਿਹੜੇ ਆ ਸੈਰਮਨੀ ਚ ਯੂਜ਼ ਹੁੰਦੇ ਆ ਪਹਿਲੀ ਗੱਲ ਇਹ ਸਮਝ ਆ ਗਈ ਜਦੋਂ ਵੀ ਕੋਈ ਪਲੇਅਰ ਜਿੱਤਦਾ ਏ ਤਾਂ ਉਸ ਦੇਸ਼ ਦਾ ਨੈਸ਼ਨਲ ਫਲੈਗ ਜਦੋਂ ਵੀ ਓਪਨਿੰਗ ਸੈਰਮਨੀ ਹੁੰਦੀ ਆ ਜਿਸ ਦੇਸ਼ ਚ ਖੇਡਾਂ ਹੋ ਰਹੀਆਂ ਹੁੰਦੀਆਂ ਉਸ ਦੇਸ਼ ਦਾ ਨੇ ਜਿਹੜਾ ਪਲੇਅਰ ਚੁਣਿਆ ਹੋਊਗਾ ਆਪਣੀ ਦੇਸ਼ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਜਾਂ ਕੈਪਟਨ ਆਫ ਦੀ ਕੰਟਰੀ ਜਿਹੜਾ ਵੀ ਉਸ ਦੇਸ਼ ਨੇ ਆਪਣਾ ਕੈਪਟਨ ਚੁਣਿਆ ਹੋਊਗਾ ਆਪਣੀ ਪੂਰੀ ਦੀ ਪੂਰੀ ਟੀਮ ਚੋਂ ਕਿਹੜੀ ਟੀਮ ਜਿਹੜੀ ਟੀਮ ਖੇਡਣ ਗਈ ਆ ਇਹ ਨਹੀਂ ਕਿ ਕੱਲੇ ਹੀ ਇੱਕ ਗੇਮ ਦਾ ਕੈਪਟਨ ਪੂਰੀ ਦੀ ਪੂਰੀ ਟੀਮ ਦਾ ਜਿਹਨੂੰ ਕੈਪਟਨ ਚੁਣਿਆ ਹੋਊਗਾ ਉਹ ਓਥ ਐਡਮਿਨਿਸਟਰ ਕਰਾਊਗਾ ਤੇ ਉਸ ਦੇਸ਼ ਦਾ ਹੈੱਡ ਆਫ ਸਟੇਟ ਆ ਜਿਹੜਾ ਰਾਸ਼ਟਰਪਤੀ ਹੋਵੇ ਜਾਂ ਉੱਥੋਂ ਦਾ ਰਾਜਾ ਹੋਵੇ ਉਹ ਇਨਾਂ ਖੇਡਾਂ ਦੀ ਸ਼ੁਰੂਆਤ ਕਰੂਗਾ ਫਾਰਮਲੀ ਸੋ ਇਹ ਮੇਨ ਕਹਾਣੀ ਹੋਗੀ ਤੇ ਜੇ ਕੋਈ ਕਵੇ ਕਿ ਇਹ ਖੇਡਾਂ ਜਿਹੜੀਆਂ ਮਾਡਰਨ 올ਿਮਪਿਕਸ ਆ ਇਹਨਾਂ ਦੀ ਸ਼ੁਰੂਆਤ ਕਿੱਥੇ ਕਿੱਥੇ ਹੋਈਆਂ ਐ ਐਟ ਲੀਸਟ ਤੁਹਾਨੂੰ ਪਹਿਲੀਆਂ ਯਾਦ ਹੋਣੀਆਂ ਚਾਹੀਦੀਆਂ 1896 ਠੀਕ ਹੈ 1896 ਵਾਲੀਆਂ ਐਥਨਸ ਗ੍ਰੀਸਟ ਹੋਈਆਂ 1900 ਵਾਲੀਆਂ ਪੈਰਿਸਟ ਹੋਈਆਂ 1900 ਵਾਲੀਆਂ ਵੈਸੇ ਯਾਦ ਹੋ ਜਾਣੀਆਂ ਆ ਉਹਦੀ ਵਜ੍ਹਾ ਇਹ ਆ ਜਦੋਂ ਇਹ ਇਤਿਹਾਸ ਪੜਾਂਗੇ ਨਾ ਕਿ ਭਾਰਤੀ 올림픽ਸ ਚ ਕਦੋਂ ਗਏ ਆ ਤਾਂ ਤੁਹਾਨੂੰ 1900 ਵਾਲੀਆਂ ਗੇਮਾਂ ਦਾ ਜ਼ਿਕਰ ਆਪੇ ਆ ਜਾਣਾ ਹੈ ਫਿਲਹਾਲ 1896 1900 ਵਾਲੀਆਂ ਬੜੀਆਂ ਇੰਪੋਰਟੈਂਟ ਆ 1920 1928 ਤੋਂ ਬਾਅਦ ਵਾਲੀਆਂ ਵੈਸੇ ਵੀ ਇੰਪੋਰਟੈਂਟ ਆ ਉਦੀ ਵਜ੍ਹਾ ਕਿਉਂਕਿ ਇੰਡੀਆ ਆਪਣੇ 골ਡ ਮੈਡਲ ਜਿੱਤਨੇ ਸ਼ੁਰੂ ਕਰਦਾ ਹੈ ਕਿਉਂਕਿ ਇੰਡੀਆ ਦੀ ਹਾਕੀ ਟੀਮ ਉਦੋਂ ਸੀਨ 'ਚ ਆ ਜਾਂਦੀ ਹੈ ਤੇ ਇੰਡੀਆ ਦੀ ਹਾਕੀ ਟੀਮ ਜਿਹੜੇ 골ਡ ਮੈਡਲ ਜਿੱਤਦੀ ਆ ਉਹ 1928 ਦੀ 올림픽ਸ ਤੋਂ ਦਿੱਤਨੇ ਸ਼ੁਰੂ ਕਰੂਗੀ ਤਾਂ ਕੁਝ ਕੁ 올림픽ਸ ਖੇਡਾਂ ਤਾਂ ਵੈਸੇ ਹੀ ਬੜੀਆਂ ਇੰਪੋਰਟੈਂਟ ਆ ਠੀਕ ਆ ਪਰ ਖੈਰ ਜਿਹੜੀਆਂ 2024 ਦੀਆਂ ਐ ਪੈਰਿਸ 2028 ਦੀਆਂ ਲਾਸ ਐਂਜਲਸ ਅਮਰੀਕਾ 2032 ਦੀਆਂ ਆਸਟ੍ਰੇਲੀਆ ਆਸਟ੍ਰੇਲੀਆ ਵਾਲੀਆਂ 올림픽ਸ ਦਾ ਕੋਈ ਇਸ਼ੂ ਚੱਲ ਰਿਹਾ ਕਿ ਇਹ ਕਲੀਅਰ ਹੋ ਗਿਆ ਓਲੰਪਿਕਸ ਜਿਹੜੀਆਂ ਸੀ 2032 ਦੀਆਂ ਆਈ ਥਿੰਕ ਬ੍ਰਿਸਬੇਨ ਦੇ ਵਿੱਚ ਹੋਣੀਆਂ ਸੀ ਨਾ ਸੋ ਇਹਨਾਂ ਦਾ ਕੋਈ ਇਸ਼ੂ ਸੀ ਮੇਰੇ ਦਿਮਾਗ 'ਚ ਸਕਿਪ ਹੋ ਗਿਆ 2036 ਦੀਆਂ ਓਲੰਪਿਕਸ ਡਿਕਲੇਅਰ ਹੋਈਆਂ ਹਜੇ ਕਿ ਨਹੀਂ ਹਜੇ ਨਹੀਂ ਹੋਈਆਂ ਇੰਡੀਆ ਨੇ ਆਪਣੀ ਦਾਵੇਦਾਰੀ ਠੋਕੀ ਸੀ ਪਿੱਛੇ ਜੇ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੀ ਮੀਟਿੰਗ ਬੰਬੇ ਹੋਈ ਸੀ ਪਿਛਲੇ ਸਾਲ ਦੀ ਗੱਲ ਆ 2023 ਦੀ ਤੇ ਜਦੋਂ 2023 ਦੇ ਵਿੱਚ ਇਨ 올림픽ਸ ਕਮਿਟੀ ਇੰਟਰਨੈਸ਼ਨਲ 올림픽 ਕਮੇਟੀ ਦੀ ਮੀਟਿੰਗ ਭਾਰਤ ਚ ਹੋਈ ਸੀ ਤਾਂ ਭਾਰਤ ਨੇ ਆਪਣੀ ਦਾਵੇਦਾਰੀ ਪੇਸ਼ ਕੀਤੀ ਸੀ ਕਿ ਅਸੀਂ 2036 ਦੀਆਂ 올림픽 ਖੇਡਾਂ ਦੀ ਮੇਜ਼ਬਾਨੀ ਕਰਨੀ ਆ ਮੀਨਸ ਵੀ ਆਰ ਇੰਟਰਸਟਿਡ ਇਨ ਹੋਸਟਿੰਗ 2036 올림픽 ਗੇਮਜ਼ ਕਿ ਅਸੀਂ 2036 ਦੀਆਂ 올림픽 ਖੇਡਾਂ ਦੀ ਮੇਜ਼ਬਾਨੀ ਕਰਨ ਚ ਆਪਣਾ ਮਤਲਬ ਕੀ ਇੰਟਰਸਟ ਸ਼ੋ ਕਰਦੇ ਆ ਫਿਰ ਅਜੇ ਉਹਦਾ ਕੋਈ ਬੋਲਾ ਸਿਰੇ ਲੱਗਿਆ ਨਹੀਂ ਇੰਪੋਰਟੈਂਟ ਫੈਕਟ ਜਿਹੜੇ ਇਹਦੇ ਚ ਹੋਰ ਨਿਕਲ ਕੇ ਆਉਂਦੇ ਆ ਬੀਜਿੰਗ ਇੱਕ ਅਜਿਹਾ ਦੇਸ਼ ਆ ਤੁਹਾਨੂੰ ਨਾ ਸ਼ਾਇਦ ਆਪਾਂ ਨੇ ਇੱਕ ਸਾਇੰਸ ਦੇ ਵਿੱਚ ਇੱਕ ਕਨਸੈਪਟ ਪੜ੍ਹਦੇ ਆ ਕਲਾਊਡ ਸੀਡਿੰਗ ਕਿ ਪੋਟਾਸ਼ੀਅਮ ਆਯੋਡਾਈਡ ਪਾ ਕੇ ਆਪਾਂ ਕਿਤੇ ਵੀ ਨਾ ਮੀਂਹ ਪਵਾ ਸਕਦੇ ਆ 2008 ਦੀਆਂ 올림픽ਸ ਖੇਡਾਂ ਤੋਂ ਬਾਅਦ ਸਾਇੰਸ ਦਾ ਉਹ ਕਨਸੈਪਟ ਦੁਨੀਆ ਨੂੰ ਸਮਝ ਆਇਆ 2008 ਦੀਆਂ ਖੇਡਾਂ ਸ਼ੁਰੂ ਹੋਣੀਆਂ ਸੀ ਸਮਰ 올림픽ਸ ਜਿਹੜੀਆਂ ਨਾਰਮਲ 올림픽 ਖੇਡਾਂ ਹੁੰਦੀਆਂ ਬੀਜਿੰਗ 'ਚ ਤਾਂ ਲਓ ਜੀ ਜਿੱਦਣ ਓਪਨਿੰਗ ਸੈਰਮਨੀ ਸੀ ਉਸ ਦਿਨ ਦਾ ਮੀਂਹ ਦੱਸਦਾ ਫੇਰ ਬੀਜਿੰਗ ਵਾਲਿਆਂ ਨੇ 2 ਦਿਨ ਪਹਿਲਾਂ ਮੀਂਹ ਪਵਾ ਲਿਆ ਮਤਲਬ ਕਿ ਕਲਾਊਡ ਸੀਡਿੰਗ ਦੇ ਕਨਸੈਪਟ ਨਾਲ ਤਾਂ ਕਿ ਜਿਸ ਦਿਨ ਖੇਡਾਂ ਨੇ ਉਸ ਦਿਨ ਮੀਂਹ ਨਾ ਪਵੇ ਸੋ 2008 ਦੀਆਂ 올림픽ਸ ਖੇਡਾਂ ਇਸ ਕਰਕੇ ਖਬਰਾਂ ਸੀ 2022 ਚ ਬੀਜਿੰਗ ਸ਼ਹਿਰ ਨੇ ਵਿੰਟਰ 올림픽ਸ ਕਰਾ ਰਹੀਆਂ ਅੱਜ ਦੁਨੀਆ ਦਾ ਇਕਲੌਤਾ ਦੇਸ਼ ਆ ਬੀਜਿੰਗ ਵੈਸੇ ਜੇ ਕੋਈ ਮੈਨੂੰ ਪੁੱਛੇ ਕਿ ਅੱਛਾ ਬੀਜਿੰਗ ਤੋਂ ਬਿਨਾ ਹੋਰ ਕੋਈ ਦੇਸ਼ ਹੀ ਹੈ ਨਹੀਂ ਜਿੱਥੇ ਵਿੰਟਰ ਤੇ ਸਮਰ ਦੋਵੇਂ 올림픽ਸ ਹੋ ਗਈਆਂ ਹੋਣ ਦੇਸ਼ ਤਾਂ ਬਹੁਤ ਆ ਉਦਾਹਰਨ ਦੇ ਤੌਰ ਤੇ ਜਿਵੇਂ ਮੈਂ ਕਹਾਂ ਜਪਾਨ ਜਪਾਨ ਦੇ ਵਿੱਚ 올림픽ਸ کئی ਵਿੰਟਰ ਵੀ ਹੋ ਗਈਆਂ 올림픽ਸ ਵੀ ਹੋ ਗਈਆਂ ਸੌਰੀ ਵਿੰਟਰ ਵੀ ਤੇ ਸਮਰ ਗਰਮੀ ਤੇ ਸਰਦ ਦੋਵੇਂ ਰੁੱਤਾਂ ਦੀਆਂ 올림픽 ਖੇਡਾਂ ਹੋਈਆਂ ਹੋਈਆਂ ਪਰ ਸ਼ਹਿਰ ਇੱਕ ਨਹੀਂ ਗਾ ਕੋਈ ਕਿਸੇ ਸ਼ਹਿਰ ਚ ਹੋਈ ਆ ਕੋਈ ਕਿਸੇ ਸ਼ਹਿਰ ਚ ਹੋਈ ਆ ਚైనా ਦਾ ਇੱਕੋ ਹੀ ਸ਼ਹਿਰ ਡਿਵੈਲਪ ਆ ਕਿਹੜਾ ਮੇਨ ਬੀਜਿੰਗ ਠੀਕ ਆ ਬੀਜਿੰਗ ਨੇ ਦੋਵੇਂ 올림픽ਸ ਦੇਖ ਲਈਆਂ ਜੇ ਕੋਈ ਕਹੇ ਕਿ ਦੁਨੀਆ ਚ ਇਹੋ ਜਿਹੇ ਕਿਹੜੇ ਦੇਸ਼ ਆ ਜਿਨ੍ਹਾਂ ਨੇ ਦੋਵੇਂ 올림픽ਸ ਕਰਵਾ ਲੀਆਂ ਹੋਣ ਤਾਂ ਤੁਸੀਂ ਕਹੋਗੇ ਯੂਨਾਈਟਿਡ ਸਟੇਟਸ ਫਰਾਂਸ ਇਟਲੀ ਕੈਨੇਡਾ ਜਰਮਨ ਜਾਪਾਨ ਇੱਕ ਇੱਕ ਵਾਰ ਨਹੀਂ ਕਈ ਕਈ ਵਾਰ ਹੋ ਗਈਆਂ ਪਰ ਸ਼ਹਿਰ ਹਰ ਵਾਰ ਬਦਲ ਜਾਂਦਾ ਉਹਨਾਂ ਦਾ ਪੀਜਿੰਗ ਇੱਕ ਅਜੇਹਾ ਸ਼ਹਿਰ ਆ ਜਿਨੇ ਸਮਰ ਤੇ ਵਿੰਟਰ ਦੋਵੇਂ 올림픽ਸ ਜਿਹੜੀਆਂ ਨੇ ਕਰਵਾਈਆਂ ਇਹ ਦੁਨੀਆ ਦਾ ਇਕਲੌਤਾ ਸ਼ਹਿਰ ਆ ਠੀਕ ਆ ਸ਼ਹਿਰਾਂ ਦੇ ਮਾਮਲੇ ਚ ਇੱਕੋ ਹੀ ਸ਼ਹਿਰ ਆ ਦੁਨੀਆ ਦਾ ਜਿੱਥੇ ਗਰਮ ਤੇ ਸਰਦ ਦੋਵੇਂ ਰੁੱਤ ਦੀਆਂ 올림픽ਸ ਹੋ ਗਈਆਂ ਹੋਣ ਠੀਕ ਆ ਉਸ ਤੋਂ ਬਾਅਦ ਅੱਗੇ ਆਪਣੇ ਕੋਲ ਮੀਨਸ ਕੀ ਟੋਕਿਓ 올림픽ਸ 2020 ਕਿਉਂਕਿ ਇਹ ਬਿਲਕੁਲ ਰੀਸੈਂਟ ਇਵੈਂਟ ਸੀਗਾ ਠੀਕ ਆ ਸੋ ਇਸ ਕਰਕੇ ਥੋੜਾ ਜਿਹਾ ਇਹਦੇ ਬਾਰੇ ਦੱਸਣਾ ਜ਼ਰੂਰੀ ਹੈ ਕਿ ਟੋਕੀਓ 올림픽ਸ 2020 ਚ ਹੋਣੀਆਂ ਨਿਜੀਤ ਹੋਈਆਂ ਸੀ ਪਰ ਕਰੋਨਾ ਦੇ ਇਸ਼ੂ ਕਰਕੇ ਇਹਨਾਂ ਨੂੰ ਇੱਕ ਸਾਲ ਲੇਟ ਕਰ ਦਿੱਤਾ ਗਿਆ ਠੀਕ ਆ ਸੋ ਫਿਰ ਫਾਈਨਲੀ ਇਹ 올림픽ਸ ਜਿਹੜੀਆਂ ਸੀਗੀਆਂ ਇਹ 23 ਜੁਲਾਈ ਤੋਂ ਲੈ ਕੇ 8 ਅਗਸਤ ਜੋ ਵੀ ਇਹਨਾਂ ਦਾ ਸਪੈਨ ਹੁੰਦਾ 15 ਜਾਂ 16 ਦਿਨ ਦਾ ਉੱਪਰ ਲਿਖਿਆ ਹੋਇਆ ਉਹਨੇ ਦਿਨਾਂ ਦੇ ਅੰਦਰ ਇਹ ਗੇਮਾਂ ਹੁੰਦੀਆਂ ਤੇ ਉਹਨੇ ਜਿਹੜ ਮਸ਼ਾਲ ਜਿਹਨੂੰ ਆਪਾਂ ਕਹਿੰਦੇ ਆ ਉਹ ਹਮੇਸ਼ਾ ਜਗਦੀ ਰਹਿੰਦੀ ਹੈ 2020 ਦਾ ਸਿੰਬਲ ਸੀ ਕਹਿੰਦੇ ਜਾਪਾਨ ਨੇ ਚੌਥੀ ਵਾਰ ਖੇਡਾਂ ਕਰਵਾਈਆਂ ਸੀਗੀਆਂ 2020 ਵਾਲੀਆਂ ਟੈਕਨੀਕਲੀ ਹੋਈਆਂ 2021 ਚ ਜਾ ਕੇ ਸੀ ਪਰ 2020 ਵਾਲੀਆਂ ਖੇਡਾਂ ਕਰਾਈਆਂ ਸੀਗੀਆਂ ਤੇ ਜਾਪਾਨ ਦੇ ਟੋਕੀਓ ਸਰਾਪਾਓ ਨਗਾਨੇ ਕਈ ਸ਼ਹਿਰਾਂ ਚ ਇਹ ਖੇਡਾਂ ਆਲਰੇਡੀ ਪਹਿਲਾਂ ਵੀ ਹੋਈਆਂ ਤੇ ਇਹਦੇ ਚ ਯੂਨਾਈਟਿਡ ਸਟੇਟਸ ਨੇ 113 ਮੈਡਲ ਜਿੱਤੇ ਤੇ ਚైనా ਨੇ ਇੰਨੇ ਮੈਡਲ ਜਿੱਤੇ ਤੇ ਇਹ ਤਾਂ ਮਤਲਬ ਮੈਨੂੰ ਵੀ ਪਤਾ ਕਿ ਤੁਹਾਡੇ ਕੋਲ ਇਨਫੋਰਮੇਸ਼ਨ ਹੈ ਵੀ ਆ ਆਦਰਵਾਈਜ਼ ਜਿੰਨੀਆਂ ਪ੍ਰਾਣੀਆਂ ਹੁਣੇ ਖੇਡਾਂ ਹੋ ਗਈਆਂ ਸਿਰਫ ਇੰਨੀ ਕੀ ਹੀ ਇਨਫੋਰਮੇਸ਼ਨ ਬਹੁਤ ਆ ਕਿ ਭਈ ਪਹਿਲੇ ਤੇ ਕੌਣ ਸੀ ਦੂਜੇ ਤੇ ਕੌਣ ਸੀ ਤੇ ਇੰਡੀਆ ਦੀ ਸਥਿਤੀ ਕੀ ਸੀ ਹੁਣ ਫੈਕਟ ਆ ਜਾਂਦਾ ਹੈ ਇੰਡੀਆ ਇਨ 올림픽ਸ ਵੈਸੇ ਜੇ ਤੁਸੀਂ ਕਹੋਗੇ ਇੰਡੀਆ ਇਨ ਟੋਕੀਓ 올림픽ਸ ਹੋ ਤਾਂ ਤੁਸੀਂ ਰੱਟਾ ਮਾਰਿਆ ਵੀ ਹੋਇਆ ਆਦਰਵਾਈਜ਼ ਮੈਂ ਵੀ ਦੱਸਿਆ ਹੋਇਆ ਕਿ ਆਪਣੇ ਕਿਹੜੇ ਕਿਹੜੇ ਪਲੇਅਰਜ਼ ਜਿੱਤ ਕੇ ਆਏ ਸੀ ਪਰ ਪੇਪਰ ਸ਼ਾਇਦ ਕਰੰਟ ਤੋਂ ਵੱਧ ਸਟੈਟਿਕ ਚੋਂ ਆ ਰਿਹਾ ਹੈ ਭਾਰਤ ਦੇ 올림픽ਸ ਦੇ ਨਾਲ ਜੋ ਸੰਬੰਧ ਨੇ ਉਹਨਾਂ 'ਚ ਪੁੱਛਿਆ ਜਾ ਰਿਹਾ ਸੋ ਉਹ ਇਨਫੋਰਮੇਸ਼ਨ ਤੇ ਆ ਡੈਲੀ ਜਿਆਦਾ ਇੰਪੋਰਟੈਂਟ ਆ ਕਹਿੰਦੇ 1900 ਦੇ ਵਿੱਚ ਜਿਹੜੀਆਂ ਦੂਜੀਆਂ 올림픽 ਖੇਡਾਂ ਪੈਰਿਸ ਦੇ ਵਿੱਚ ਹੋਈਆਂ ਉਹਦੇ 'ਚ ਪਹਿਲੀ ਵਾਰੀ ਇੱਕ ਕੋਲਕਾਤਾ ਬੌਰਨ ਸ਼ਖਸ ਸਿਲਵਰ ਮੈਡਲ ਜਿੱਤਦਾ ਹੈ ਜੇ ਉਹ ਅੱਜ ਇੰਡੀਆ 'ਚ ਹੁੰਦਾ ਤੇ ਅਸੀਂ ਉਹਨੂੰ ਐਂਗਲੋ ਇੰਡੀਅਨ ਕਹਿੰਦੇ ਕਿਉਂਕਿ ਉਹ ਇੱਕ ਅੰਗਰੇਜ਼ ਸੀ ਜਿਹਦਾ ਜਨਮ ਕਲਕੱਤੇ 'ਚ ਹੋਇਆ ਸੀ ਅੱਜ ਦੇ ਹਿਸਾਬ ਨਾਲ ਉਹ ਐਂਗਲੋ ਇੰਡੀਅਨ ਹੁੰਦਾ ਤੇ ਉਹਦਾ ਨਾਮ ਸੀਗਾ ਨੋਰਮਨ ਪ੍ਰਿਟਹਰਟ ਤੋ ਨਾਰਮਨ ਪ੍ਰਿਚਰਡ ਜਿਹੜਾ ਸੀਗਾ ਉਹ ਇੱਕ ਐਂਗਲੋ ਇੰਡੀਅਨ ਸੀ ਜਿਨੇ ਆਈ ਥਿੰਕ 800 200 ਮੀਟਰ ਠੀਕ ਆ ਉਹਨੇ 5 ਇਵੈਂਟਸ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ 60 ਮੀਟਰ 100 ਮੀਟਰ 200 ਮੀਟਰ 110 ਮੀਟਰ ਹਰਡਲ ਤੇ 200 ਮੀਟਰ ਹਰਡਲ ਚ ਤੇ 200 ਮੀਟਰ ਦੀ ਸਪ੍ਰਿੰਟ ਚ ਉਹ ਯੂ ਐਸ ਦੇ ਕਿਸੇ ਇੱਕ ਐਥਲੀਟ ਸੀਗਾ ਕੋਈ ਠੀਕ ਆ ਉਹਦਾ ਨਾਮ ਸੀ ਵਾਲਟਰ ਟੁਐਸਬਰੀ ਆਪਾਂ ਨੂੰ ਨਾਮ ਯਾਦ ਰੱਖਣ ਦੀ ਲੋੜ ਨਹੀਂ ਉਹਦੇ ਤੋਂ ਬਾਅਦ ਦੂਸਰੇ ਨੰਬਰ ਤੇ ਆਇਆ ਸੀ ਮੀਨਸ ਪੰਜਾਬੀ ਚ ਜੇ ਮੈਂ ਕਹਾਂ ਕਿ ਨਾਰਮਨ ਰਿਚਰਡਸ ਪਹਿਲਾ ਐਂਗਲੋ ਇੰਡੀਅਨ ਜਾਂ ਪਹਿਲਾ ਉਹ ਸ਼ਖਸ ਜਿਹਦਾ ਕੁਛ ਨਾ ਕੁਛ ਸੰਬੰਧ ਭਾਰਤ ਨਾਲ ਸੀਗਾ ਅਸਲ ਦੇ ਵਿੱਚ ਉਹ ਇੰਡੀਆ ਵੱਲੋਂ ਨਹੀਂ ਸੀ ਖੇਡਿਆ ਉਦੋਂ ਇੰਡੀਅਨ ਬੌਰਨ ਸੀ ਇੰਗਲੈਂਡ ਵੱਲੋਂ ਖੇਡਿਆ ਸੀ ਕਿਉਂਕਿ ਉਸ ਵੇਲੇ ਭਾਰਤ ਨੇ ਆਫੀਸ਼ੀਅਲੀ ਆਪਣੀ ਟੀਮ ਭੇਜੀ ਹੋਈ ਨਹੀਂ ਸੀਗੀ ਆਫੀਸ਼ੀਅਲੀ ਭਾਰਤ 1920 ਤੋਂ ਬਾਅਦ ਭਾਰਤ ਵੱਲੋਂ ਆਫੀਸ਼ੀਅਲੀ 1920 ਤੋਂ ਬਾਅਦ ਟੀਮ 올림픽ਸ ਖੇਡਣ ਜਾਂਦੀ ਹੈ ਠੀਕ ਹੈ ਜਦੋਂ ਦਾਦਾਬਾਈ ਆਪਣੇ ਟਾਟਾ ਹੁਣੀ ਇੰਟਰਸਟ ਸ਼ੋ ਕਰਦੇ ਆ ਠੀਕ ਹੈ ਕਿਉਂਕਿ ਵੱਡੇ ਵੱਡੇ ਤਨਾੜ बिजनेसमੈਨਾਂ ਨਹੀਂ ਉਸ ਟਾਈਮ ਇੰਡੀਅਨ 올림픽 ਐਸੋਸੀਏਸ਼ਨ ਬਣਾਈ ਤੇ ਫਿਰ ਉਹਦੇ ਥਰੂ ਪਲੇਅਰਸ ਨੂੰ ਤਿਆਰ ਕਰਕੇ 1924 1928 ਚ ਭੇਜਣਾ ਸ਼ੁਰੂ ਕੀਤਾ ਆਦਰਵਾਇਜ਼ ਉਸ ਤੋਂ ਪਹਿਲਾਂ ਆਫੀਸ਼ੀਅਲੀ ਇੰਡੀਆ ਵੱਲੋਂ ਤਾਂ ਟੀਮ ਜਾਂਦੀ ਨਹੀਂ ਸੀ ਸਿਰਫ ਇੰਗਲੈਂਡ ਦੀ ਟੀਮ ਵੱਲੋਂ ਇੰਡੀਅਨ ਪਲੇਅਰ ਖੇਡ ਸਕਦੇ ਸੀ ਤੇ ਇਹ ਇੱਕ ਐਂਗਲੋ ਇੰਡੀਅਨ ਸੀ ਜਿਨੇ 200 ਮੀਟਰ ਦੇ ਵਿੱਚ ਪਾਰਟਿਸਿਪੇਟ ਕੀਤਾ ਸੀਗਾ ਖੈਰ ਆਫੀਸ਼ੀਅਲੀ ਇੰਡੀਆ ਨੇ ਪਹਿਲਾ ਆਪਣਾ ਵਫਵ 1920 ਚ ਭੇਜਿਆ ਉਹ ਵੀ ਪ੍ਰੋਪਰ ਤਿਆਰ ਕਰਕੇ ਨਹੀਂ ਸੀ ਭੇਜਿਆ ਪਰ ਆਫੀਸ਼ੀਅਲੀ ਇੰਡੀਆ ਅਜੇ ਤੱਕ ਇੰਡੀਆ ਚ ਕੋਈ ਸੰਸਥਾ ਨਹੀਂ ਸੀ ਜਿਹੜੀ 올림픽ਸ ਵਾਸਤੇ ਖਿਡਾਰੀਆਂ ਨੂੰ ਸਿਲੈਕਟ ਕਰਕੇ ਅੱਗੇ ਭੇਜਦੀ ਉਹ ਸੰਸਥਾ ਤੇ ਬਣੂਗੀ 1927 ਚ ਜਾ ਕੇ ਆਫੀਸ਼ੀਅਲੀ ਪਹਿਲੀ ਵਾਰ ਬਿਨਾ ਕਿਸੇ ਸੰਸਥਾ ਤੋਂ ਇੰਡੀਆ ਦੇ ਪਲੇਅਰਸ ਇਕੱਠੇ ਹੋਏ ਐਫਰਟਸ ਕੀਤੇ ਤੇ ਉਹ ਜਾ ਕੇ 올림픽ਸ ਦੀ ਖੇਡ ਖੇਡਦੇ ਆ 1920 ਦੇ ਵਿੱਚ ਬੈਲਜੀਅਮ 올림픽ਸ ਦੇ ਵਿੱਚ ਮੀਨਸ ਸਭ ਤੋਂ ਪਹਿਲੀ ਵਾਰੀ ਇੰਡੀਆ ਦਾ ਆਫੀਸ਼ੀਅਲੀ ਅਧਿਕਾਰਕ ਤੌਰ ਤੇ ਇੱਕ ਵਫਦ ਜਾਂਦਾ ਹੈ ਤੇ ਕੋਈ ਵਧੀਆ ਪਰਫਾਰਮ ਨਹੀਂ ਕਰਦਾ ਕਿਉਂਕਿ ਕੋਈ ਬੈਕ ਤੇ ਕਮੇਟੀ ਨਹੀਂ ਸੀ ਕੋਈ ਆਰਗੇਨਾਈਜੇਸ਼ਨ ਨਹੀਂ ਸੀ ਕੋਈ ਐਸੋਸੀਏਸ਼ਨ ਨਹੀਂ ਸੀ ਜਿਨ੍ਹਾਂ ਨੇ ਉਹਨਾਂ ਨੂੰ ਤਿਆਰ ਕਰਕੇ ਭੇਜਿਆ ਸੀ ਦਾਰੋਬਜੀ ਟਾਟਾ ਇਹ ਉਹ ਸ਼ਖਸ ਆ ਜਿਹੜੇ ਭਾਰਤ ਦੇ ਵਿੱਚ ਇੰਡੀਅਨ 올림픽ਸ ਐਸੋਸੀਏਸ਼ਨ ਬਣਾਉਣ ਦੀ ਐਫਰਟ ਕਰਨਗੇ ਵਜ੍ਹਾ ਕਿ ਭਈ ਭਾਰਤ ਦੇ ਵਿੱਚੋਂ ਪਲੇਅਰਜ਼ ਨੂੰ ਇਕੱਠਾ ਕੀਤਾ ਜਾਵੇ ਤੇ ਪਲੇਅਰਜ਼ ਨੂੰ ਇਕੱਠਾ ਕਰਕੇ ਟ੍ਰੇਨਿੰਗ ਦੇ ਕੇ ਭੇਜਿਆ ਜਾਵੇ या आ, 1923 ਦੇ ਵਿੱਚ ਹਜੇ ਵੀ ਐਸੋਸੀਏਸ਼ਨ ਨਹੀਂ ਬਣੀ 1923 ਦੇ ਵਿੱਚ ਇੱਕ ਟੈਂਪਰੇਰੀ ਤੌਰ ਤੇ ਸੰਸਥਾ ਬਣਦੀ ਆ ਤਾਂ ਕਿ 24 ਵਾਲੀਆਂ ਖੇਡਾਂ ਚ ਬੰਦੇ ਤਿਆਰ ਕਰਕੇ ਭੇਜੇ ਜਾਣ ਸੋ 1923 ਦੇ ਵਿੱਚ ਇੱਥੇ ਲਿਖਿਆ ਹੋਊਗਾ 1923 ਦੇ ਵਿੱਚ ਦੇਖੋ 1923 ਦਾ ਕੁਝ ਜ਼ਿਕਰ ਆਇਆ ਇੱਥੇ ਕਿ ਨਹੀਂ ਤੇ ਹਾਂ ਇੱਕ ਮਿੰਟ ਮੈਂ ਦੱਸਦਾ ਤੁਹਾਨੂੰ ਪਹਿਲਾਂ ਮੈਂ 1900 ਥੋੜਾ ਜਿਹਾ ਫੈਕਟ ਅੱਗੇਓ ਪਿਕ ਕਰ ਲਈ ਆਪਾਂ ਹਾਂ 1923 ਦੇ ਵਿੱਚ ਆਲ ਇੰਡੀਆ 올림픽 ਕਮੇਟੀ ਬਣਦੀ ਆ ਠੀਕ ਆ ਟਾਟਾ ਹੁਣੀ ਬਣਾਉਂਦੇ ਆ ਆਲ ਇੰਡੀਆ 올림픽 ਕਮੇਟੀ ਕਾਰਨ ਕਿ 2024 ਦੇ ਵਿੱਚ ਜਿਹੜੀ 1924 ਚ 올림픽 ਖੇਡਾਂ ਹੋਣੀਆਂ ਉਹਦੇ ਵਾਸਤੇ ਟੀਮ ਭੇਜੀ ਜਾਵੇ 1924 ਦੀਆਂ ਪੈਰਿਸ ਸਮਰ 올림픽ਸ ਵਾਸਤੇ ਟੀਮ ਉੱਥੋਂ ਤਿਆਰ ਕੀਤੀ ਜਾਂਦੀ ਹੈ ਫਿਰ ਇਹਨਾਂ ਨੂੰ ਥੋੜਾ ਜਿਹਾ ਫੀਲ ਹੁੰਦਾ ਹੈ ਕਿ ਕਿਉਂ ਨਾ ਆਪਾਂ ਆਪਣੀ ਕਮੇਟੀ ਬਣਾਈਏ ਫਿਰ ਇੰਡੀਅਨ 올림픽 ਐਸੋਸੀਏਸ਼ਨ 1927 ਚ ਆਫੀਸ਼ੀਅਲੀ ਬਣਦੀ ਹੈ 1923 ਦੇ ਵਿੱਚ RG ਕਮੇਟੀ ਬਣਦੀ ਆ RG ਮਤਲਬ ਟੈਂਪਰੇਰੀ ਉਹਦਾ ਨਾਮ ਸੀਗਾ 올 ਇੰਡੀਆ 올림픽 ਕਮੇਟੀ ਜਿਹੜੀ ਕਿਉਂਕਿ 1920 ਚ ਪਹਿਲੀ ਵਾਰੀ ਬਿਨਾ ਕਿਸੇ ਮਨਜ਼ੂਰੀ ਤੋਂ ਵਫਤ ਭੇਜਤਾ ਉਹ ਤਾਂ ਖਿਡਾਰੀ ਆਪਣੀ ਮਰਜ਼ੀ ਨਾਲ ਆਪਣੀ ਹਿੰਮਤ ਨਾਲ ਗਏ 1923 ਦੇ ਵਿੱਚ ਇੱਕ ਟੈਂਪਰੇਰੀ ਕਮੇਟੀ ਬਣੀ 1927 ਚ ਉਸੇ ਕਮੇਟੀ ਨੂੰ ਮੀਨਸ ਦਾਰੋਬਜੀ ਟਾਟਾ ਦੀ ਐਫਰਟਸ ਨਾਲ ਇੱਕ ਬਿਜ਼ਨਸਮੈਨ ਦੀ ਐਫਰਟ ਨਾਲ ਸਥਾਈ ਰੂਪ ਦਿੱਤਾ ਗਿਆ ਇੱਕ ਪਰਮਨੈਂਟ ਕਮੇਟੀ ਬਣਾਈ 1927 ਚ ਤੇ ਨਾਮ ਰੱਖਿਆ ਗਿਆ ਇੰਡੀਅਨ 올ੰਪਿਕ ਐਸੋਸੀਏਸ਼ਨ ਤੇ ਦਾਰੋਬਜੀ ਟਾਟਾ ਉਹਦੇ ਪਹਿਲੇ ਪ੍ਰਧਾਨ ਬਣੇ 1928 ਚ ਉਹਨੂੰ ਪਹਿਲਾ ਪੱਕਾ ਪ੍ਰਧਾਨ ਮਿਲਿਆ ਇਹ ਤਾਂ ਫਾਊਂਡਿੰਗ ਪ੍ਰੈਜ਼ੀਡੈਂਟ ਸੀ 1928 ਤੋਂ ਉਹਦੀ ਪ੍ਰਧਾਨਗੀ ਪੱਕੇ ਤੌਰ ਤੇ ਮਹਾਰਾਜਾ ਭਿੰਦਰ ਸਿੰਘ ਕੋਲ ਆ ਗਈ ਮੀਨਸ ਮਹਾਰਾਜਾ ਭਿੰਦਰ ਸਿੰਘ ਫਿਰ ਉਹਨਾਂ ਦੇ ਬੇਟੇ ਮਹਾਰਾਜਾ ਯਾਦਵਿੰਦਰ ਸਿੰਘ ਇੰਡੀਅਨ 올ੰਪਿਕ ਐਸੋਸੀਏਸ਼ਨ ਦੇ ਹੁਣ ਤੱਕ ਪਟਿਆਲੇ ਵਾਲੇ ਪਟਿਆਲੇ ਵਾਲੇ ਮਹਾਰਾਜਿਆਂ ਦਾ ਪਰਿਵਾਰ ਇੰਡੀਅਨ 올ੰਪਿਕ ਐਸੋਸੀਏਸ਼ਨ ਨਾਲ ਹੁਣ ਤੱਕ ਜੁੜਿਆ ਹੋਇਆ ਹੈ ਕਿਉਂਕਿ ਇਹ ਫਾਊਂਡਿੰਗ ਕਹਿ ਲੋ ਕਿ ਮੈਂਬਰਸ ਦੇ ਵਿੱਚੋਂ ਸੀਗੇ ਜਿਨ੍ਹਾਂ ਨੇ ਇੰਡੀਅਨ 올림픽 ਐਸੋਸੀਏਸ਼ਨ ਬਣਾਈ ਇੰਡੀਅਨ 올림픽 ਐਸੋਸੀਏਸ਼ਨ ਦਾ ਮਤਲਬ ਸੀ ਕਿ 올림픽 ਖੇਡਾਂ ਚ ਭਾਰਤੀ ਖਿਡਾਰੀਆਂ ਨੂੰ ਤਿਆਰ ਕਰਨ ਵਾਸਤੇ ਤਿਆਰ ਕਰਕੇ ਭੇਜਣਾ ਉਮੀਦ ਕਰਦਾ ਹਾਂ ਕਿ ਕਹਾਣੀ ਚੰਗੀ ਤਰ੍ਹਾਂ ਸਮਝ ਆ ਮਤਲਬ ਪਤਾ ਲੱਗ ਰਿਹਾ ਨਾ ਕਿ ਤੁਹਾਨੂੰ ਕਨਫਿਊਜ਼ ਨਾ ਹੋ ਜਾਓ ਕਿ ਇੰਟਰਨੈਸ਼ਨਲ 올림픽 ਕਮੇਟੀ ਕੀ ਆ ਇੰਡੀਅਨ 올림픽 ਐਸੋਸੀਏਸ਼ਨ ਕੀ ਆ ਸੋ ਜੇ ਕੋਈ ਪੁੱਛੇ ਇੰਡੀਅਨ 올림픽 ਐਸੋਸੀਏਸ਼ਨ ਬਣੀ ਕਦੋਂ ਆ 1927 ਤਾਰਪ ਜੀ ਟਾਟਾ ਇਹਦੇ ਪਹਿਲੇ ਪ੍ਰਧਾਨ ਬਣੇ 1928 ਚ ਮਹਾਰਾਜਾ ਭਪਿੰਦਰ ਸਿੰਘ ਦੇ ਪੱਕੇ ਪ੍ਰਧਾਨ ਇਹ 1860 ਦੇ ਸੁਸਾਇਟੀ ਰਜਿਸਟ੍ਰੇਸ਼ਨ ਐਕਟ ਦੇ ਤਹਿਤ ਰਜਿਸਟਰਡ ਅਤੇ ਇਹਦੇ ਪੀਟੀ 우ਸ਼ਾ ਪਹਿਲੀ ਊਮਨ ਪ੍ਰੈਜ਼ੀਡੈਂਟ ਬਣੀ ਹੁਣ ਵੀ ਇਹਦੇ ਪ੍ਰਧਾਨ ਜਿਹੜੇ ਆ ਪੀਟੀ 우ਸ਼ਾ ਜੀ ਨੇ ਸੋ ਇਹਦੇ ਪਹਿਲੀ ਊਮਨ ਪ੍ਰੈਜ਼ੀਡੈਂਟ ਜਿਹੜੇ ਸੀਗੇ ਉਹ ਪੀਟੀ 우ਸ਼ਾ ਬਣੇ ਸੋ ਜੇ ਕੋਈ ਮੈਨੂੰ ਕਵੇ ਕਿ ਜੀ ਇੰਡੀਅਨ 올림픽 ਐਸੋਸੀਏਸ਼ਨ ਦੇ ਫੈਕਟ ਜਿਹੜੇ ਆ ਉਹ ਸਾਨੂੰ ਕਲੀਅਰ ਨਹੀਂਗੇ ਆ ਕਲੀਅਰ ਹੋਗੇ ਹੁਣ ਆਪਾਂ ਵਾਪਸ ਚੱਲਦੇ ਆਂ ਕਟੋਕੜ ਤੈਨੂੰ ਇਹ ਤਾਂ ਪਤਾ ਲੱਗ ਗਿਆ ਕਿ ਇੰਡੀਆ ਇੰਡੀਆ ਦਾ ਕੀ ਸਟੇਟਸ ਸੀ ਇੰਡੀਆ ਨੇ ਪਹਿਲਾ ਵਫਦ ਆਪਣਾ 1920 ਚ ਭੇਜਿਆ ਦੂਜਾ 24 ਚ ਗਿਆ ਪਰ ਉਹਨੂੰ ਇੰਡੀਅਨ 올ੰਪਿਕ ਐਸੋਸੀਏਸ਼ਨ ਨੇ ਨਹੀਂ ਆਲ ਇੰਡੀਆ 올ੰਪਿਕ ਕਮੇਟੀ ਇੱਕ ਪ੍ਰੋਵੀਜ਼ਨਲ ਕਮੇਟੀ ਨੇ ਤਿਆਰ ਕਰਕੇ ਬੰਦੇ ਭੇਜੇ 1928 ਦੀਆਂ 올ੰਪਿਕਸ ਤੋਂ ਪਹਿਲਾਂ ਸ਼ਾਇਦ ਉਹ ਐਮਸਟਰਡਮ ਚ ਹੋਈਆਂ ਸੀ ਮੈਂ ਗਲਤ ਵੀ ਹੋ ਸਕਦਾ 1928 ਦੀਆਂ 올ੰਪਿਕਸ ਤੋਂ ਪਹਿਲਾਂ ਭਾਰਤ ਨੇ ਆਪਣੀ ਇੰਡੀਅਨ 올ੰਪਿਕ ਐਸੋਸੀਏਸ਼ਨ ਬਣਾ ਲਈ ਤੇ ਦੋਬ ਜੀ टाटा ਉਹਦੇ ਪਹਿਲੇ ਪ੍ਰਧਾਨ ਤੇ ਸਥਾਈ ਪ੍ਰਧਾਨ ਪੱਕੇ ਪ੍ਰਧਾਨ ਅੱਗੇ ਜਾ ਕੇ ਬਣ ਗਏ ਮਹਾਰਾਜਾ ਭੁਪਿੰਦਰ ਸਿੰਘ ਕਨਸੈਪਟ ਕਲੀਅਰ ਹੋ ਗਿਆ ਹੁਣ ਉਹਦੀ ਪ੍ਰਧਾਨਗੀ ਪੀਟੀ 우ਸ਼ਾ ਦੇ ਹੱਥ ਚ ਸੋ ਇਹ ਇੰਡੀਅਨ ਸੀਗੇ ਜਿਨ੍ਹਾਂ ਨੇ 1920 ਦੀਆਂ 올림픽ਸ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਆ ਸਾਰੇ ਦੱਸੇ ਹੋਇਆ ਕਿ ਕੌਣ ਮੈਰਾਥਨ ਖੇਡਣ ਗਿਆ ਸੀ ਕੌਣ ਜਿਹੜਾ ਸੀਗਾ ਰੈਸਲਿੰਗ ਗਿਆ ਸੀ ਕੌਣ ਕਿੱਥੇ ਸੀਗਾ ਕਹਿੰਦੇ ਆ ਕਿ ਇੰਡੀਆ ਦਾ 골ਡ ਮੈਡਲ ਜਿੱਤਣ ਦੀ ਸ਼ੁਰੂਆਤ ਹੁੰਦੀ ਆ 1928 ਦੀਆਂ 올림픽ਸ ਚ ਦੇ 28 ਦੀਆਂ 올림픽ਸ ਤੇ ਇੰਡੀਆ ਇੰਡੀਵਿਜੂਅਲ ਮੈਡਲ ਨਹੀਂ ਜਿੱਤਦਾ ਇੰਡੀਵਿਜੂਅਲ ਮੈਡਲ ਸਮਝ ਗਏ ਕਿਸੇ ਇੱਕ ਬੰਦੇ ਨੇ ਮੈਡਲ ਟੀਮ ਦੇ ਰੂਪ ਦੇ ਵਿੱਚ ਇੱਕ ਗੱਲ ਸਮਝਿਓ ਇੰਡੀਵਿਜੂਅਲ ਮੈਡਲ ਦਾ ਦੌਰ ਤਾਂ 21ਵੀਂ ਸਦੀ ਚ ਸ਼ੁਰੂ ਹੋਊਗਾ ਜਾ ਕੇ ਜਦੋਂ ਕਰਵਰ ਮਲੇਸ਼ਵਰੀ ਮੈਡਲ ਜਿੱਤਦੀ ਆਜੋ ਕਹਿੰਦੇ ਆ ਇੰਡੀਆ ਨੇ 8 골ਡ ਮੈਡਲ ਜਿੱਤੇ 1928 ਤੋਂ ਲੈ ਕੇ 1980 ਤੱਕ 1928 ਦੀਆਂ ਐਮਸਟਰਡਮ ਦੀਆਂ ਖੇਡਾਂ ਚ ਪਹਿਲੀ ਮੈਂ ਦੱਸਿਆ ਸੀ ਨਾ ਕਿ 1928 ਦੀਆਂ ਖੇਡਾਂ ਐਮਸਟਰਡਮ ਚ ਹੋਈਆਂ ਹਨ ਹੋਲੈਂਡ ਦੇ ਵਿੱਚ ਹੋਈਆਂ ਮੈਂ ਉਦੋਂ ਦੱਸਿਆ ਸੀ ਕਿ ਸ਼ਾਇਦ ਮੈਂ ਗਲਤ ਵੀ ਹੋ ਸਕਦਾ ਪਰ ਇਹ ਬੜਾ ਇੰਪੋਰਟੈਂਟ ਫੈਕਟ ਆ ਇੰਡੀਆ ਦਾ ਪਹਿਲਾ 골ਡ ਮੈਡਲ ਐਮਸਟਰਡਮ ਹੋਲੈਂਡ ਦੀਆਂ 올림픽ਸ ਖੇਡਾਂ ਚ 1928 ਚ ਆਇਆ ਤੇ ਕਿਸੇ ਪਲੇਅਰ ਨੂੰ ਨਹੀਂ ਪੂਰੀ ਦੀ ਪੂਰੀ ਟੀਮ ਨੂੰ ਤੇ ਕਿਹੜੀ ਟੀਮ ਨੂੰ ਆਇਆ ਇੰਡੀਆ ਦੀ ਹਾਕੀ ਦੀ ਟੀਮ ਨੂੰ ਆਇਆ ਤੇ ਇਹਨਾਂ ਨੇ ਫਾਈਨਲ ਚ ਹੋਸਟ ਜਿਹੜੇ ਜਿਹੜੇ ਦੇਸ਼ ਚ ਖੇਡਾਂ ਹੋ ਰਹੀਆਂ ਸੀ ਹੋਲੈਂਡ ਜਿਹਨੂੰ ਨੀਦਰਲੈਂਡ ਵੀ ਕਹਿੰਦੇ ਐਮਸਟਰਡਮ ਜਿੱਥੋਂ ਦਾ ਸ਼ਹਿਰ ਆ ਉਸ ਟੀਮ ਨੂੰ ਫਾਈਨਲ ਮੈਚ ਚ ਹਰਾਇਆ ਉਸ ਤੋਂ ਬਾਅਦ ਇੰਡੀਆ ਨੇ 32 ਲਾਸ ਐਂਜਲਸ ਦੀਆਂ ਖੇਡਾਂ 36 ਬਰਲਿੰਗ ਦੀਆਂ ਖੇਡਾਂ 48 ਲੰਡਨ ਦੀਆਂ ਖੇਡਾਂ 52 ਹਲਿੰਸਕੀ ਦੀਆਂ ਖੇਡਾਂ ਆਈ ਥਿੰਕ ਇਹ ਨਾਰਵੇ ਸਵਿਡਨ ਫਿਨਲੈਂਡ ਦਾ ਸ਼ਹਿਰ ਆ ਠੀਕ ਆ ਮੈਲਬੌਰਨ 1956 ਦੀਆਂ ਖੇਡਾਂ 64 ਟੋਕੀਓ 올ਿਮਪਿਕਸ ਤੇ 80 ਦੇ ਵਿੱਚ ਮਾਸਕੋ 올ਿਮਪਿਕਸ ਠੀਕ ਆ ਇੱਥੇ ਇੱਥੇ ਇੰਡੀਅਨ ਹਾਕੀ ਨੇ 골ਡ ਮੈਡਲ ਜਿੱਤੇ ਆ ਕਿਸੇ ਨੂੰ ਕੋਈ ਡਾਊਟ ਠੀਕ ਆ ਸੋ ਨੈਕਸਟ ਉਸ ਤੋਂ ਬਾਅਦ ਆ ਗਿਆ ਇੰਡੀਆ ਦਾ ਇੰਡੀਵਿਜੂਅਲ ਮੈਡਲ ਜਿੱਤਣ ਦਾ ਦੌਰ 21ਵੀਂ ਸਦੀ ਦੀ ਸ਼ੁਰੂਆਤ ਦੇ ਵਿੱਚ ਇੰਡੀਅਨ weightlifter ਆ ਜੋ ਕਾਫੀ 올ਡ ਹੋ ਚੁੱਕੇ ਹੋਣਗੇ ਕਿਉਂਕਿ 2001 ਦੀ ਜਾਂ 2000 ਦੀ ਗੱਲ ਆ ਕਰਨਮ ਮਲੇਸ਼ਵਰੀ ਪਹਿਲੀ ਇੰਡੀਅਨ weightlifter ਸੀਗੀ ਪਹਿਲੀ ਇੰਡੀਅਨ ਔਮਨ ਜਿਨੇ ਸਿਡਨੀ 올림픽ਸ ਦੇ ਵਿੱਚ ਸਿਲਵਰ ਮੈਡਲ ਜਿੱਤੇ ਆ ਸਿਲਵਰ ਸੀ ਕਿ ਕੀ ਸੀਗਾ ਮੇਰੇ ਦਿਮਾਗ ਚੋਂ ਸਕਿਪ ਹੋ ਗਿਆ ਚੈੱਕ ਕਰਿਓ ਕਿ ਬ੍ਰੌਂਜ਼ ਸੀ ਕਿ ਸਿਲਵਰ ਆਈ ਥਿੰਕ ਬ੍ਰੌਂਜ਼ ਸੀਗਾ ਚੈੱਕ ਕਰੋ ਇੱਕ ਵਾਰ ਇੰਡੀਅਨ weightlifter ਸੀ ਜਿਨਾਂ ਨੂੰ ਪਹਿਲਾ ਮੈਡਲ ਮਿਲਿਆ ਸੀਗਾ ਇਹ ਕਰਵਨ ਮਲੇਸ਼ਵਰੀ 2000 ਦੀਆਂ 2000 ਦੀਆਂ ਸਿਡਨੀ 올림픽ਸ ਦੇ ਵਿੱਚ ব্রੌਂਜ਼ ਹੀ ਸੀਗਾ ਠੀਕ ਆ ਕਿਉਂਕਿ ਮੈਨੂੰ ਥੋੜਾ ਥੋੜਾ ਤੇ ਯਾਦ ਆ ਉਦੋਂ ਮਤਲਬ ਕਿ ਪਹਿਲੀ ਬਹੁਤ ਹਾਈਲਾਈਟ ਹੋਈ ਸੀ ਤੇ ਇੰਡੀਆ ਦਾ ਇਕੋ ਹੀ ਮੈਡਲ ਆਇਆ ਸੀ ਉਦੋਂ ব্রੌਂਜ਼ 2008 ਦੀਆਂ ਖੇਡਾਂ 'ਚ ਪੰਜਾਬ ਦੇ ਅਭਿਨਵ ਵਿੰਧਰਾ ਜਿਨ੍ਹਾਂ ਨੇ ਸ਼ੂਟਿੰਗ ਦੇ ਵਿੱਚ 골ਡ ਮੈਡਲ ਜਿੱਤ ਕੇ ਪਹਿਲੇ ਭਾਰਤੀ ਬਣੇ ਜਿਨ੍ਹਾਂ ਨੇ 골ਡ ਮੈਡਲ ਜਿੱਤਿਆ ਸੀਗਾ ਕਿਸੇ ਇੰਡੀਵਿਜੂਅਲ ਖੇਡ 'ਚ ਉਸ ਤੋਂ ਪਹਿਲਾਂ ਇੰਡੀਆ ਦੀ ਟੀਮ 골ਡ ਮੈਡਲ ਜਿੱਤ ਚੁੱਕੀ ਆ ਪਰ ਜੇ ਕਿਸੇ ਇੰਡੀਵਿਜੂਅਲ ਨੇ ਜਿੱਤਿਆ ਉਹ ਪਹਿਲੀ ਵਾਰ ਹੋਇਆ ਬੀਜਿੰਗ 올림픽ਸ 2008 ਚ ਅਬਿਨਵ ਬਿੰਦਰਾ ਨੇ ਇਹ ਮੈਡਲ ਜਿੱਤਿਆ ਸੀਗਾ ਠੀਕ ਆ ਤਾਂ ਉਸ ਤੋਂ ਬਾਅਦ ਖੈਰ ਜੇ ਆਪਾਂ ਟੋਕੀਓ 올림픽ਸ 2020 ਦੀ ਗੱਲ ਕਰੀਏ ਤਾਂ ਇੱਥੇ ਇੰਡੀਆ ਦੀ ਉਪਲਬਧੀ ਅੱਜ ਤੱਕ ਦੀ ਸਭ ਤੋਂ ਬੈਸਟ ਉਪਲਬਧੀ ਹੈ ਤੁਸੀਂ ਕਹੋ 2020 ਤੋਂ ਬਾਅਦ ਇੰਡੀਆ ਨੇ ਝੰਡੇ ਗੱਡੇ ਆ ਚਾਹੇ ਤਾਂ ਇਸ ਵਾਰ ਦੀਆਂ 올림픽ਸ ਹੋਣ ਤੇ ਚਾਹੇ ਇਸ ਵਾਰ ਦੀਆਂ ਏਸ਼ੀਅਨ ਖੇਡਾਂ ਹੋਣ ਏਸ਼ੀਅਨ ਖੇਡਾਂ ਚ ਵੀ ਇੰਡੀਆ ਬਹੁਤ ਵਧੀਆ ਪਰਫਾਰਮ ਕਰਕੇ ਆਇਆ ਤੇ 올림픽ਸ ਦੇ ਵਿੱਚ ਵੀ ਇਸ ਵਾਰ ਦਾ ਰਿਜ਼ਲਟ ਤੁਹਾਨੂੰ ਪਤਾ ਹੀ ਹੈ ਕਿ ਇਸ ਵਾਰ ਪਹਿਲੀ ਵਾਰ ਹੋਇਆ ਕਿ ਇੰਡੀਆ ਨੇ 7 ਮੈਡਲ ਜਿੱਤੇ ਆ ਜਿੰਨਾ ਚੋਂ ਇੱਕ 골ਡ ਮੈਡਲ ਆ ਤੇ 골ਡ ਮੈਡਲ ਸ਼ਾਇਦ ਨੀਰ ਚੋਪੜਾ ਦਾ ਸੀਗਾ ਠੀਕ ਆ ਜੈਵਲਿਨ ਥਰੋ ਦੇ ਵਿੱਚ ਤੇ ਮੈਨੂੰ ਲੱਗਦਾ ਏ ਫੈਕਟਰ ਤਾਂ ਤੁਸੀਂ ਤੋਤੇ ਵਾਂਗ ਰਟੇ ਹੋਣਗੇ ਸਾਰੇ ਕਿ ਟੋਕੀਓ 올림픽ਸ ਇੰਡੀਆ ਦਾ ਬਾਕੀ ਆਪਾਂ ਆਪਣੇ ਵੱਲੋਂ ਬੈਸਟ ਦੱਸਣਾ ਹੀ ਆ ਕਿ ਕੀ ਕੀ ਆ ਆ ਦੇਖੋ ਕਿ ਇੰਡੀਆ ਦੇ ਕਿਹੜੇ ਕਿਹੜੇ ਪਲੇਅਰਸ ਆ ਨੀਰਿਸ਼ ਚੋਪੜਾ ਨੇ ਜੈਵਲਿਨ ਥ्रो 87.58 ਮੀਟਰ ਸੁੱਟ ਕੇ ਇੰਡੀਆ ਲਈ 골ਡ ਮੈਡਲ ਜਿੱਤੇ ਆ ਉਸ ਤੋਂ ਬਾਅਦ weightlifter ਸੀ ਮੀਰਾਬਾਈ ਚਾਨੂ ਮਨੀਪੁਰ ਦੀ ਉਹਨੇ ਸਿਲਵਰ ਮੈਡਲ ਜਿੱਤਿਆ ਸੀ ਰਵੀ ਧਈਆ ਜਿਹੜੇ ਸੀਗੇ ਉਹਨਾਂ ਦਾ ਸਿਲਵਰ ਮੈਡਲ ਸੀ ਰੈਸਲਿੰਗ 'ਚ ਬਜਰੰਗ ਪੂਨੀਆ ਨੇ ਬ੍ਰੌਂਜ਼ ਮੈਡਲ ਰੈਸਲਿੰਗ 'ਚ ਪੀਵੀ ਸਿੰਧੂ ਨੇ ਬ੍ਰੌਂਜ਼ ਮੈਡਲ ਇੰਡੀਅਨ ਬੈਡਮਿੰਟਨ 'ਚ ਠੀਕ ਆ ਇਸ ਤੋਂ ਪਹਿਲਾਂ ਉਹ 2016 ਦੀ ਰਿਓ 올림픽ਸ ਦੇ ਵਿੱਚ ਵੀ ਸਿਲਵਰ ਮੈਡਲ ਜਿੱਤ ਚੁੱਕੀ ਸੀ ਪੀਵੀ ਸਿੰਧੂ ਤੇ ਇਸ ਵਾਰ ਜਦੋਂ ਗਏ ਸੀ ਤਾਂ ਇੱਕ ਉਹਨਾਂ ਤੇ ਸਭ ਤੋਂ ਵੱਧ ਹਾਈਲਾਈਟ ਹੋਣਾ ਸੀ ਕਿਸੇ ਨੂੰ ਨਹੀਂ ਸੀ ਪਤਾ ਕਿ ਬਈ ਨੀਰnes ਚੋਪੜਾ 골ਡ ਜਿੱਤੂਗਾ ਕਿਉਂਕਿ ਉਹਨਾਂ ਤੋਂ ਪੂਰੀ ਉਮੀਦ ਸੀਗੀ ਪਰ ਸ਼ਾਇਦ ਉਹ ਅਨਫੋਰਚੂਨੇਟਲੀ ਫਾਈਨਲ 'ਚ ਨਹੀਂ ਸੀ ਪਹੁੰਚ ਸਕੀ ਆਪਣੀ ਪੀਵੀ ਸਿੰਧੂ ਤੇ ਉਹਨਾਂ ਨੂੰ ਫਿਰ ਸੰਤੋਸ਼ ਕਰਨਾ ਪਿਆ ਸਿਰਫ ਬ੍ਰੌਂਜ਼ ਮੈਡਲ ਨਾਲ ਪਿਛਲੀ ਵਾਰ ਉਹ ਸਿਲਵਰ ਜਿੱਤ ਕੇ ਆਏ ਸੀ ਇਸ ਵਾਰ ਉਹ ਬ੍ਰੌਂਜ਼ ਸੀ ਸੋ ਮੈਂ ਉਮੀਦ ਕਰਦਾ ਕਿ ਇਸ ਵਾਰ ਦੇ ਜਿਹੜੇ ਪਲੇਅਰਸ ਆ ਜਿਹੜੇ ਇਸ ਵਾਰ ਦੇ 올림픽 ਖੇਡਾਂ ਦੇ ਪਲੇਅਰਸ ਆ ਇਹਨਾਂ ਨਾਲ ਵੈਸੀ ਤੁਹਾਡੀ ਜਾਣ ਪਛਾਣ ਹੋਊਗੀ ਤੁਹਾਨੂੰ ਮਸਲਾ ਸੀ ਕਿ ਭਈ ਇੰਡੀਅਨ 올림픽 ਐਸੋਸੀਏਸ਼ਨ ਇੰਟਰਨੈਸ਼ਨਲ 올림픽 ਖੇਡਾਂ ਇੰਟਰਨੈਸ਼ਨਲ 올림픽 ਕਮੇਟੀ 올림픽 ਖੇਡਾਂ ਦੀ ਸ਼ੁਰੂਆਤ ਸ਼ੁਰੂ ਤੋਂ ਲੈ ਕੇ ਹੁਣ ਤੱਕ 올림픽 ਖੇਡਾਂ ਨਾਲ ਸੰਬੰਧਿਤ ਜਿਹੜੇ ਵੀ ਫੈਕਟ ਸੀਗੇ ਉਹ ਆਪਾਂ ਆਪਣੇ ਵੱਲੋਂ ਆਲਮੋਸਟ ਫਿਕਸ ਕਰ ਲਏ ਇਸ ਤੋਂ ਬਿਨਾ ਹੋਰ ਵੀ ਜਿਹੜੇ ਪਲੇਅਰਜ਼ ਨੇ ਮਤਲਬ ਕਿ ਜਿੱਤਿਆ ਏ ਉਹ ਤੁਹਾਨੂੰ ਸਾਰੇ ਦੱਸਦੇ ਸੀਗੇ ਕਿ ਇਸ ਵਾਰ ਇੰਡੀਆਜ਼ ਦੀ ਮੈਨ ਹਾਕੀ ਜਿਹੜੀ ਆ ਉਹ ਵੀ ਬ੍ਰੌਂਜ਼ ਮੈਡਲ ਜਿੱਤ ਕੇ ਆਈ ਸੀ ਪੂਰੀ ਦੀ ਪੂਰੀ ਟੀਮ ਬੜੇ ਚਿਰ ਬਾਅਦ ਤੁਸੀਂ ਸਾਬ ਲਾ ਕੇ ਦੇਖੋ 1980 ਤੋਂ ਬਾਅਦ ਤਾਂ ਇਹਨਾਂ ਦੇ ਹੱਥ 'ਚ ਕੁਝ ਵੀ ਨਹੀਂ ਆਇਆ ਤਾਂ ਹੁਣ ਇਸ ਵਾਰ ਜਾ ਕੇ ਇਹਨਾਂ ਨੇ ਬ੍ਰੌਂਜ਼ ਮੈਡਲ ਜਿੱਤਿਆ ਸੀਗਾ ਤੇ ਇਹ ਵੀ ਤੁਹਾਨੂੰ ਪਤਾ ਹੋਊਗਾ ਕਿ ਹੁਣ 올림픽ਸ ਦੇ ਨਾਲ ਇੱਕ ਪੈਰਾ 올림픽ਸ ਸਪੈਸ਼ਲੀ ਡਿਫਰੈਂਸ਼ੀਏਬਲ ਲੋਕਾਂ ਵਾਸਤੇ ਹੁੰਦੀਆਂ ਜਿਹੜੀਆਂ ਪੈਰਾ 올림픽ਸ ਤੇ ਜਿਹੜੇ ਦੇਸ਼ 'ਚ 올림픽 ਖੇਡਾਂ ਹੁੰਦੀਆਂ ਉਸੇ ਦੇਸ਼ 'ਚ ਪੈਰਾ 올림픽 ਖੇਡੀਆਂ ਜਾਂਦੀਆਂ ਠੀਕ ਆ ਜਿਹੜੇ ਵਿਸ਼ੇਸ਼ ਤਰੀਕੇ ਵਿਸ਼ੇਸ਼ ਪ੍ਰਕਾਰ ਦੇ ਲੋਕ ਮੀਨਸ ਥੋੜਾ ਜਿਹਾ ਪਰਮਾਤਮਾ ਵੱਲੋਂ ਜਿਨ੍ਹਾਂ ਨੂੰ ਥੋੜਾ ਜਿਹਾ ਇਹ ਕਹਿ ਲੋ ਕਿ ਅਪਾਹਜ ਹੈਂਡੀਕੈਪ ਹੋ ਜਾਂਦੇ ਆ ਜੇ ਆਪਾਂ ਉਹਨਾਂ ਨੂੰ ਸਪੈਸ਼ਲ ਕੈਟਾਗਰੀ ਦੇ ਕੈਟਾਗਰੀ 'ਚ ਕਨਸੀਡਰ ਕਰੀਏ ਤਾਂ ਉਹਨਾਂ ਦੀਆਂ ਪੈਰਾ 올림픽ਸ ਖੇਡਾਂ ਉਹਦੇ 'ਚ ਵੀ ਇੰਡੀਅਨ ਪਰਫਾਰਮ ਇੰਡੀਅਨਸ ਦੀ ਪਰਫਾਰਮੈਂਸ ਬਹੁਤ ਵਧੀਆ ਰਹੀ 19 ਮੈਡਲ ਜਿਹਦੇ 'ਚ 5 골ਡ ਮੈਡਲ ਸੀ ਤੇ ਉਹ ਸਾਰੀ ਦੀ ਸਾਰੀ ਇਨਫਰਮੇਸ਼ਨ ਲਿਖੀ ਹੋਈ ਹੈ ਕਿ ਕਿੰਨਾ ਕਿੰਨਾ ਨੇ ਕੀ ਉਸ ਤੋਂ ਬਾਅਦ ਇੰਡੀਅਨ 올림픽 ਐਸੋਸੀਏਸ਼ਨ ਬਾਰੇ ਆਲਦੋ ਮੈਂ ਪੜਾ ਚੁੱਕਿਆ ਹਾਂ ਇਹਦੇ ਬਾਰੇ ਕਿ ਭਈ ਇੰਡੀਅਨ 올림픽 ਐਸੋਸੀਏਸ਼ਨ ਬਣੀ ਕਿਉਂ ਸੀ ਭਾਰਤੀ ਲੋਕਾਂ ਨੂੰ 올림픽 ਖੇਡਾਂ ਨਾਲ ਜੋੜਨ ਵਾਸਤੇ 1920 ਚ ਪਹਿਲੀ ਵਾਰੀ ਆਫੀਸ਼ੀਅਲੀ ਭਾਰਤ ਦਾ ਵਫਦ ਜਾਂਦਾ ਹੈ ਪਰ 1900 ਦੇ ਵਿੱਚ ਇੱਕ ਐਂਗਲੋ ਇੰਡੀਅਨ ਇੰਡੀਆ ਵੱਲੋਂ ਜਾ ਕੇ 골ਡ ਮੈਡਲ ਜਿੱਤਦਾ ਹੈ 1920 ਚ ਆਫੀਸ਼ੀਅਲ ਤੌਰ ਤੇ ਪਹਿਲਾ ਭਾਰਤੀ ਵਫਦ 올림픽 ਖੇਡਣ ਗਿਆ 1924 ਦੀਆਂ 올림픽ਸ ਤੋਂ ਪਹਿਲਾਂ ਪੈਰਿਸ ਦੀਆਂ 올림픽ਸ ਤੋਂ ਪਹਿਲਾਂ 1923 'ਚ ਇੱਕ आरजी टेम्पररी प्रोविजनल कमिटी ਬਣਦੀ ਆ 올 ਇੰਡੀਆ 올림픽 ਕਮੇਟੀ 1927 'ਚ ਫਿਰ ਉਹ ਇੱਕ ਸਥਾਈ ਰੂਪ ਲੈ ਲੈਂਦੀ ਆ ਤੇ ਉਹਦਾ ਨਾਮ ਇੰਡੀਅਨ 올림픽 ਐਸੋਸੀਏਸ਼ਨ ਜਿਹੜੀ ਕਿ ਦਾਰੋਪਜੀ ਟਾਟਾ ਦੇ ਅੰਤਰਗਤ ਬਣਦੀ ਆ 28 ਚੋਦੀ ਪ੍ਰਧਾਨਗੀ ਮਹਾਰਾਜਾ ਭពਿੰਦਰ ਸਿੰਘ ਕੋ ਫਿਰ ਉਸ ਤੋਂ ਬਾਅਦ ਮਹਾਰਾਜਾ ਯਾਦਵਿੰਦਰ ਸਿੰਘ ਕੋ ਸੋ ਵੱਖਰੇ ਵੱਖਰੇ ਸਮੇਂ ਤੇ ਵੱਖਰੇ ਵੱਖਰੇ ਪ੍ਰਧਾਨ ਉਹਦੇ ਰਹੇ ਆ ਤੋ ਉਹਦਾ ਬੜਾ ਵੱਡਾ ਰੋਲ ਰਿਹਾ ਇੰਡੀਅਨਸ ਨੂੰ 올림픽ਸ ਦੇ ਵਿੱਚ ਮੋਟੀਵੇਟ ਕਰਨ ਦਾ ਸੋ ਕੁੱਲ ਮਿਲਾ ਕੇ ਇਹ ਪਹਿਲੀਆਂ ਖੇਡਾਂ ਸੀ ਜਿਨ੍ਹਾਂ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਨੈਕਸਟ ਉਸ ਤੋਂ ਬਾਅਦ ਆਗੀਆਂ ਏਸ਼ੀਆਰਡਸ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਏਸ਼ੀਅਨ ਖੇਡਾਂ ਏਸ਼ੀਅਨ ਖੇਡਾਂ ਬੇਹਦ ਮਸ਼ਹੂਰ ਆ ਦੇਖੋ ਏਸ਼ੀਅਨ ਖੇਡਾਂ ਪੜੋ ਕਾਮਨਵੈਲਥ ਪੜੋ ਨੈਸ਼ਨਲ ਗੇਮਸ ਪੜੋ ਯੂਥ ਖੇਲੋ ਯੂਥ ਖੇਡਾਂ ਪੜੋ ਫਿਰ ਜਿਹੜੇ ਤਾਂ ਇਵੈਂਟ ਹੋਗੇ ਪਹਿਲਾਂ ਤਾਂ ਇਵੈਂਟ ਚੱਕੇ ਜਾਣਗੇ ਕਿਉਂਕਿ ਜਿਹੜੇ ਇਵੈਂਟ ਬੜੇ ਇੰਪੋਰਟੈਂਟ ਆ ਉਹ ਪਿਕ ਕਰੋ ਉਸ ਤੋਂ ਬਾਅਦ ਕੁਝ ਕੱਪ ਜਿਹੜੇ ਐਨੇ ਕੋ ਫੈਕਚੁਅਲ ਨੇ ਜਿਹੜੇ ਪੇਪਰਾਂ ਚ ਜਿਵੇਂ ਦੁਰਾਂਦ ਕੱਪ ਹੋ ਗਿਆ ਜਾਂ ਜਿਹੜੇ ਕੱਪ ਪੇਪਰਾਂ ਚ ਇਤਿਹਾਸਕ ਤੌਰ ਤੇ ਇੰਪੋਰਟੈਂਟ ਆ ਜਿੰਨਾ ਬਾਰੇ ਪੁੱਛਿਆ ਜਾ ਸਕਦਾ ਫਸਟ ਕਦੋਂ ਹੋਇਆ ਕੀ ਹੋਇਆ ਉਹਨਾਂ ਨੂੰ ਤੇ ਆਪਾਂ ਇਸ ਰੂਪ ਚ ਪੜਾਂਗੇ ਉਸ ਤੋਂ ਬਾਅਦ ਬਾਕੀ ਤਾਂ ਸਾਰੇ ਜਿਵੇਂ ਜਿਵੇਂ ਜਿਹਦੀ ਜਿਹਦੀ ਇੰਪੋਰਟੈਂਸ ਘਟਦੀ ਜਾਊਗੀ ਉਹਨੂੰ ਸ਼ਾਰਟ ਫਾਰਮ ਚ ਪੜਦੇ ਜਾਵਾਂਗੇ ਜਿਵੇਂ ਸਭ ਤੋਂ ਵੱਧ ਇੰਪੋਰਟੈਂਸ 올림픽ਸ ਦੀ ਹੁੰਦੀ ਹੈ ਤਾਂ ਕਿਉਂ ਨਾ ਆਪਾਂ 올림픽ਸ ਨੂੰ ਪੂਰੀ ਡਿਟੇਲ ਚ ਪੜਿਆ ਹੁਣ ਆਪਾਂ ਏਸ਼ੀਆਰਡਸ ਬਾਰੇ ਪੜਦੇ ਆ ਜਾਨੀ ਕਿ ਏਸ਼ੀਅਨ ਖੇਡਾਂ ਬਾਰੇ ਪੜਦੇ ਆ ਦੇਖੋ ਏਸ਼ੀਅਨ ਖੇਡਾਂ ਦੀ ਸ਼ੁਰੂਆਤ ਕਿੱਥੀ ਕਿਉਂ ਗਈ ਉਹਦੀ ਇੱਕ ਵਜ੍ਹਾ ਇਹ ਸੀ ਕਿ 1945 ਤੋਂ ਲੈ ਕੇ 50 ਤੱਕ ਕੋਲਡ ਵਾਰ ਹੋਈ ਠੀਕ 1945 ਤੋਂ ਬਾਅਦ ਨਾ ਦੁਨੀਆ ਚ ਕੋਲਡ ਵਾਰ ਚੱਲ ਗਈ ਤੇ ਬਹੁਤੇ ਏਸ਼ੀਅਨ ਦੇਸ਼ ਜਿਹੜੇ ਸੀਗੇ ਉਹ ਹਜੇ ਇੰਨੇ ਜਿਆਦੇ ਸੰਪੰਨ ਨਹੀਂ ਸੀ ਹੋਏ ਕਿ ਉਹ 올림픽 ਖੇਡਾਂ ਚ ਮੁਕਾਬਲਾ ਕਰ ਸਕਦੇ ਤੋ ਏਸ਼ੀਅਨ ਖੇਡਾਂ ਏਸ਼ੀਅਨ ਦੇਸ਼ਾਂ ਨੇ ਆਪਸ 'ਚ ਇੱਕ ਵਿਚਾਰ ਕੀਤਾ ਕਿ ਕਿਉਂ ਨਾ ਆਪਾਂ ਆਪਸ ਦੇ ਵਿੱਚ ਬੈਠ ਕੇ ਖੇਡਾਂ ਜਿਹੜੀਆਂ ਨੇ ਉਹ ਖੇਡੀਏ ਇਹਦੇ 'ਚ ਭਾਰਤ ਦੇ ਰੋਲ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ 1947 ਦੇ ਵਿੱਚ ਇੱਕ ਕਾਨਫਰੰਸ ਹੋਈ ਆ ਪੇਪਰ 'ਚ ਆਉਂਦੀ ਹੁੰਦੀ ਆ 1947 'ਚ ਇੱਕ ਕਾਨਫਰੰਸ ਹੋਈ ਕਾਨਫਰੰਸ ਆਫ ਏਸ਼ੀਅਨ ਕੰਟਰੀਜ਼ ਨਿਊ ਡੈਲੀ ਨਵੀਂ ਦਿੱਲੀ ਦੇ ਵਿੱਚ ਕਾਨਫਰੰਸ ਆਫ ਏਸ਼ੀਅਨ ਕੰਟਰੀਜ਼ ਏਸ਼ੀਆਈ ਦੇਸ਼ਾਂ ਦੀ ਇੱਕ ਕਾਨਫਰੰਸ ਹੋਈ ਜਿਹਦੇ 'ਚ ਫੈਸਲਾ ਕੀਤਾ ਗਿਆ ਕਿ ਏਸ਼ੀਅਨ ਦੇਸ਼ ਇੱਕ ਆਪਸ ਦੇ ਵਿੱਚ ਖੇਡਾਂ ਖੇਡਿਆ ਕਰਨਗੇ ਜਿਨ੍ਹਾਂ ਨੂੰ ਏਸ਼ੀਅਨ ਗੇਮਸ ਕਿਹਾ ਜਾਊਗਾ ਇਹਦੇ ਚ ਜਿਹੜੇ ਲੋਕਾਂ ਨੇ ਇੰਟਰਸਟ ਸ਼ੋ ਕੀਤਾ ਉਹਨਾਂ ਚ ਇੱਕ ਸੀਗੇ ਗੁਰੂਜੀ ਦਤ ਸੌਂਦੀ ਜਿਹਨੂੰ ਜੀਡੀ ਸੌਂਦੀ ਕਿਹਾ ਜਾਂਦਾ ਹੈ ਜੀਡੀ ਸੌਂਦੀ ਜਿਹੜੇ ਉਸ ਟਾਈਮ ਇੰਡੀਅਨ ਐਥਲੈਟਿਕ ਐਸੋਸੀਏਸ਼ਨ ਦੇ ਪ੍ਰਧਾਨ ਸੀ ਮਹਾਰਾਜਾ ਯਾਦਵਿੰਦਰ ਸਿੰਘ ਜਿਹੜੇ ਉਸ ਟਾਈਮ ਇੰਡੀਅਨ 올ੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਸੀ ਉਸ ਤੋਂ ਬਿਨਾ ਭਾਰਤ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਨਹਿਰੂ ਜਾਂ ਉਸ ਤੋਂ ਬਿਨਾ ਜਰਨਲ ਏਕੇ ਕਰੀਆਪਾ ਆਰਮੀਨ ਨਾਲ ਰਿਲੇਟਡ ਸੀਗੇ ਐਮਸੀ ਧਵਨ ਤੇ ਹੋਰ ਕਈ ਲੋਕ ਮੀਨਸ ਕੀ ਕਾਫੀ ਲੋਕ ਸੀ ਜਿਹੜੇ ਚਾਹੁੰਦੇ ਸੀ ਭਾਰਤੀ ਸੀਗੇ ਜਿਹੜੇ ਚਾਹੁੰਦੇ ਸੀ ਕਿ ਏਸ਼ੀਅਨ ਦੇਸ਼ ਮਿਲ ਕੇ ਖੇਡਣ ਤੇ ਉਹਨੂੰ ਏਸ਼ੀਆਰਜ਼ ਜਾਂ ਏਸ਼ੀਅਨ ਖੇਡਾਂ ਦਾ ਨਾਮ ਦਿੱਤਾ ਜਾਵੇ ਸੋ ਉਹਦੇ ਚੋਂ ਹੀ ਨਿਕਲ ਕੇ ਆਇਆ ਏਸ਼ੀਅਨ ਖੇਡਾਂ ਦਾ ਕਨਸੈਪਟ 1951 ਦੇ ਵਿੱਚ ਪਹਿਲੀ ਵਾਰ ਇਹ ਏਸ਼ੀਅਨ ਖੇਡਾਂ ਦਿੱਲੀ 'ਚ ਵੀ ਤਾਂ ਹੋਈਆਂ ਨਾ ਕਿਉਂਕਿ ਭਾਰਤ ਇਹਨਾਂ ਖੇਡਾਂ ਨੂੰ ਕਰਵਾਉਣ ਦੇ ਵਿੱਚ ਮੂਰੇ ਲੱਗਿਆ ਸੋ ਇਹ ਖੇਡਾਂ ਪਹਿਲੀ ਵਾਰ ਭਾਰਤ ਦੇ ਕਹਿਣ ਤੇ ਹੀ ਹੋਈਆਂ ਦ ਐਸ਼ੀਅਨ ਖੇਡਾਂ ਦਾ ਮੋਟਾ ਮੋਟੋ ਜਿਹੜਾ ਸੀਗਾ ਐਵਰ ਔਨਵਰਡ ਰੱਖਿਆ ਗਿਆ ਜਿਹਨੂੰ ਗੁਰਦੱਤ ਸੌਂਧੀ ਮੀਨਸ ਜਿਨ੍ਹਾਂ ਨੇ ਜਿਨ੍ਹਾਂ ਨੂੰ ਫਾਊਂਡਿੰਗ ਮੈਂਬਰ ਜਾਂ ਫਾਊਂਡਿੰਗ ਫਾਦਰ ਕਿਹਾ ਜਾਂਦਾ ਐਸ਼ੀਅਨ ਖੇਡਾਂ ਦੇ ਉਹਨਾਂ ਨੇ ਇਹਦਾ ਮੋਟੋ ਤਿਆਰ ਕੀਤਾ ਸੋ ਕੋਲਮ ਲਾ ਕੇ ਐਸ਼ੀਅਨ ਖੇਡਾਂ ਦੀ ਇਸ ਤਰੀਕੇ ਨਾਲ ਸ਼ੁਰੂਆਤ ਹੋਈ ਇਹ ਇਹਦਾ ਇੱਕ ਰਾਈジング ਸਟਾਰ ਮਤਲਬ ਜਗਦਾ ਹੋਇਆ ਸੂਰਜ ਤੇ ਉਹਦੇ ਨਾਲ ਆ ਰਿੰਗਸ ਇਹ ਐਸ਼ੀਅਨ ਖੇਡਾਂ ਨੂੰ ਰਿਪਰੈਜ਼ੈਂਟ ਕਰਦੇ ਆ ਪਹਿਲੀਆਂ ਐਸ਼ੀਅਨ ਖੇਡਾਂ ਨਿਊਜ਼ੀਲੈਂਡ ਨਿਊ ਡੈਲੀ ਤੇ ਮੈਨੂੰ ਲੱਗਦਾ ਦੋ ਏਸ਼ ਇਸ ਤੋਂ ਬਾਅਦ 1982 ਵਾਲੀਆਂ ਜਿਹੜੀਆਂ 1982 ਵਾਲੀਆਂ ਏਸ਼ੀਅਨ ਗੇਮਸ ਨੇ ਉਹਨਾਂ ਨੂੰ ਲੈ ਕੇ ਤਾਂ ਕੰਟਰੋਵਰਸੀ ਬਹੁਤ ਆ ਕਿਉਂਕਿ 1982 ਚ ਜੋ ਸਿੱਖ ਐਕਸਟਰੀਮਿਜ਼ਮ ਸੀਗਾ ਪਾ ਪੰਜਾਬ ਦੇ ਵਿੱਚ ਖਾੜਕੂ ਵਾਦੋਂ ਸਿਖਰ ਤੇ ਪਹੁੰਚ ਗਿਆ ਸੀ ਤੇ ਪੰਜਾਬ ਚੋਂ ਜਿਹੜੀਆਂ ਖਾੜਕੂ ਜਥੇਬੰਦੀਆਂ ਸੀ ਮੀਨਸ ਜਿਹੜੀਆਂ ਪੰਜਾਬ ਦੀਆਂ ਧਾਰਮਿਕ ਜਥੇਬੰਦੀਆਂ ਸੀ ਉਹਨਾਂ ਵੱਲੋਂ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਸੀ ਕਿ ਏਸ਼ੀਅਨ ਖੇਡਾਂ ਨਹੀਂ ਹੋਣ ਦਿੱਤੀਆਂ ਜਾਣਗੀਆਂ ਉਸ ਤੋਂ ਬਾਅਦ ਪੰਜਾਬ ਦੇ ਲੋਕ ਜਦੋਂ ਹਰਿਆਣੇ ਦੇ ਵਿੱਚੋਂ ਖੇਡਾਂ ਦੇਖਣ ਜਾਂਦੇ ਸੀ ਜਿੰਨਾਂ 'ਚ ਬਹੁਤ ਸੀਨੀਅਰ ਆਰਮੀ ਅਫੀਸ਼ਰਸ ਵੀ ਸੀ ਉਹਨਾਂ ਨੂੰ ਵੀ ਬੜੀ ਹਿਊਮਿਲੇਸ਼ਨ ਦਾ ਸਾਹਮਣਾ ਕਰਨਾ ਪਿਆ ਜੋ ਉੱਥੇ ਚੈਕਿੰਗ ਹੋ ਰਹੀ ਸੀ ਉਧਰੋਂ ਸੋ ਕਾਫੀ ਵੱਡੇ ਪੱਧਰ ਤੇ ਏਸ਼ੀਅਨ ਖੇਡਾਂ ਜਿਹੜੀਆਂ ਸੀ ਨਾ 1982 ਵਾਲੀਆਂ ਉਹ ਇੱਕ ਬੜਾ ਵੱਡਾ ਕਾਰਨ ਬਣੀਆਂ ਉਸ ਟਾਈਮ ਦੇ ਜੋ ਸਿੱਖ ਖਾੜਕੂ ਸਿੱਖ ਰੈਡੀਕਲ ਸੀ ਤੇ ਜੋ ਭਾਰਤ ਸਰਕਾਰ ਸੀ ਉਹਨਾਂ ਦੇ ਵਿੱਚ ਜੋ ਫ੍ਰਿਕਸ਼ਨ ਵਧੀ ਹੈ ਨਾ ਉਹਦੇ 'ਚ ਏਸ਼ੀਅਨ ਖੇਡਾਂ ਦੇਖੋ ਖੇਡ ਥੋੜਾ ਕਿਸੇ ਚੀਜ਼ ਦੀ ਜ਼ਿੰਮੇਵਾਰ ਆ ਖੇਡਾਂ ਦੇ ਸਮੇਂ ਬਣੇ ਹਾਲਾਤ ਬੜੇ ਵੱਡੇ ਪੱਧਰ ਤੇ ਜ਼ਿੰਮੇਵਾਰ ਹੋ ਗਏ ਸੀ ਇਸ ਕਰਕੇ 1982 ਦੀਆਂ ਏਸ਼ੀਅਨ ਖੇਡਾਂ ਜੋ ਕਿ ਦਿੱਲੀ 'ਚ ਹੀ ਹੋਈਆਂ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਊਗਾ ਜਦੋਂ ਪੰਜਾਬ ਦਾ ਉਹ ਦੌਰ ਪੜਿਆ ਜਾਊਗਾ 1980 ਤੋਂ ਲੈ ਕੇ 1990-92 ਦਾ ਜਾਂ 1975-77 ਤੋਂ ਲੈ ਕੇ 1990-92 95 ਦਾ ਦੌਰ ਪੜਿਆ ਜਾਊਗਾ ਨਾ ਤਾਂ 1982 ਦੀਆਂ ਖੇਡਾਂ ਨੂੰ ਕਿਸੇ ਨਾ ਕਿਸੇ ਬਹਾਨੇ ਜ਼ਰੂਰ ਯਾਦ ਕੀਤਾ ਜਾਊਗਾ ਖੈਰ ਆਪਾਂ ਇੰਨੇ ਢੰਗਾਈ ਚ ਨਹੀਂ ਜਾਣਾ ਕਹਿੰਦਾ ਰਾਈジング ਸਨ ਉੱਗਦਾ ਹੋਇਆ ਸੂਰਜ ਤੇ ਇੰਟਰਲੋਕਿੰਗ ਰਿੰਗਸ ਇਹ ਜਿਹੜੀਆਂ ਰਿੰਗਸ ਨੇ ਇੱਕ ਦੂਜੇ ਚ ਅਟਾਈ ਪਹਿਲੀਆ ਖੇਡਾਂ ਮਾਰਚ 1951 ਚ ਹੋਈਆਂ ਤੇ ਦਿੱਲੀ ਚ ਕਰਾਈਆਂ ਗਈਆਂ ਤੇ ਅੱਜ ਤੱਕ ਏਸ਼ੀਅਨ ਖੇਡਾਂ ਸਭ ਤੋਂ ਵੱਧ ਵਾਰ ਬੈਂਕਾਕ ਚ ਹੋਈਆਂ ਹੈ THAILAND ਦੇ ਬੈਂਕਾਕ ਚ ਚਾਰ ਵਾਰ ਇਹ ਖੇਡਾਂ ਕਰਵਾਈਆਂ ਜਾ ਚੁੱਕੀਆਂ ਹੈ ਠੀਕ ਹੈ ਕਹਿੰਦੇ ਆ ਏਸ਼ੀਅਨ ਖੇਡਾਂ ਨੂੰ ਰੀਕੋਗਨਾਈਜ਼ ਕੌਣ ਕੀਤਾ ਇਹ ਰੀਕੋਗਨਾਈਜ਼ ਕਰਨ ਦਾ ਮਤਲਬ ਮਾਨਤਾ ਪ੍ਰਾਪਤ ਕਿੱਥੋਂ ਆ ਇੰਟਰਨੈਸ਼ਨਲ 올림픽 ਕਮੇਟੀ ਦੁਆਰਾ ਇਹਨੂੰ ਮਾਨਤਾ ਪ੍ਰਾਪਤ ਮਾਨਤਾ ਪ੍ਰਾਪਤ ਦਾ ਮਤਲਬ ਇਹ ਪ੍ਰਬੰਧ ਨਹੀਂ ਕਰਦੇ ਖੇਡਾਂ ਦਾ ਉਹਨਾਂ ਵੱਲੋਂ ਮਾਨਤਾ ਪ੍ਰਾਪਤ ਇੰਟਰਨੈਸ਼ਨਲ 올림픽 ਕਮੇਟੀ ਵੱਲੋਂ ਮਾਨਤਾ ਪ੍ਰਾਪਤ ਤਾਂ 1978 ਤੱਕ ਇਹਨਾਂ ਖੇਡਾਂ ਨੂੰ ਕਰਾਉਣ ਦੀ ਜ਼ਿੰਮੇਵਾਰੀ ਸੀ ਏਸ਼ੀਅਨ ਗੇਮ ਫੈਡਰੇਸ਼ਨ ਦੀ 1978 ਤੋਂ ਬਾਅਦ ਸੰਸਥਾ ਬਦਲ ਗਈ 올림픽 ਕਾਉਂਸਲ ਆਫ ਇੰਡੀਆ 올림픽 ਕਾਉਂਸਲ ਆਫ ਏਸ਼ੀਆ ਸੌਰੀ 올림픽 ਕਾਉਂਸਲ ਆਫ ਏਸ਼ੀਆ 1978 ਤੋਂ ਲੈ ਕੇ ਹੁਣ ਤੱਕ ਇਹਨਾਂ ਖੇਡਾਂ ਦਾ ਪ੍ਰਬੰਧ ਕਰਾ ਰਹੀ ਹੈ ਭਾਰਤ ਨੇ ਇਨਾ ਖੇਡਾਂ ਦਾ ਪਹਿਲਾ ਐਡੀਸ਼ਨ ਤੇ ਉਸ ਤੋਂ ਬਾਅਦ ਇਨਾ ਖੇਡਾਂ ਦਾ ਨੌਵਾਂ ਐਡੀਸ਼ਨ ਭਾਰਤ ਨੇ ਕਰਾਇਆ ਤੇ ਨੌਵੇਂ ਐਡੀਸ਼ਨ 'ਚ ਅੱਪੂ ਜੋ ਇੰਡੀਅਨ ਐਲੀਫੈਂਟ ਆ ਉਹ ਇਹਦੇ ਮਸਕਰਟ ਦੇ ਤੌਰ ਤੇ ਪੇਸ਼ ਕੀਤਾ ਗਿਆ ਤੇ ਉਹ ਬੜਾ ਮਸ਼ਹੂਰ ਹੋਇਆ ਅੱਜ ਵੀ ਜੇ ਤੁਸੀਂ ਅੱਪੂ ਲੈ ਕੇ ਇਮੇਜਿਸ ਸਰਚ ਕਰੋਗੇ ਨਾ ਤੁਹਾਨੂੰ ਇੱਕ ਕਾਰਟੂਨ ਜਿਹਾ ਜਿਹੜਾ ਕਿ ਸਾਡੇ ਜਦੋਂ ਡਿਜ਼ਨੀ ਵਗੈਰਾ 'ਚ ਆਪਾਂ ਕਿਤੇ ਘੁੰਮਣ ਜਾਂਦੇ ਆ ਉੱਥੇ ਅੱਪੂ ਘਰ ਜਾਂ ਇਹੋ ਜਿਹੀਆਂ ਚੀਜ਼ਾਂ ਉਹ ਅੱਪੂ ਸ਼ਬਦ ਉੱਥੇ ਹੀ ਮਸ਼ਹੂਰ ਹੋਇਆ ਸੀਗਾ ਇੱਕ ਮਸਕਰਟ ਦੇ ਤੌਰ ਤੇ ਤੋ ਏਸ਼ੀਅਨ ਖੇਡਾਂਬਾ ਦਾ ਇਤਿਹਾਸ ਜਿਹੜਾ ਏ ਉਹ ਮੈਂ ਕਲੀਅਰ ਕਰਤਾ ਪਹਿਲੀਆਂ ਏਸ਼ੀਅਨ ਖੇਡਾਂ ਦਿੱਲੀ ਚ ਹੋਈਆਂ ਦੂਜੀਆਂ ਮਨੀਲਾ ਫਿਲੀਪੀਨਸ ਉਸ ਤੋਂ ਬਾਅਦ ਨੌਵੀਆਂ ਏਸ਼ੀਅਨ ਖੇਡਾਂ ਦਿੱਲੀ ਚ ਉਸ ਤੋਂ ਬਾਅਦ 18ਵੀਂ 18 ਵਾਲੀਆਂ ਜਕਾਰਤਾ ਉਹ 19 ਜਿਹੜੀਆਂ ਬਾਈ ਚ ਹੋਣੀਆਂ ਸੀਗੀਆਂ ਉਹ ਚైనా ਚ ਹੋਈਆਂ ਪਿੱਛੇ ਜੇ ਤੇ ਜਿੰਨਾ ਚ ਭਾਰਤ ਨੇ ਵਾਕਈ ਬਹੁਤ ਵੱਡੇ ਪੱਧਰ ਤੇ ਪਰਫਾਰਮੈਂਸ ਦਿੱਤੀ ਆ ਉਸ ਤੋਂ ਬਾਅਦ ਨਗੋਇਆ ਚ 27 ਵਾਲੀਆਂ ਫਿਰ ਉਸ ਤੋਂ ਬਾਅਦ ਆਈ ਥਿੰਕ ਹੁਣ ਮੈਨੂੰ ਯਾਦ ਨਹੀਂ ਕੀ ਆ 30 ਚ ਨੇ ਕਿ 31 ਚ ਨੇ ਹੁਣ ਠੀਕ ਆ ਕਿਉਂਕਿ ਵੈਸੇ ਤਾਂ 2020 24 28 ਚੱਲ ਹੀ ਰਿਹਾ ਸੀਗਾ ਬਟ ਸੌਰੀ 2022 26 ਚੱਲ ਹੀ ਰਿਹਾ ਸੀਗਾ ਬਟ 18 ਤੋਂ ਬਾਅਦ ਥੋੜੀ ਐ ਡਿਸਟਰਬ ਹੋ ਗਈਆਂ ਬਾਈ ਵਾਲੀਆਂ ਇਸ ਕਰਕੇ ਬਾਈ ਵਾਲੀਆਂ 23 ਚ ਫਿਰ 23 ਤੋਂ 26 ਵਾਲੀਆਂ 27 ਚ ਤੇ ਆ ਹੁਣ ਸਟੇਟਸ ਫਿਲਹਾਲ ਚੱਲ ਰਿਹਾ ਹੈ ਕਿ 2034 ਤੱਕ ਦੀ ਜਿਹੜੀ ਆ ਖੇਡਾਂ ਨੇ ਉਹ ਸਾਊਦੀ ਅਰਬ ਦੇ ਰਿਆਦ ਚ ਹੋਣੀਆਂ ਠੀਕ ਆ ਤੋ ਪਹਿਲੀਆਂ ਏਸ਼ੀਅਨ ਇਹ ਤਾਂ ਸਮਝ ਆ ਗਿਆ ਫੈਕਟ ਕਲੀਅਰ ਹੋ ਗਿਆ ਕਨਸੈਪਟ ਸਾਨੂੰ ਪਤਾ ਲੱਗ ਗਿਆ ਕਿ ਏਸ਼ੀਅਨ ਖੇਡਾਂ ਦਾ ਕੀ ਸਟੇਟਸ ਆ ਠੈਰ ਦੇਖੋ ਜਿਹੜਾ ਵੀ ਇਵੈਂਟ ਚੱਕਾਂਗੇ ਨਾ ਉਹਦੇ ਚ ਭਾਰਤੀਆਂ ਦੀ ਕੀ ਸਥਿਤੀ ਰਹੀ ਆ ਤੁਹਾਨੂੰ ਕੱਲੇ-ਕੱਲੇ ਪਲੇਅਰ ਦਾ ਨਾਮ ਪਤਾ ਲੱਗੂਗਾ ਕਿ ਬਈ ਆ ਚੀਜ਼ ਕੀ ਆ ਜੇ ਸਪੋਰਟਸ ਚੱਕ ਲਿਆ ਨਾ ਤਾਂ ਸਮਝ ਲਓ ਸਪੋਰਟਸ ਨਾਲ ਰਿਲੇਟਡ ਹਰ ਇੱਕ ਫੈਕਟ ਚੱਕਾਂਗੇ ਚਾਹੇ ਉਹ ਜਦੋਂ ਆਪਾਂ ਅਵਾਰਡਸ ਪੜ੍ਹਾਂਗੇ ਤਾਂ ਫਿਰ ਸਾਰੇ ਅਵਾਰਡਸ ਕਿ ਬਈ ਖੇਲ ਰਤਨ ਅਵਾਰਡ ਪਹਿਲਾਂ ਕੀ ਕਿਹਾ ਜਾਂਦਾ ਸੀ ਹੁਣ ਕੀ ਕਿਹਾ ਜਾਂਦਾ ਹੈ ਇੰਡੀਆ ਦੇ ਸਭ ਤੋਂ ਵੱਡੇ ਸਪੋਰਟਸ ਦੇ ਅਵਾਰਡ ਕਿਹੜੇ ਆ ਕਿਹੜਾ ਪਲੇਅਰ ਆ ਜਿਨੇ ਅਰਜੁਨ ਅਵਾਰਡ ਲੈਣ ਤੋਂ ਨਾ ਕਰਤੀ ਸੀ ਅਰਜੁਨ ਅਵਾਰਡ ਕਦੋਂ ਸ਼ੁਰੂ ਹੋਏ ਪਹਿਲੀ ਵਾਰ ਅਰਜੁਨ ਅਵਾਰਡ ਕਿੰਨੂੰ ਮਿਲੇ ਹਰ ਇੱਕ ਫੈਕਟ ਜਿਹੜਾ ਹੈ ਨਾ ਉਹਨੂੰ ਡਿਟੇਲ ਚ ਕਵਰ ਕਰਾਂਗੇ ਪਰ ਸਭ ਤੋਂ ਪਹਿਲਾਂ ਕਹਾਣੀ ਉਹੀ ਆ ਕਿ ਸਭ ਤੋਂ ਪਹਿਲਾਂ ਟਾਰਗੇਟ ਸੋਚ ਲਿਆ ਕਿ ਸਾਰੇ ਦੇ ਸਾਰੇ ਇਵੈਂਟਸ ਜਿਹੜੇ ਆ ਉਹ ਕਵਰ ਕਰਨੇ ਆਪਾਂ ਠੀਕ ਆ ਇਹ ਨਾ ਹੋਵੇ ਕਿ ਆਪਣਾ ਕੋਈ ਇਵੈਂਟ ਮਿਸ ਹੋ ਜੇ ਠੀਕ ਆ ਖੈਰ ਆ ਜੋ ਕਹਿੰਦੇ ਪਹਿਲੀਆਂ ਏਸ਼ੀਅਨ ਖੇਡਾਂ ਚ ਇੰਡੀਆ 15 골ਡ ਮੈਡਲਸ ਦੇ ਨਾਲ ਦੂਜੇ ਨੰਬਰ ਤੇ ਰਿਹਾ ਤੇ ਪਹਿਲੇ ਨੰਬਰ ਤੇ ਜਾਪਾਨ ਸੀਗਾ ਕਹਿੰਦੇ ਉਹਦੇ ਚ ਗੌਰ ਫਰਮਾਇਓ ਸਚਿਨ 나ਗ 스ਵੀਮਰ ਸੀਗੇ ਜਿਨ੍ਹਾਂ ਨੇ 100 ਮੀਟਰ ਦੇ ਵਿੱਚ ਭਾਰਤੀਆਂ ਨੂੰ ਪਹਿਲਾ 골ਡ ਮੈਡਲ ਦਿਖਾਇਆ ਪੇਪਰ ਚ ਆ ਸਕਦਾ ਨਾ ਕਿ ਇੰਡੀਅਨਸ ਨੇ ਆਪਣਾ ਪਹਿਲਾ 골ਡ ਮੈਡਲ ਜਿਹੜਾ 1900 ਏਸ਼ੀਅਨ ਖੇਡਾਂ ਚ ਪਹਿਲੇ ਕਿਹੜਾ ਇੰਡੀਅਨ ਸੀ ਜਿਨੇ 골ਡ ਮੈਡਲ ਜਿੱਤਿਆ ਤਾਂ ਸਚਿਨ 나ਗ ਨੇ ਜਿੱਤਿਆ ਠੀਕ ਆ ਉਸੇ ਸਾਲ ਰੋਸ਼ਨ ਮਿਸਤਰੀ ਪਹਿਲੀ ਊਮੈਨ ਬਣੀ ਜਿਨੇ ਏਸ਼ੀਅਨ ਖੇਡਾਂ ਦੇ ਵਿੱਚ ਸਿਲਵਰ ਮੈਡਲ ਜਿੱਤਿਆ 100 ਮੀਟਰ ਸਪ੍ਰਿੰਟ ਦੇ ਵਿੱਚ ਸੋ ਇਹ ਫਰਸਟ ਇੰਡੀਅਨ ਹੋ ਗਈ ਜਾਂ ਫਰਸਟ ਤੇ ਜੇ ਗੱਲ ਕਰੀਏ ਕਿ ਪਹਿਲੀ 10ਵੀਂ 올림픽 ਖੇਡਾਂ ਜਿਹੜੀਆਂ 1986 ਚ ਹੋਈਆਂ ਸੀ 10ਵੀਂ 올림픽 ਖੇਡਾਂ ਜਿਹੜੀਆਂ ਕਿ 1986 ਚ ਸਿਓਲ ਚ ਹੋਈਆਂ ਸੀ ਉੱਥੇ ਪੀਟੀ ਊਸ਼ਾ ਦੀ ਪਰਫਾਰਮੈਂਸ ਅਲਟੀਮੇਟ ਰਹੀ ਸੀ ਤੇ ਪੀਟੀ 우ਸ਼ਾ ਜਿਹਨੂੰ ਅਸੀਂ ਅੱਜ ਪਿਉਲੀ ਐਕਸਪ੍ਰੈਸ ਇਹ ਬੇਸਿਕਲੀ ਕੇਰਲਾ ਦੇ ਵਿੱਚ ਇੱਕ ਰੇਲਵੇ ਸਟੇਸ਼ਨ ਆ ਉੱਥੋਂ ਇੱਕ ਟ੍ਰੇਨ ਚੱਲਦੀ ਆ ਉਹਦੇ ਨਾਮ ਤੇ ਅਸੀਂ ਉਹਨਾਂ ਨੂੰ ਪਿਉਲੀ ਐਕਸਪ੍ਰੈਸ ਕਿਉਂ ਕਹਿਣਾ ਸ਼ੁਰੂ ਕੀਤਾ ਉਹਨਾਂ ਦੀ 1986 ਦੀ 골ਡ ਪਰਫਾਰਮੈਂਸ ਦੇ ਕੇ 우ਸ਼ ਪੀਟੀ 우ਸ਼ਾ ਨੇ 4 골ਡ ਮੈਡਲ ਤੇ ਇੱਕ ਸਿਲਵਰ ਜਿੱਤਿਆ ਸੀਗਾ ਸੋ ਇਸੇ ਕਰਕੇ ਉਹਨਾਂ ਨੂੰ ਮੀਨਜ਼ ਕੀ ਉਹਨਾਂ ਦਾ ਪੂਰਾ ਨਾਮ ਆ ਪੀਟੀ 우ਸ਼ਾ ਦਾ ਉਹਨਾਂ ਨੂੰ ਅਸੀਂ ਪਿਉਲੀ ਐਕਸਪ੍ਰੈਸ ਦਾ ਨਾਮ ਦਿੱਤਾ ਉਸ ਤੋਂ ਵੀ ਪਹਿਲਾਂ ਬੈਂਕਾਕ ਖੇਡਾਂ ਹੋਈਆਂ 1970 ਦੇ ਵਿੱਚ ਉਹ ਬਹੁਤ ਇੰਪੋਰਟੈਂਟ ਆ 1970 ਹਾਂ 1970 ਦੀਆਂ ਬੈਂਕਾਕ ਖੇਡਾਂ 'ਚ ਕਮਲਜੀਤ ਸੰਧੂ ਪਹਿਲੀ ਊਮਨ ਸੀਗੀ ਪਹਿਲੀ ਇੰਡੀਅਨ ਐਥਲੀਟ ਜਿਨੇ 골ਡ ਮੈਡਲ ਜਿੱਤਿਆ ਸੀ ਦਾ ਮੋਸਟ ਇੰਪੋਰਟੈਂਟ ਪੁਆਇੰਟ ਮੀਨਸ ਕਮਲਜੀਤ ਸੰਧੂ ਪਹਿਲੀ ਇੰਡੀਅਨ ਊਮਨ ਐਥਲੀਟ ਸੀ ਜਿਨੇ 골ਡ ਮੈਡਲ ਜਿੱਤਿਆ ਸੀਗਾ ਇਨ੍ਹਾਂ ਖੇਡਾਂ 'ਚ ਤੇ ਉਹਨੇ 400 ਮੀਟਰ ਦੀ ਰੇਸ ਕੋਈ 57.3 ਸੈਕਿੰਡ ਦੇ ਵਿੱਚ ਕੰਮਰ ਕੀਤੀ ਉਹ ਪਹਿਲੀ ਇੰਡੀਅਨ ਊਮਨ ਐਥਲੀਟ ਸੀ ਜਿਹੜੀ ਏਸ਼ੀਅਨ ਖੇਡਾਂ 'ਚ 골ਡ ਮੈਡਲ ਜਿੱਤਿਆ ਹੈ ਯਾਦ ਰੱਖਿਓ ਸਿਲਵਰ ਮੈਡਲ ਪਹਿਲਾ ਇੰਡੀਅਨਸ ਪਹਿਲੀ ਇੰਡੀਅਨ ਫੀਮੇਲ ਨੂੰ 51 'ਚ ਹੀ ਆ ਗਿਆ ਸੀ ਪਰ ਪਹਿਲੀ ਇੰਡੀਵਿਜੂਅਲ ਕਿਸੇ ਐਥਲੀਟ ਨੇ 골ਡ ਮੈਡਲ ਜਿੱਤਿਆ ਹੋਵੇ ਇਹਦੇ ਵਾਸਤੇ ਸਾਨੂੰ ਤਕਰੀਬਨ ਤਕਰੀਬਨ 19 ਸਾਲ ਦਾ ਸਫਰ ਤੈਅ ਕਰਨਾ ਪਿਆ ਤੇ ਕਮਲਜੀਤ ਕੌਰ ਸੰਧੂ ਪਹਿਲੀ ਇੰਡੀਅਨ ਵੂਮਨ ਸੀ ਪਹਿਲੀ ਭਾਰਤੀ ਔਰਤ ਸੀ ਜਿਨਨੇ ਇੰਡੀਵਿਜੂਅਲੀ ਇਕੱਲੇ ਦੇ ਦਮ ਤੇ 골ਡ ਮੈਡਲ ਜਿੱਤਿਆ 400 ਮੀਟਰ ਰੇਸ ਦੇ ਵਿੱਚ ਇਸ ਕੋਸ਼ਿਸ਼ 57.54 57.3 ਸਕਿੰਡਸ ਦੇ ਵਿੱਚ ਆਪਣੀ ਰੇਸ ਪੂਰੀ ਕਰਕੇ ਦੱਸੋ ਜੀ ਫੈਕਟ ਕਲੀਅਰ ਹੋ ਗਏ ਠੀਕ ਆ ਸੋ 2018 ਦੀਆਂ ਏਸ਼ੀਅਨ ਖੇਡਾਂ ਚ ਨੀਰਜ ਚੋਪੜਾ ਜਿਹੜਾ ਸੀਗਾ ਜੈਵਲਿਨ ਦੇ ਵਿੱਚ ਪਹਿਲੀ ਵਾਰੀ 골ਡ ਮੈਡਲ ਜਿੱਤਣ ਚ ਸਫਲ ਹੋਏ ਪਰ ਨੀਰਜ ਚੋਪੜਾ ਨੂੰ ਜਾਦੀ ਮਸ਼ਹੂਰੀ ਮਿਲੀ 2022 ਦੀਆਂ 올림픽 ਖੇਡਾਂ ਚ ਪਰ 2018 ਚ ਉਹ ਸਪੋਰਟਸ ਦੀ ਕੈਟਾਗਰੀ ਦੇ ਲੋਕ ਜਿਹੜੇ ਸੀਗੇ ਉਹਨਾਂ ਦੇ ਵਿੱਚ ਮਸ਼ਹੂਰ ਹੋ ਗਏ ਸੀ ਜਦੋਂ ਜੈਵਲਿਨ ਦੇ ਵਿੱਚ ਪਹਿਲੀ ਵਾਰੀ ਕਿਸੇ ਭਾਰਤੀ ਨੇ 골ਡ ਮੈਡਲ ਜਿੱਤਿਆ ਸੀਗਾ ਠੀਕ ਹੈ ਸੋ ਇਹ ਚੀਜ਼ ਆਪਾਂ ਨੂੰ ਕਲੀਅਰ ਹੋ ਗਈ 2023 ਦੀਆਂ ਏਸ਼ੀਅਨ ਖੇਡਾਂ ਜਿਹੜੀਆਂ ਕਿ 2022 ਚ ਲੌਜੀਕਲੀ ਹੋਣੀਆਂ ਸੀ ਬਟ ਕਰੋਨਾ ਕਰਕੇ ਸਾਰੇ ਸਪੋਰਟਸ ਦੇ ਇਵੈਂਟ ਡਿਲੇ ਹੋ ਗਏ ਇਸ ਕਰਕੇ ਇਹਨਾਂ ਤੇ ਵੀ ਅਸਰ ਪਿਆ ਇਹਨਾਂ ਨੂੰ ਵੀ ਫਿਰ ਪ੍ਰਭਾਵਿਤ ਹੋਣਾ ਪਿਆ ਤੇ 2022 ਵਾਲੀਆਂ ਜਿਹੜੀਆਂ ਸੀਗੀਆਂ ਖੇਡਾਂ ਹੋਂਜ਼ੂ 올림픽ਸ ਜਿਨ੍ਹਾਂ ਨੂੰ ਕਿਹਾ ਜਾਂਦਾ ਚਾਈਨਾ ਦੇ ਸ਼ਹਿਰ ਹੋਂਜ਼ੂ ਚ ਹੋਈਆਂ ਸੀ ਉਹਦੇ ਚ ਇੰਡੀਆ ਨੇ ਪਹਿਲੀ ਵਾਰੀ ਸਭ ਤੋਂ ਵੱਡਾ ਵਧੀਆ ਪ੍ਰਦਰਸ਼ਨ ਕੀਤਾ 골ਡ ਮੈਡਲ ਸਾਡੇ 28 ਪਹੁੰਚੇ 107 ਮੈਡਲ ਜਿੱਤੇ ਅਸੀਂ ਤੇ ਇੰਡੀਆ ਨੇ ਪਹਿਲੀ ਵਾਰੀ 2023 ਦੀਆਂ ਖੇਡਾਂ ਚ ਇੰਡੀਆ ਦਾ ਰੈਂਕ ਕਿਹੜਾ ਸੀ ਚੌਥਾ ਕਿ ਸੀ ਪੰਜਵਾਂ ਸੀ ਆਈ ਥਿੰਕ ਚੌਥਾ ਰੈਂਕ ਸੀ ਇੰਡੀਆ ਦਾ ਦੇਖਾਂਗੇ ਆਪਾਂ ਸ਼ਾਇਦ ਇੱਥੇ ਕੋਈ ਫੋਟੋ ਯੂਜ਼ ਕੀਤੀ ਨਹੀਂ ਕੀਤੀ ਇੱਥੇ ਮੈਂਸ਼ਨ ਵੀ ਜ਼ਰੂਰ ਹੋਊਗਾ ਠੀਕ ਹੈ ਕਿ ਇੰਡੀਆ ਨੇ ਪਹਿਲੀ ਵਾਰੀ ਤਿੰਨ ਅੱਖਰਾਂ ਚ ਮੈਡਲ ਜਿੱਤੇ ਸੀ 107 ਮੈਡਲ ਸੀ ਨਾ ਇੰਡੀਆ ਦੇ ਪਹਿਲੀ ਵਾਰ ਹੀ ਤਿੰਨ ਅੱਖਰਾਂ ਜਿੱਤੇ ਸੀ ਇੰਡੀਆ ਚੌਥਾ ਦੇਸ਼ ਬਣ ਗਿਆ ਇਸ ਤੋਂ ਉੱਪਰ ਚైనా ਜਾਪਾਨ ਤੇ ਕੋਰੀਆ ਮੀਨਸ ਪਹਿਲੇ ਨੰਬਰ ਤੇ ਚైనా ਦੂਜੇ ਤੇ ਜਾਪਾਨ ਤੀਜੇ ਤੇ ਸਾਊਥ ਕੋਰੀਆ ਤੇ ਚੌਥੇ ਤੇ 107 ਮੈਡਲ ਜੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਦੋਂ ਵੀ ਕਿਤੇ ਮੈਡਲਸ ਦਾ ਮਸਲਾ ਹੋਲ ਜੇ ਸਭ ਤੋਂ ਕੱਲੇ 골ਡ ਗਿਣੇ ਜਾਂਦੇ ਆ ਜੇ 골ਡ ਬਰਾਬਰ ਹੋਣ ਫਿਰ ਸਿਲਵਰ ਗਿਣੇ ਜਾਂਦੇ ਆ ਸਿਲਵਰ ਬਰਾਬਰ ਹੋਣ ਤਾਂ ਫਿਰ ਜੋ ਜਿਹੜੇ ব্রونز ਠੀਕ ਹੈ ਰੈਂਕਿੰਗ 골ਡ ਮੈਡਲਸ ਦੇ ਹਿਸਾਬ ਨਾਲ ਹੁੰਦੀ ਹੈ ਸੋ ਫਾਈਨਲੀ ਇੰਡੀਆ ਦਾ ਸਟੇਟਸ ਠੀਕ ਹੈ ਤੇ ਇਹਦੇ ਚ ਦੱਸਿਆ ਹੋਇਆ ਹੈ ਕਿ ਬਈ ਐਥਲੈਟਿਕਸ ਦੇ ਵਿੱਚ ਇੰਡੀਆ ਨੇ ਕੀ ਪਰਫਾਰਮ ਕੀਤਾ ਤੇ ਕਿਹੜੀਆਂ ਗੇਮਾਂ ਚ ਕੀ ਪਰਫਾਰਮ ਕੀਤਾ ਠੀਕ ਹੈ ਤੇ 2023 ਚ ਕਿਹੜੀਆਂ ਕਿੜੀਆਂ ਸਪੋਰਟਸ ਜੜੀਆਂ ਨੇ ਉਹਨਾਂ ਨੂੰ ਨਵਾਂ ਐਡ ਕੀਤਾ ਤੇ ਕਿਹੜੀਆਂ ਸਪੋਰਟਸ ਇਸ ਵਾਰ ਕ੍ਰਿਕਟ ਆਈ ਸੀ ਇਹਦੇ ਚ ਕਿੰਨੇ ਏਸ਼ੀਅਨ ਖੇਡਾਂ ਚ ਕਿੰਨੇ ਜਿੱਤੇ ਆ ਕ੍ਰਿਕਟਸ ਕਿਨਾਂ ਨੇ ਅਚਾh ਇੰਡੀਆ ਨਹੀਂ ਜਿੱਤਿਆ ਸੀ 2023 ਵਾਲੇ ਅੰਚ ਠੀਕ ਆ ਤਾਂ ਖੈਰ ਉਮੀਦ ਇਹਦਾ ਪਤਾ ਲੱਗ ਗਿਆ ਹੋਊਗਾ ਕਿ 2022 ਚ ਇਹ ਖੇਡਾਂ ਜਿਹੜੀਆਂ 2023 ਦੀਆਂ ਏਸ਼ੀਅਨ ਸਪੋਰਟਸ ਦੇ ਵਿੱਚ ਇਹਨਾਂ ਨੂੰ ਐਡ ਕੀਤਾ ਗਿਆ ਠੀਕ ਆ ਤਾਂ ਇਹ ਕੋਈ ਮੀਨਸ ਮੈਂ ਆਪਣੇ ਵੱਰੋਂ ਲਿਖਦਾ ਜਿਹੜੀ ਚੀਜ਼ ਬਾਈ ਚਾਂਸ ਨਹੀਂ ਪਤਾ ਤਾਂ ਉਹ ਨਹੀਂ ਪਤਾ ਠੀਕ ਆ ਈਵਨ ਕਿ ਇੱਕ ਦੋ ਚੀਜ਼ਾਂ ਤਾਂ ਜਿਹੜੀਆਂ ਮੈਂ ਅੱਗੇ ਪੜਾਉਣੀਆਂ ਮੈਨੂੰ ਪਤਾ ਨਹੀਂ ਕਿ ਇੱਕ ਨਾ ਕ੍ਰਿਕਟ ਦੇ ਵਿੱਚ ਕੋਈ ਵਰਲਡ ਟੈਸਟ ਕੋਨ ਉਹ ਹੁੰਦੀ ਹੈ ਚੈਂਪੀਅਨਸ਼ਿਪ ਹੁੰਦੀ ਹੈ ਠੀਕ ਆ ਉਹ ਮੈਂ ਨੋਟਸ ਬਣਾ ਰਿਹਾ ਸੀ ਤਾਂ ਮੈਨੂੰ ਕੁਝ ਡਾਊਟਸ ਕ੍ਰੀਏਟ ਹੋ ਗਈਆਂ ਕਿ ਇਸਵਾਲ ਦਾ ਜਿਹੜਾ ਪਤਾ ਨਹੀਂ ਪਹਿਲਾ ਵਰਲਡ ਚੈਂਪੀਅਨ ਇਹਨਾਂ ਨੇ ਸ਼ਾਇਦ ਨਿਊਜ਼ੀਲੈਂਡ ਨੂੰ ਚੁਣਿਆ ਸੀਗਾ ਨਿਊਜ਼ੀਲੈਂਡ ਨੇ ਤਾਂ ਉਹਦੇ 'ਚ ਕਈ ਨਾ ਸਵਾਲ ਬੜੇ ਕਮਾ ਕੇ ਆਉਂਦੇ ਆ ਕਿ ਭਈ ਇਸ ਵਾਰ ਕਿਸ ਆਧਾਰ ਤੇ ਉਹਨੂੰ ਚੈਂਪੀਅਨ ਚੁਣਿਆ ਗਿਆ ਕਿ ਉਹਨਾਂ ਨੇ ਮੈਚ ਜ਼ਿਆਦਾ ਜਿੱਤੇ ਆ ਕਿ ਉਹਨਾਂ ਦੇ ਪੁਆਇੰਟ ਜ਼ਿਆਦਾ ਆ ਜਾਂ ਕਿਸ ਤਰੀਕੇ ਨਾਲ ਸੋ ਪਹਿਲਾਂ ਮੈਂ ਮੈਂ ਤਾਂ ਹੀ ਉੱਥੇ ਉਹੀ ਚੀਜ਼ਾਂ ਉਹੀ ਇਵੈਂਟਸ ਬਣਾਏ ਆ ਜਿਹੜੇ ਸੌਖੇ ਆ ਜਿਹੜੇ ਔਖੇ ਉਹਨਾਂ ਵਾਸਤੇ ਮੈਂ ਐਕਸਪਰਟਸ ਦੀ ਸਲਾਹ ਐਕਸਪਰਟਸ ਉਹੀ ਜਿਹੜੇ ਸਾਰਾ ਦਿਨ ক্রিকেট ਦੇ ਕੇ ਬੈਠੇ ਰਹਿੰਦੇ ਆ ਉਹ ਦੇਖੋ ਹਰ ਹਰ ਇੱਕ ਫੀਲਡ ਦੇ ਪੈਸ਼ਨੇਟ ਹੁੰਦੇ ਹੀ ਆ ਠੀਕ ਆ ক্রিকেট ਨੂੰ ਦੇਖਣ ਵਾਲੇ ਵੀ ਬਹੁਤ ਜਨੂਨੀ ਲੋਕ ਦੇਖੇ ਆ ਮੈਂ ਭਈ ਫੁੱਟਬਾਲ ਨੂੰ ਬਹੁਤ ਜਨੂਨੀ ਲੋਕ ਦੇਖਦੇ ਆ ਤੇ ਉਹਨਾਂ ਐਕਸਪਰਟਸ ਦੀ ਮਦਦ ਨਾਲ ਹੀ ਅਗਲੇ ਜਿਹੜੇ ਟੌਪਿਕ ਆ ਉਹ ਤੁਹਾਨੂੰ ਪੜ੍ਹਾਏ ਜਾਣਗੇ ਖੈਰ ਅੱਗੇ ਗੱਲ ਕਰਦੇ ਆ ਕਾਮਨਵੈਲਥ ਗੇਮਸ ਦੀ ਠੀਕ ਆ ਕਾਮਨਵੈਲਥ ਗੇਮਸ ਜਿਹੜੀਆਂ ਨੇ ਇਹਨਾਂ ਬਾਰੇ ਕੋਈ ਬਹੁਤੇ ਜਿਆਦੇ ਫੈਕਟ ਨਹੀਂ ਵੈਸੇ ਤਾਂ ਦੇਖੋ ਕਾਮਨਵੈਲਥ ਨੇਸ਼ਨਸ ਜਿਹੜੇ ਆ ਇਹਦਾ ਕਨਸੈਪਟ ਹੀ ਕਿੱਥੋਂ ਆਇਆ ਜੇ ਆਪਾਂ ਲੌਜੀਕਲੀ ਦੇਖੀਏ ਨਾ ਤਾਂ ਕਾਮਨ ਵੈਲਥ ਦੇਸ਼ਾਂ ਦਾ ਜਿਹੜਾ ਕਨਸੈਪਟ ਇਹ ਸਭ ਤੋਂ ਪਹਿਲੀ ਵਾਰ ਨਿਕਲ ਕੇ ਆਇਆ ਉਹਨਾਂ ਦੇਸ਼ਾਂ ਤੋਂ ਜਿਹੜੇ ਕਿਸੇ ਨਾ ਕਿਸੇ ਤਰੀਕੇ ਅ ਡਾਇਰੈਕਟ ਜਾਂ ਇਨਡਾਇਰੈਕਟ ਤਰੀਕੇ ਨਾਲ ਗੋਰਿਆਂ ਦੇ ਗੁਲਾਮ ਸੀਗੇ ਠੀਕ ਆ ਤੇ ਤੁਹਾਨੂੰ ਸਭ ਨੂੰ ਪਤਾ ਹੈ ਕਿ 1945 ਚ ਦੂਜਾ ਵਿਸ਼ਵ ਜੁੱਧ ਇੰਗਲੈਂਡ ਨੇ ਹਾਰਨ ਤੋਂ ਬਾਅਦ ਟੈਕਨੀਕਲੀ ਇੰਗਲੈਂਡ ਸੈਕੰਡ ਵਰਲਡ ਵਾਰ ਜਿੱਤਿਆ ਸੀਗਾ ਪਰ ਜਿਸ ਤਰੀਕੇ ਨਾਲ ਉਹਨਾਂ ਦਾ ਨੁਕਸਾਨ ਹੋਇਆ ਸੀ ਮੈਨੂੰ ਕਹਿਣ 'ਚ ਕੋਈ ਹਰਜ ਨਹੀਂ ਕਿ ਉਹ ਸੈਕੰਡ ਵਰਲਡ ਵਾਰ ਹਾਰੇ ਸੀਗੇ ਟੈਕਨੀਕਲੀ ਉਹ ਜਿੱਤੇ ਆ ਆਫੀਸ਼ੀਅਲੀ ਉਹ ਜਿੱਤੇ ਆ ਕਲੇਮਪਟ ਐਟਲੀ ਜਿਹੜਾ ਉਸ ਵੇਲੇ ਦਾ ਇੰਗਲੈਂਡ ਦਾ ਪ੍ਰਧਾਨ ਮੰਤਰੀ ਸੀ ਜੋ ਉਹਦਾ ਜਲੂਸ ਨਿਕਲਿਆ ਵੈਸੇ ਤਾਂ ਹਰਾਉਣ ਵਾਲਾ ਪ੍ਰਧਾਨ ਮੰਤਰੀ ਐਟਲੀ ਨਹੀਂ ਸੀ ਐਟਲੀ ਦੀਆਂ ਚੋਣਾਂ ਤਾਂ ਇਲੈਕਸ਼ਨਸ ਤਾਂ ਉਸ ਤੋਂ ਬਾਅਦ ਹੋਈਆਂ ਉਸ ਤੋਂ ਪਹਿਲਾਂ ਤਾਂ ਚਰਚਿਲ ਪ੍ਰਧਾਨ ਮੰਤਰੀ ਸੀ ਜਿਨੇ ਧੱਕੇ ਨਾਲ ਇੰਗਲੈਂਡ ਨੂੰ ਦੂਜੇ ਵਿਸ਼ਵ ਜੰਗ 'ਚ ਵਾਰਤਾ ਤੇ ਜਲੂਸ ਕਢਾਤਾ ਉਹਨਾਂ ਦਾ ਉਸ ਤੋਂ ਬਾਅਦ ਕਾਮਨ ਬਹੁਤ ਸਾਰੇ ਦੇਸ਼ਾਂ ਨੂੰ ਅੰਗਰੇਜ਼ਾਂ ਨੂੰ ਆਜ਼ਾਦੀ ਦੇਣੀ ਪਈ ਫਿਰ ਉਹਨਾਂ ਦੇਸ਼ਾਂ ਦੇ ਸਮੂਹ ਨੂੰ ਕਾਮਨਵੈਲਥ ਕਿਹਾ ਗਿਆ ਪਰ ਜਿਹੜੇ ਦੇਸ਼ਾਂ ਨੂੰ 1900 ਤੋਂ ਹੀ ਆਜ਼ਾਦੀ ਦੇਣੀ ਸ਼ੁਰੂ ਕਰਤੀ ਸੀ ਜਿਵੇਂ ਬਹੁਤ ਵੱਡੇ ਪੱਧਰ ਤੇ ਕੈਨੇਡਾ ਨੂੰ 1912 ਚ ਹੀ ਆਟੋਨਮੀ ਮਿਲ ਗਈ ਸੀ ਤੁਹਾਨੂੰ ਮੈਂ ਸਹੀ ਦੱਸਾਂ ਕੈਨੇਡਾ ਨੂੰ ਤਾਂ ਇੰਨੀ ਆਟੋਨਮੀ ਮਿਲ ਗਈ ਸੀ ਕਿ ਕੈਨੇਡਾ ਨੇ ਗੋਰਿਆਂ ਨੂੰ ਕਿਹਾ ਅਸੀਂ ਵੀ ਤੁਹਾਡੇ ਗੁਲਾਮ ਆ ਇੰਡੀਆ ਵੀ ਸਿੰਗਾਪੁਰ ਵੀ ਫਲਾਣਾ ਵੀ ਧਮਕਾਣਾ ਵੀ ਸਾਰੇ ਪਰ ਸਾਡੀ ਧਰਤੀ ਤੇ ਤੁਹਾਡੀ ਦੂਜੀ ਧਰਤੀ ਤੋਂ ਬੰਦੇ ਨਹੀਂ ਆਉਣੇ ਚਾਹੀਦੇ ਕੰਟੀਨਿਊਸ ਪੈਸੇਜ ਐਕਟ ਪਾਸ ਕਰੋ ਤਾਂ ਤੁਸੀਂ ਯਾਦ ਆ ਨਾ ਕਿ ਜਿਹਦੇ ਕਰਕੇ ਉਹ ਕਾਮਾ ਘਾਟਾ ਮਾਰੂ ਦਾ ਰੌਲਾ ਪਿਆ ਸੀ ਕੈਨੇਡਾ ਤਾਂ ਇੰਨਾ ਜਿਆਦਾ ਵੱਡੇ ਪੱਧਰ ਤੇ ਗੁਲਾਮੀ ਚੋਂ ਨਿਕਲ ਆਇਆ ਸੀ ਕਿ ਗੱਲ ਚ ਬੂਠਾ ਦੇ ਕੇ ਉਹਨਾਂ ਨੇ ਅੰਗਰੇਜ਼ਾਂ ਤੋਂ ਕਈ ਕਾਨੂੰਨ ਆਪਣੇ ਫੇਵਰ ਚ ਬਣਵਾ ਲਈ ਸੀਗੇ। ਸੋ ਬਹੁਤੇ ਦੇਸ਼ 1900 ਤੋਂ ਬਾਅਦ ਅੰਗਰੇਜ਼ਾਂ ਤੋਂ ਗੁਲਾਮ ਹੋਣੇ ਆਜ਼ਾਦ ਹੋਣੇ ਸ਼ੁਰੂ ਹੋ ਗਏ। 1930 ਮੋੜ ਵੱਜ ਗਿਆ ਸੀ ਉਹਨਾਂ ਦੇਸ਼ਾਂ ਦਾ ਆਪਸ ਚ ਸਾਂਝੇ ਤੌਰ ਤੇ ਖੇਡਾਂ ਖੇਡਣ ਦਾ ਜਿਨ੍ਹਾਂ ਨੂੰ ਕਾਮਨਵੈਲਥ ਗੇਮਾਂ ਕਿਹਾ ਗਿਆ। ਅਸਲ ਦੇ ਵਿੱਚ ਕਾਮਨਵੈਲਥ ਗੇਮਾਂ ਨੇ ਰਫ਼ਤਾਰ ਫੜੀ 1950 ਤੋਂ ਬਾਅਦ ਜਦੋਂ ਪੰਜਾਬ ਪਲੱਸ ਕੰਟਰੀ ਅੰਗਰੇਜ਼ਾਂ ਨੂੰ ਆਜ਼ਾਦ ਕਰਨੇ ਪਏ ਤੇ ਕਾਮਨਵੈਲਥ ਦਾ ਕੁੰਬਾ ਵੱਧ ਗਿਆ ਉਦੋਂ ਮਾਹੌਲ ਜਿਆਦਾ ਵਧੀਆ ਬਣਿਆ ਵੈਸੇ ਇਹ ਖੇਡਾਂ ਦੀ ਸ਼ੁਰੂਆਤ ਜਿਹੜੀ ਆ 1930 ਦੇ ਅਰਾਊਂਡ ਸ਼ੁਰੂ ਹੋ ਚੁੱਕੀ ਸੀਗੀ ਉਤੋਂ ਪਰ ਅਸਲ ਦੇ ਵਿੱਚ ਕਾਮਨਵੈਲਥ ਕਨਸੈਪਟ ਜਿਹੜਾ ਅਸਲੀ ਹੋੰਦ ਚ ਆਇਆ ਉਹ 1949 ਚ ਆਇਆ ਇਹ ਸ਼ਾਇਦ ਮੈਨੂੰ ਤਰੀਕ ਭੁੱਲ ਗਈ ਆ ਤੇ ਮੈਂ ਇੱਕ ਨਾ ਆਪਣੀ ਉਹਦੀ ਉਹਦੀ ਮੈਰਾਥਨ ਪੜਾਈ ਆ ਪੋਲੀਟੀ ਦੀ ਕਵਾਲਿਟੀ ਦੀ ਮੈਰਾਥਨ ਪੜਾਉਂਦੇ ਹੋਏ ਅਪਡੇਟਡ ਮੈਰਾਥਨ ਪੜਾਉਂਦੇ ਹੋਏ ਮੈਂ ਦੱਸਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਕਿੰਨੀ ਤਰੀਕ ਨੂੰ ਜਾ ਕੇ ਕਾਮਨਵੈਲਥ ਨੇਸ਼ਨਸ ਦੇ ਸਾਈਨ ਕਰਕੇ ਆਏ ਸੀਗੇ ਐਗਜ਼ੈਕਟ ਤਰੀਕ ਸਾਈਨ ਹੀ ਜਦੋਂ ਸਾਈਨ ਕਰਕੇ ਵਾਪਸ ਆਏ ਤਾਂ ਭਾਰਤ ਦੀ ਸੰਵਿਧਾਨ ਸਭਾ ਨੇ ਉਹਨੂੰ ਪ੍ਰਮਾਣਿਤ ਕੀਤਾ ਸੀਗਾ ਉਸ ਕਾਮਨਵੈਲਥ ਨੇਸ਼ਨਸ 'ਚ ਭਾਰਤ ਦੀ ਆਫੀਸ਼ੀਅਲ ਐਂਟਰੀ ਨੂੰ ਉਹ ਹੁਣ ਮੈਨੂੰ ਭੁੱਲ ਗਿਆ ਕਿ ਉਹ ਪਤਾ ਨਹੀਂ ਉਹ ਕਿੰਨੀ ਜੁਲਾਈ ਜਾਂ ਅਗਸਤ 1949 ਦੀ ਉਹ ਤਰੀਕ ਹੈ ਇਹ ਮੈਨੂੰ ਯਾਦ ਆ ਕਿਤਾਬਾਂ 'ਚੋ ਤਰੀਕ ਘਾਟ ਹੀ ਲਿਖੀ ਹੁੰਦੀ ਆ ਫਿਰ ਉਹਨੂੰ ਮੈਨੂੰ ਸਰਚ ਕਰਕੇ ਲਿਖਣਾ ਪਿਆ ਸੀਗਾ ਤੁਹਾਨੂੰ ਇਹ ਗੱਲ ਸਮਝ ਆ ਗਈ ਕਿ ਕਾਮਨਵੈਲਥ ਖੇਡਾਂ ਦਾ ਕਨਸੈਪਟ ਬੇਸ਼ੱਕ 1930 'ਚ ਸ਼ੁਰੂ ਹੋਇਆ ਹੋਵੇ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਕਾਮਨਵੈਲਥ ਨੇਸ਼ਨਸ ਦਾ ਅਸਲੀ ਕਨਸੈਪਟ ਤਾਂ ਫਸਟ ਸੈਕੰਡ ਵਿਸ਼ਵ ਯੁੱਧ ਹਾਰਨ ਤੋਂ ਬਾਅਦ ਸ਼ੁਰੂ ਹੋਇਆ ਜਦੋਂ ਅੰਗਰੇਜ਼ਾਂ ਦਾ ਜਲੂਸ ਨਿਕਲ ਗਿਆ ਪੂਰੇ ਤਰੀਕੇ ਨਾਲ ਜੇ ਆਪਾਂ ਪੰਜਾਬੀ 'ਚ ਕਹੀਏ ਨਾ ਤਾਂ ਜਦੋਂ ਅੰਗਰੇਜ਼ਾਂ ਦਾ ਜਲੂਸ ਹੀ ਨਿਕਲ ਗਿਆ ਉਸ ਤੋਂ ਬਾਅਦ ਫਿਰ ਕਾਮਨਵੈਲਥ ਨੇਸ਼ਨਸ ਦਾ ਕਨਸੈਪਟ ਸ਼ੁਰੂ ਹੋਇਆ ਤੇ ਕਾਮਨ ਖੇਡਾਂ ਖੇਡਣ ਦਾ ਅਸਲੀ ਕਨਸੈਪਟ ਵੀ ਤੇ 1930 ਤੋਂ ਬਾਅਦ ਫਿਰ 34 38 42 42 ਜੇ ਖੇਡਾਂ ਹੀ ਨਹੀਂ ਹੋਈਆਂ ਵਜਾ ਉਦੋਂ ਸੈਕੰਡ ਵਰਲਡ ਵਾਰ ਚੱਲ ਰਹੀ ਸੀ ਉਸ ਤੋਂ ਬਾਅਦ ਫਿਰ ਲਗਾਤਾਰ ਸ਼ੁਰੂ ਹੋ ਗਈਆਂ ਇਹ ਖੇਡਾਂ ਠੀਕ ਹੈ ਤੇ ਅਸਲ ਦੇ ਵਿੱਚ ਇਹਨਾਂ ਖੇਡਾਂ ਨੂੰ ਸ਼ਿੱਦਤ ਨਾਲ 1950 ਤੋਂ ਬਾਅਦ ਹੀ ਖੇਡਿਆ ਗਿਆ ਜਦੋਂ 1949 ਚ ਪ੍ਰੋਪਰ ਤੌਰ ਤੇ ਕਾਮਨਵੈਲਥ ਨੇਸ਼ਨਸ ਬ੍ਰਿਟਿਸ਼ ਕਾਮਨਵੈਲਥ ਨੇਸ਼ਨਸ ਨਾਮ ਦੀ ਸੰਸਥਾ ਬਣ ਗਈ ਫਿਰ ਕਿਸੇ ਨੇ ਕਲੇਸ਼ ਛੇੜਤਾ ਕਿ ਭਈ ਬ੍ਰਿਟਿਸ਼ ਆਪਣੇ ਆਪ ਨੂੰ ਨਾਮ ਚ ਕਿਉਂ ਰੱਖ ਰਹੇ ਹੁਣ ਤੇ ਆਪਾਂ ਸਾਰੇ ਕਾਮਨ ਫਿਰ ਬ੍ਰਿਟਿਸ਼ ਵਰਡ ਵਿੱਚੋਂ ਹਟਾਇਆ ਸੋ ਇਸ ਤਰੀਕੇ ਨਾਲ ਇਹ ਕਨਸੈਪਟ ਜਿਹੜਾ ਸੀ ਉਹ ਹੋਂਦ ਚ ਆਇਆ ਸੋ 1949 ਚ ਕਾਮਨਵੈਲਥ ਨਾਮ ਦੀ ਸੰਸਥਾ ਆਫੀਸ਼ੀਅਲੀ ਬਣੀ ਪਰ ਕਾਮਨਵੈਲਥ ਦੇਸ਼ ਖੇਡਾ 1930 ਤੋਂ ਹੀ ਖੇਡ ਰਹੇ ਸੀਗੇ ਤੇ ਇਹਦਾ ਆਈਡੀਆ ਜਿਹੜਾ ਸੀਗਾ ਰੈਵਰਨ ਜੌਨ ਕੁੱਪਰ ਦਾ ਦਿੱਤਾ ਹੋਇਆ ਸੀ ਕਾਮਨਵੈਲਥ ਖੇਡਾ ਇੱਕ ਇੰਟਰਨੈਸ਼ਨਲ ਇਵੈਂਟ ਆ ਜਿਹਨੂੰ ਕਾਮਨਵੈਲਥ ਨੇਸ਼ਨਸ ਖੇਡਦੇ ਆ ਜਿਨ੍ਹਾਂ ਦੀ ਗਿਣਤੀ ਹੁਣ 60 ਪਲੱਸ ਆ ਤੇ ਕਾਮਨਵੈਲਥ ਨੇਸ਼ਨਸ ਨੂੰ ਕਰਾਉਣ ਵਾਲੀ ਸੰਸਥਾ ਦਾ ਨਾਮ ਕਾਮਨਵੈਲਥ ਗੇਮਸ ਫੈਡਰੇਸ਼ਨ ਆ ਜਿਹੜੀ ਉਹਨਾਂ ਦੇਸ਼ਾਂ ਨੂੰ ਚੋਣ ਕਰਦੀ ਆ ਤੇ ਤੈਅ ਕਰਦੀ ਆ ਕਿ ਇਹ ਕਾਮਨਵੈਲਥ ਖੇਡਾਂ ਕਿੱਥੇ ਹੋਣੀ ਆ ਕਾਮਨਵੈਲਥ ਖੇਡਾਂ ਦਾ ਭਾਰਤ ਨਾਲ ਕੋਈ ਇਤਿਹਾਸ ਜੁੜਿਆ ਹੈ ਬੜੇ ਵੱਡੇ ਪੱਧਰ ਤੇ ਜੁੜਿਆ ਹੈ ਜਿਸ ਸਰਕਾਰ ਨੂੰ ਤੁਸੀਂ ਅੱਜ ਮਾਨ ਰਿਹਾ ਹੋ ਮੋਦੀ ਸਰਕਾਰ ਨੂੰ ਇਸ ਮੋਦੀ ਸਰਕਾਰ ਦੇ ਬਣਨ ਦੇ ਵਿੱਚ ਕਾਮਨਵੈਲਥ ਖੇਡਾਂ ਦਾ ਯੋਗਦਾਨ ਕਦੇ ਇਗਨੋਰ ਨਹੀਂ ਕੀਤਾ ਜਾ ਸਕਦਾ ਕਾਂਗਰਸ ਸਰਕਾਰ ਇਸ ਦੇਸ਼ 'ਚ ਸੀ 2007 ਦੂਜੀ ਟਰਮ ਯੂਪੀਏ ਦੀ ਸੀ ਯੂਪੀਏ ਮਤਲਬ ਕਾਂਗਰਸ ਦਾ ਗੱਠਜੋੜ ਜਿਵੇਂ ਹੁਣ ਕਾਂਗਰਸ ਦੇ ਗੱਠਜੋੜ ਦਾ ਨਾਮ ਸ਼ਾਇਦ ਇੰਡੀਆ ਹੈ ਆਈ ਐਨ ਡੀ ਆਈ ਏ ਉਸ ਟਾਈਮ ਕਾਂਗਰਸ ਦੇ ਗੱਠਜੋੜ ਦਾ ਨਾਮ ਸੀ ਯੂਪੀਏ ਸੋ ਯੂਪੀਏ ਦੇ ਕੁੰਬੇ ਚ ਬੜੀਆਂ ਪਾਰਟੀਆਂ ਸੀ ਸੋ ਉਹਨਾਂ ਨੇ ਉਹਨਾਂ ਉਸ ਕੁੰਬੇ ਦੇ ਵਿੱਚੋਂ ਉਸੇ ਯੂਪੀਏ ਦੀ ਸਰਕਾਰ ਨੇ 2010 ਦੀ ਕਾਮਨਵੈਲਥ ਖੇਡਾਂ ਦਿੱਲੀ ਕਰਾਉਣ ਦਾ ਪ੍ਰਬੰਧ ਕੀਤਾ ਤੇ ਇਹਨਾਂ ਦੇ ਜਿਹੜੇ ਸਪੋਰਟਸ ਮਿਨਿਸਟਰ ਸੀ ਕਲਮਾੜੀ ਜੀ ਉਨ੍ਹਾਂ ਤੇ ਕ腐ਸ਼ਨ ਦੇ ਲੱਗੇ ਬਹੁਤ ਵੱਡੇ આરોਪ ਫਿਰ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਟੈਕਨੀਕਲੀ ਕਹਾਣੀ ਇਹ ਹੋਈ ਇਹ ਉਹੀ ਵੇਲਾ ਸੀਗਾ ਜਦੋਂ ਇੰਡੀਆ ਅਗੇਂਸਟ ਕ腐ਸ਼ਨ ਚ ਅਨਾਹਜਾਰੇ ਕੇਜਰੀਵਾਲ ਇਸ ਸੰਸਥਾ ਦੇ ਮਤਲਬ ਕਿ ਮੋਢੀ ਬਣ ਕੇ ਉੱਭਰੇ ਤੇ ਕਹਿੰਦੇ ਸੀ ਕਿ ਇਸ ਦੇਸ਼ ਚ ਕ腐ਸ਼ਨ ਨਹੀਂ ਹੋਣ ਦੇਣੀ ਲੋਕਪਾਲ ਬਣਾ ਦੇਣਾ ਹੈ ਦੇਖੋ ਇਤਿਹਾਸ ਆ ਇਹ ਬੜਾ ਮਤਲਬ ਬਹੁਤ ਇਤਿਹਾਸ ਆਪਣੇ ਆਪ ਨੂੰ ਬੜੇ ਵਲਾਵਿਆਂ ਚ ਲੈ ਲੈਂਦਾ ਹੈ ਤੇ ਹੁਣ ਦੇਖੋ ਆਪਾਂ ਆਪਾਂ ਕਿਸੇ ਨੂੰ ਕੀ ਯਾਦ ਰੱਖਣਾ ਸੀਗਾ ਠੀਕ ਆ ਉਹ ਤਾਂ ਪਤਾ ਨਹੀਂ ਖੇਡਾਂ ਆਈਆਂ ਤੇ ਸਾਨੂੰ ਦੇਖੋ ਕਈ ਵਾਰੀ ਇਹ ਹੁੰਦਾ ਕਿ ਇਹੋ ਜਿਹਾ ਵੀ ਇਹੋ ਜਿਹਾ ਕੁਛ ਨਾ ਹੋਵੇ ਕਿ ਜਿਹਦੇ ਨਾਲ ਤੁਹਾਨੂੰ ਆਪਣੇ ਆਪ ਨੂੰ ਸ਼ਰਮਸਾਰ ਹੋਣਾ ਪੈ ਜਾਏ ਖੈਰ ਆਪਾਂ ਇੰਨਾ ਜ਼ਿਆਦਾ ਢੰਗਾਈ ਚ ਨਹੀਂ ਜਾਂਦੇ ਸਾਡਾ ਮਸਲਾ ਤਾਂ ਸਿਰਫ ਇੰਨਾ ਕਾ ਕਿ 올림픽ਸ ਦੀਆਂ ਖੇਡਾਂ ਹੋਈਆਂ ਕਾਮਨਵੈਲਥ ਖੇਡਾਂ 2010 ਚ ਭਾਰਤ ਚ ਹੋਣੀਆਂ ਸੀ ਜਿਹੜੀਆਂ 2010 ਦੇ ਵਿੱਚ ਭਾਰਤ 'ਚ ਖੇਡਾਂ ਕਾਮਨਵੈਲਥ ਖੇਡਾਂ ਹੋਣੀਆਂ ਸੀ ਇਹਦਾ ਠੇਕਾ ਜਿਹੜਾ ਸੀਗਾ ਉਹ ਜਿਹੜੀਆਂ ਕੰਪਨੀਆਂ ਨੇ ਲਿਆ ਉਹਨਾਂ ਨੇ ਬਹੁਤ ਕ腐ਸ਼ਨ ਕੀਤੀ ਤੇ ਕਹਿੰਦੇ ਆ ਕਿ ਉਸ ਵੇਲੇ ਦੇ ਜਿਹੜੇ ਕਲਮਾਰੀ ਸਾਹਿਬ ਸੀਗੇ ਜਿਹੜੇ ਉਸ ਵੇਲੇ ਸਪੋਰਟਸ ਮਿਨਿਸਟਰ ਤਾਂ ਨਹੀਂ ਸੀਗੀ ਆਈ ਥਿੰਕ ਮੈਨੂੰ ਯਾਦ ਵੀ ਨਹੀਂ ਕਿ ਉਹ ਸਪੋਰਟਸ ਮਿਨਿਸਟਰ ਸੀ ਜਾਂ ਉਹਨਾਂ ਕੋਲ ਕੰਟਰੈਕਟ ਸੀਗੇ ਤੇ ਉਹ ਉਸ ਟਾਈਮ ਇੰਡੀਆ ਦੀ ਕਿਸੇ ਫੈਡਰੇਸ਼ਨ ਦੇ ਪ੍ਰਧਾਨ ਹੋਣ ਜਿਹੜੇ ਉਸ ਟਾਈਮ ਗਰਾਊਂਡ ਬਣਵਾ ਰਹੇ ਸੀ ਪਰ ਉਹਨਾਂ ਤੇ ਸਿੱਧੇ ਤੌਰ ਤੇ ਕ腐ਸ਼ਨ ਦੇ આરોਪ ਲੱਗੇ ਤੇ ਕਰਪਸ਼ਨ ਦੇ આરોਪ ਲੱਗੇ ਤਾਂ 2010 ਦੀਆਂ ਕਾਮਨਵੈਲਥ ਗੇਮਾਂ ਖਬਰਾਂ ਚ ਆ ਗਈਆਂ 2010 ਦੀਆਂ ਕਾਮਨਵੈਲਥ ਖੇਮਾਂ ਅਕਤੂਬਰ 2010 ਦੇ ਵਿੱਚ ਇੰਡੀਆ ਚ ਕਰਵਾਈਆਂ ਗਈਆਂ ਇਹ ਸੰਸਕਰਨ ਸੀਗਾ 19ਵਾਂ ਮਤਲਬ 19ਵਾਂ ਐਡੀਸ਼ਨ ਸੀ ਕਾਮਨਵੈਲਥ ਗੇਮਾਂ ਦਾ ਇਹਨਾਂ ਦਾ ਮੋਟੋ ਸੀਗਾ ਕਾਮਨ ਆਊਟ ਐਂਡ ਪਲੇ ਤੇ ਇਸ ਉਤੇ ਦਾ ਸੈਰਮਨੀ ਦਾ ਉਦਘਾਟਨ ਪ੍ਰਿੰਸ ਆਫ ਵੇਲਜ਼ ਚਾਰਲਸ ਨੇ ਤੇ ਪ੍ਰਤਿਭਾ ਪਾਟਲ ਨੇ ਕੀਤਾ ਸੀ ਬਹੁਤ ਸਾਰੇ ਪਲੇਅਰਜ਼ ਇਹਦੇ ਚ ਆਏ ਸੀ ਤੇ ਇੰਡੀਅਨਸ ਇੰਡੀਆ ਨੇ ਤੀਸਰਾ ਸਥਾਨ ਹਾਸਲ ਕੀਤਾ ਸੀ ਕਾਮਨਵੈਲਥ ਗੇਮਾਂ 2010 ਦੇ ਵਿੱਚ ਜੋ ਇੰਡੀਆ ਨੇ ਹੋਸਟ ਕੀਤੀਆਂ ਸੀ। ਸੋ ਕਾਮਨਵੈਲਥ ਗੇਮਸ ਦੇ ਫੈਕਟਸ ਦੀ ਜੇ ਗੱਲ ਕਰੀਏ ਤਾਂ ਇੰਨੇ ਕੁ ਫੈਕਟ ਇੰਪੋਰਟੈਂਟ ਆ ਕਿ ਪਹਿਲੀਆਂ ਖੇਡਾਂ 1930 ਚ ਹੋਈਆਂ, ਦੂਜੀਆਂ 1934 ਚ, 1942 ਵਾਲੀਆਂ World War 2 ਕਰਕੇ ਨਹੀਂ ਹੋ ਸਕੀਆਂ, ਉਹ ਕੈਨਸਲ ਹੋਈਆਂ ਸੀ। ਉਸ ਤੋਂ ਬਾਅਦ ਲਗਾਤਾਰ ਇਹ ਖੇਡਾਂ ਹੋ ਰਹੀਆਂ 2018 ਵਾਲੀਆਂ ਗੋਲਡ ਕੋਸਟ ਆਸਟ੍ਰੇਲੀਆ, 2012 22 ਵਾਲੀਆਂ ਬਰਮਿੰਗਮ ਇੰਗਲੈਂਡ। ਤੇ 2026 ਵਾਲੀਆਂ ਵਿਕਟੋਰੀਆ ਆਸਟ੍ਰੇਲੀਆ ਚ ਠੀਕ ਆ ਤੇ 2022 ਦੀਆਂ ਜੋ ਬਰਮਿੰਗਮ ਇੰਗਲੈਂਡ ਚ ਖੇਡਾਂ ਹੋਈਆਂ ਆ ਆ ਉਹਨਾਂ ਦੀ ਟੈਲੀ ਆ ਜੋ ਇੰਡੀਆ ਦਾ ਸਟੇਟਸ ਰਿਹਾ ਇੰਡੀਆ ਨੇ 22 골ਡ ਜਿੱਤ ਕੇ ਇੰਡੀਆ ਚੌਥੇ ਨੰਬਰ ਤੇ ਰਿਹਾ ਸੀਗਾ 2022 ਸੋ ਕੁੱਲ ਮਲਾ ਕੇ ਜੇ ਆਪਾਂ ਫੈਕਟਸ ਦੀ ਗੱਲ ਕਰੀਏ ਤਾਂ ਕਾਮਨਵੈਲਥ ਚੋ ਜੋ ਫੈਕਟ ਨਿਕਲ ਸਕਦੇ ਸੀ ਏਸ਼ੀਅਨ ਖੇਡਾਂ ਚ ਜੋ ਫੈਕਟ ਨਿਕਲ ਸਕਦੇ ਸੀ ਓਲੰਪਿਕਸ ਚੋ ਦੋ ਫੈਕਟ ਨਿਕਲ ਸਕਦੇ ਸੀ ਉਹ ਆਪਾਂ ਇਕੱਠੇ ਨੂੰ ਦੀ ਕੱਢਣ ਦੀ ਕੋਸ਼ਿਸ਼ ਕੀਤੀ ਆ ਇਸ ਤੋਂ ਬਾਅਦ ਆਪਣੀਆਂ ਨੈਸ਼ਨਲ ਗੇਮਸ ਖੇਲੋ ਇੰਡੀਆ ਗੇਮਸ ਤੇ ਬਹੁਤ ਸਾਰੀਆਂ ਖੇਡਾਂ ਨੇ ਬਹੁਤ ਸਾਰੇ ਇਹੋ ਜਿਹੇ ICC ਵਰਲਡ ਕੱਪ ਠੀਕ ਆ ਕ੍ਰਿਕਟ ਦਾ ਜਿਹੜਾ ਵਰਲਡ ਕੱਪ ਆ ਸੋ ਇਹ ਕੁਝ ਇਵੈਂਟਸ ਨੇ ਜਿਹੜੇ ਕਿ ਬੜੇ ਇੰਪੋਰਟੈਂਟ ਆ ਫਿਰ ਉਸ ਤੋਂ ਬਾਅਦ ਦੁਰਾਂਦ ਕੱਪ ਕਈ ਕੱਪ ਕਿਉਂਕਿ ਦੁਰਾਂਦ ਕੱਪ ਦੇ ਵਿੱਚ ਇੱਕ ਬੜਾ ਇੰਟਰਸਟਿੰਗ ਕੱਪ ਆ ਦੁਰਾਂਦ ਕੱਪ ਚ ਇੱਕ ਬੜੀ ਚੀਜ਼ ਇੰਟਰਸਟਿੰਗ ਲੱਗਦੀ ਆ ਮੈਨੂੰ ਦੁਰਾਂਦ ਕੌਣ ਸੀ ਦੁਰਾਂਦ ਹੈਨਰੀ ਦੁਰਾਂਡ ਤੁਹਾਨੂੰ ਪਤਾ ਜਿਹਨੇ ਦੁਰਾਂਡ ਲਾਈਨ ਖੀਚੀ ਹੈ ਇੰਡੀਆ ਤੇ ਸੌਰੀ ਪਾਕਿਸਤਾਨ ਤੇ ਅਫਗਾਨ ਅੱਜ ਦੇ ਵਿੱਚ ਅੱਜ ਦੇ ਵੇਲੇ ਉਹ ਲਾਈਨ ਕਿੱਥੇ ਆ ਅਫਗਾਨਿਸਤਾਨ ਤੇ ਪਾਕਿਸਤਾਨ ਚ ਇੰਟਰਸਟਿੰਗ ਗੱਲ ਆ ਪੇਪਰ 'ਚ ਆ ਸਕਦਾ ਕਿ ਹੈਨਰੀ ਦੁਰਾਂਡ ਪੰਜਾਬ ਦਾ ਲੈਫਟੀਨੈਂਟ ਗਵਰਨਰ ਕਦੋਂ ਤੋਂ ਲੈ ਕੇ ਕਦੋਂ ਤੱਕ ਰਹਿ ਕੇ ਗਿਆ ਸੋ ਇਹੋ ਜਿਹੇ بڑے ਇਫੈਕਟ ਨੇ ਛੋਟੇ ਛੋਟੇ ਇਫੈਕਟ ਨੇ ਜਿਹੜੇ ਆਪਾਂ ਨੂੰ ਕੱਲ ਨੂੰ ਤੰਗ ਕਰ ਸਕਦੇ ਆ ਤਾਂ ਦੁਰਾਂਡ ਕੱਪ ਜਿਸ ਸ਼ਖਸ ਦੇ ਨਾਮ ਤੇ ਆ ਉਹੀ ਪੰਜਾਬ ਵਾਸਤੇ ਇੰਨਾ ਇੰਪੋਰਟੈਂਟ ਤੋ ਖੈਰ ਇਹ ਬਾਤ ਦੀਆਂ ਗੱਲਾਂ ਨੇ ਇਹ ਆਪਣੇ ਪਹਿਲੇ ਲੈਕਚਰ ਦੀ ਸਮਾਪਤੀ ਸੀ ਮੋਸਟ ਪ੍ਰੋਬੇਬਲੀ ਮੈਂ ਮੰਨ ਕੇ ਚੱਲਦਾ ਕਿ 3 ਘੰਟਿਆਂ ਦਾ ਹੀ ਲੈਕਚਰ ਹੋਊਗਾ ਪੂਰੇ ਦਾ ਪੂਰਾ ਜਦੋਂ ਆਪਾਂ სპੋਰਟਸ ਦਾ ਪਰ ਕੱਲੇ სპੋਰਟਸ ਨਹੀਂ სპੋਰਟਸ ਤੋਂ ਬਾਅਦ ਆਪਣੇ ਬੁੱਕਸ ਦਾ ਸਟੈਟਿਕ ਬੁੱਕਸ ਕਰੰਟ ਅਫੇਅਰਸ ਨਹੀਂ ਸਟੈਟਿਕ ਦੇ ਵਿੱਚ ਕੁਝ ਕਿਤਾਬਾਂ ਇਹੋ ਜਿਹੀਆਂ ਨੇ ਜਿਹੜੀਆਂ ਇਤਿਹਾਸ ਜਿਨ੍ਹਾਂ ਨੇ ਬਦਲਿਆ ਦੇਖੋ 1948 ਫਰਤੋੜੀ ਚ ਜਾਰਜ ਓਵਲ ਨੇ ਇੱਕ ਕਿਤਾਬ ਲਿਖੀ ਸੀ 1984 ਕਿ ਦੁਨੀਆ 'ਚ ਆਉਣ ਵਾਲਾ ਸਮਾਂ ਜਦੋਂ ਕਲਪਨਾ ਕਰ ਰਿਹਾ ਸੀ ਕਵੀ ਠੀਕ ਆ 48 ਨੂੰ ਨੇ ਪਲਟਤਾ ਕਹਿੰਦਾ 48 ਅੱਜ ਜੇ ਇਹ 84 ਹੋ ਜੇ ਤਾਂ 48 ਜਦੋਂ 84 ਬਣੂਗਾ ਤਾਂ ਸੋਚ ਕੇ ਦੇਖੋ ਉਸ ਬੜੀ ਦੀ ਦੁਨੀਆ ਕਿਵੇਂ ਹੋਊਗੀ ਤਾਂ ਜਿਹੜੀ ਉਹਨੇ 1984 ਦੀ ਦੁਨੀਆ ਦੀ ਕਲਪਨਾ ਕੀਤੀ ਉਹਨੂੰ ਪੰਜਾਬ ਦੇ 1984 ਨਾਲ ਕਨਫਿਊਜ਼ ਨਾ ਹੋਇਓ ਉਹਨੇ ਜਿਹੜੀ 1984 ਦੀ ਕਲਪਨਾ ਕੀਤੀ ਸੀ ਉਹ ਸੱਚ ਹੁੰਦੀ ਜਾਂਦੀ ਹੈ ਐਨੀਮਲ ਫਾਰਮ ਉਹਦੀ ਬੜੀ ਮਸ਼ਹੂਰ ਕਿਤਾਬ ਆ ਇਹ ਜਦੋਂ ਸਟੈਟਿਕ ਜੀਕੇ ਬਾਰੇ ਪੜਾਂਗੇ ਤਾਂ ਤੁਸੀਂ ਦੇਖਿਓ ਕਿ ਕਿਵੇਂ ਮਤਲਬ ਜਿਹੜੇ ਲੋਕ ਸਟਾਇਰਿਸਟ ਹੁੰਦੇ ਆ ਨਾ ਜਿਹੜੇ ਸਟਾਇਰ ਕਰਦੇ ਆ ਚੋਟ ਮਾਰਦੇ ਆ ਜਿਹੜੇ ਚੁਟਕਲੇ ਨਹੀਂ ਸੁਣਾਉਂਦੇ ਸਟਾਇਰ ਕਰਦੇ ਆ ਉਹ ਲੋਕ ਜਿਹੜੇ ਆ ਉਹ ਵਾਕਈ ਕਿਸ ਤਰੀਕੇ ਦੀਆਂ ਕਿਤਾਬਾਂ ਲਿਖਦੇ ਆ ਸਟੈਟਿਕ ਦੀਆਂ ਬਹੁਤ ਮਸ਼ਹੂਰ ਮਸ਼ਹੂਰ ਕਿਤਾਬਾਂ ਹੋਈਆਂ ਸੋ ਸਾਰਾ ਕੁਝ ਸਟ੍ਰੈਟੇਜੀ ਵਿੱਚ ਕਵਰ ਕਰਾਂਗੇ ਸੋ ਇਹ ਇੰਨਾ ਹੀ ਬਹੁਤ ਆ